ਕੇਆਰਪੀ 1550 ਏਐਮ ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:12 ਹੋਏ ਨੇ, 29 ਨਵੰਬਰ ਦਾ ਦਿਨ ਹੈ, ਵਰ੍ਹਾ 2019 ਦਾ ਸ਼ੁੱਕਰਵਾਰ ਹੈ। 16 ਮੱਘਰ ਨਾਨਕ ਸ਼ਹੀਦ ਸਿੰਘ 551 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਜੀ ਸੁਨੀਲ ਸੋਢ ਦੇ ਨਾਲ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਖਬਰਾਂ ਦੇ ਵਿੱਚ ਲੰਡਨ ਬ੍ਰਿਜ ਤੇ ਫੇਰ ਅੱਜ ਹਮਲਾ ਹੋਇਆ। ਕੱਲ ਜਦ ਗੱਲ ਕੰਜ਼ਰਵੇਟਿਵ ਦੀ ਤੇ ਲੇਬਰ ਦੀ, ਸਰਕਾਰ ਦੀ ਤੇ ਕੰਜ਼ਰਵੇਟਿਵ ਦੀ ਅੱਗੇ ਚੜ੍ਹਤ ਦੀ ਗੱਲ ਕਰ ਰਿਹਾ ਸੀ ਤਾਂ ਮੇਰੇ ਮਨ 'ਚ ਕਿਤੇ ਖੁੜਕਦਾ ਸੀ ਵੀ ਕਿਤੇ ਕੋਈ ਹਮਲਾ ਨਾ ਹੋ ਜਾਵੇ ਟੈਰਰਿਜ਼ਮ ਨਾਲ ਜੋੜ ਕੇ, ਕਿਉਂਕਿ ਰਾਈਟ ਵਿੰਗ ਆਈਡੀਓਲੋਜੀ ਦੀ ਕੰਜ਼ਰਵੇਟਿਵ ਕਿਤੇ ਹੋਰ ਜ਼ੋਰ ਨਾ ਫੜ ਜਾਵੇ। ਇਵੈਂਚੁਅਲੀ ਉਹੀ ਗੱਲ ਹੋਈ। ਸਰਕਾਰਾਂ ਜਿਹੜੀਆਂ ਉਹਨਾਂ ਨੂੰ ਬਲ ਮਿਲ ਜਾਂਦਾ ਜਿਹਨਾਂ ਦਾ ਇਹ ਸੋਚ ਹੋਵੇ ਕਿ ਇਮੀਗ੍ਰੇਸ਼ਨ ਦੇ ਖਿਲਾਫ਼ ਸਾਡਾ ਪੈਂਤੜਾ ਹੋਵੇ ਤੇ ਅਜਿਹਾ ਕੁਛ ਵਾਪਰ ਜਾਵੇ ਤਾਂ ਫਿਰ ਵੋਟਾਂ ਨੇੜੇ ਹੋਣ ਤਾਂ ਜਿੱਤ ਪੱਕੀ ਹੋ ਜਾਂਦੀ ਹੈ। ਇਸ ਦੀ ਗੱਲਬਾਤ ਹੋਏਗੀ ਅੱਜ ਲੋਕ ਸਭਾ ਤੁਹਾਡੇ ਲਈ 2 ਘੰਟੇ ਹੀ ਹੈ। 1 ਵਜੇ ਤੋਂ ਬਾਅਦ ਲਾਈਵ ਔਨ ਲੋਕੇਸ਼ਨ ਹੈ, 11 ਤੋਂ 1 ਵਜੇ ਤੱਕ। ਪਹਿਲਾਂ 12 ਵਜੇ ਲਾਈਵ ਔਨ ਲੋਕੇਸ਼ਨ ਸੀ, ਆਪਾਂ ਘੰਟਾ ਆਪਣਾ ਕਹਿ ਕੇ ਵਧਾਇਆ। 1 ਵਜੇ ਤੱਕ ਆਪਣੀ ਗੱਲਬਾਤ ਹੋਣੀ ਹੈ। ਪਹਿਲੇ ਹਿੱਸੇ 'ਚ ਖਬਰਾਂ ਤੁਹਾਨੂੰ ਸੁਣਾਉਣੀ ਹੈ ਤੇ 12 ਤੋਂ 1 ਮੇਰਾ ਪਿੰਡ ਮੇਰੇ ਖੇਤ ਦੇ ਵਿੱਚ। ਪੇਂਡੂ ਸੱਭਿਆਚਾਰ ਦੀ ਆਪਾਂ ਬਹੁਤ ਗੱਲ ਕਰ ਲਈ ਪਿਛਲੇ 5-6 ਵਰ੍ਹਿਆਂ ਦੇ ਵਿੱਚ, ਗੱਲਾਂ ਰਿਪੀਟ ਹੋ ਰਹੀਆਂ ਨੇ। ਮੈਂ ਇਹਦੇ ਵਿੱਚ ਸਿੱਖ ਇਤਿਹਾਸ, ਸਿੱਖ ਸੱਭਿਆਚਾਰ ਦੇ ਬਾਰੇ ਗੱਲਬਾਤ ਕਰਨੀ ਚਾਹੁੰਦਾ। ਅੱਜ ਹੁਣ ਜਿਹੜੇ ਪੰਜਾਬ ਦੇ ਵਿੱਚ ਹੁਣ ਦੀ ਜਿਹੜੀ ਪਨੀਰੀ ਆ, ਜਾਂ ਅਸੀਂ ਪਹਿਲੇ ਆ ਜਾਂ ਸਾਤੋਂ ਵੱਡੇ ਆ, ਅਨੰਦਪੁਰ ਸਾਹਿਬ ਦਾ ਮਤਾ ਕੀ ਹੈ, ਧਰਮਯੁੱਧ ਮੋਰਚਾ ਕੀ ਸੀ, ਉਹਦਾ ਇੱਕੇ ਪੱਖ ਸਾਨੂੰ ਪਤਾ ਵੀ 1984 ਜੀ ਸਾਕਾ ਨੀਲਾ ਤਾਰਾ ਜੀ ਅੰਦਰ ਹਥਿਆਰਬੰਦ ਸੰਘਰਸ਼ ਦੇ ਜਿਹੜੇ ਖਾੜਕੂ ਸਨ ਉਹਨਾਂ ਦੇ ਸੀ, ਇਹਦੇ ਕਰਕੇ ਇੰਦਰਾਂ ਨੇ ਫੌਜਾਂ ਚੜ੍ਹਤੀਆਂ, ਮੁੜ ਕੇ ਇੰਦਰਾਂ ਮਾਰਤੀ ਦੇ ਨਵੰਬਰ ਹੋ ਗਿਆ। ਪਰ ਧਰਮਯੁੱਧ ਮੋਰਚਾ ਤੇ ਅਨੰਦਪੁਰ ਸਾਹਿਬ ਦਾ ਮਤਾ, ਅਨੰਦਪੁਰ ਸਾਹਿਬ ਦਾ ਮਤਾ ਕੀ ਸੀ, ਉਹਦੇ ਕਾਰਨ ਕੀ ਸੀ, 1920 ਤੋਂ ਲੈ ਕੇ ਜਦ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ ਤੇ ਸ਼੍ਰੋਮਣੀ ਅਕਾਲੀ ਦਲ ਬਣੀ ਆ, ਉਸ ਖਿੱਤੇ ਦੇ ਵਿੱਚ ਅੰਗਰੇਜ਼ਾਂ ਤੋਂ ਲੈ ਕੇ 47 ਤੋਂ ਲੈ ਕੇ ਫਿਰ ਪੰਜਾਬੀ ਸੂਬੀ ਤੇ ਉਹਦੇ ਕਾਰਨ ਤੇ ਅਨੰਦਪੁਰ ਸਾਹਿਬ ਦਾ ਮਤਾ ਤੇ ਅੱਜ ਗੱਲ ਕਿੱਥੇ ਖੜੀ ਆ, ਇੱਥੇ ਲਿਆ ਕੇ ਆਪਾਂ ਅੱਜ ਗੱਲ ਨਿਬੇੜਾਂਗੇ। ਕੋਸ਼ਿਸ਼ ਕਰਾਂਗਾ ਕਿ ਸਮਾਂ ਰਹਿ ਜਾਵੇ, ਤੁਸੀਂ ਵੀ ਸ਼ਾਮਿਲ ਹੋਵੋ। ਬਸ ਛੇਤੀ ਮੈਂ ਇਸ ਨੂੰ ਸਮਾਪਤ ਕਰਾਂਗਾ। 12 ਵਜੇ ਆਪਾਂ ਸ਼ੁਰੂ ਕਰਾਂਗੇ ਗੱਲ 1-844-247-1550, ਕਿਉਂਕਿ ਇਹ ਬੜੀ ਮੁਸ਼ਕਲ ਹੈ ਕਿ ਸਾਨੂੰ ਜਦ ਜਾਣਕਾਰੀ ਦੀ ਕਮੀ ਹੈ, ਘਾਟ ਹੈ, ਤਾਂ ਅਸੀਂ ਨਿਰਣੇ ਇਹੋ ਜਿਹੇ ਲੈ ਲੈਂਦੇ ਜਿਹੜੇ ਬੜੇ ਅਨੁਕੂਲ ਨਹੀਂ ਹੁੰਦੇ, ਮਾੜੇ ਲੱਗਦੇ। ਸੋ ਕੋਸ਼ਿਸ਼ ਕਰਿਆ ਕਰਾਂਗੇ ਕਿ ਸਿੱਖ ਇਤਿਹਾਸ ਦੀ ਵੀ ਝਾਤ ਮੇਰਾ ਪਿੰਡ ਮੇਰੇ ਖੇਤ 'ਚ ਸ਼ੁੱਕਰਵਾਰ ਨੂੰ ਪਾਈ ਜਾਵੇ ਤੇ ਨਾਲ ਸਿੱਖ ਸੱਭਿਆਚਾਰ, ਜਿਹੜਾ ਕਿ ਪਿੰਡ ਦੇ ਸੱਭਿਆਚਾਰ ਤੇ ਸਿੱਖ ਸੱਭਿਆਚਾਰ ਨੂੰ ਤੁਸੀਂ ਅਲੱਗ ਅਲੱਗ ਨਹੀਂ ਕਰ ਸਕਦੇ, ਕਿਉਂਕਿ ਪੰਜਾਬ ਵੱਸਦਾ ਹੀ ਪਿੰਡਾਂ 'ਚ, ਵੱਸਦਾ ਸੀ ਪਿੰਡਾਂ 'ਚ। 1-844-247-1550 ਆਉਂਦੇ ਆ ਨੰਬਰ ਹੈ, 1-844-247-1550 ਵਸਣ ਲੱਗੇਗਾ ਪਿੰਡਾਂ 'ਚ ਕਦੇ। KRPRadio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ ਪ੍ਰੋਗਰਾਮ, ਰਹਿ ਜਾਓ ਤਾਂ ਯੂਟਿਊਬ ਤੇ ਪਾਇਆ ਹੁੰਦਾ ਲੋਕ ਸੱਤ ਦੇ ਥੱਲੇ। ਧੰਨਵਾਦ ਹੈ ਕੱਲ ਜਿਹੜੇ ਫੋਨ ਤੁਸੀਂ ਕੀਤੇ ਮੈਲਬੋਰਨ ਤੇ ਬਾਈ ਇੰਦਰ ਸਿੰਘ ਗਿੱਲ, ਨਿਊਯਾਰਕ, ਦੂਰ ਦੂਰ ਤੇ ਜਿੰਨੇ ਵੀ ਤੁਸੀਂ ਵੀਰ ਬੈਠੇ ਹੋ, ਪਿੰਦਰ ਬਰਾੜ ਹੋਣੀ ਤੇ ਧੰਨਵਾਦ ਹੈ ਜਿੱਥੇ ਵੀ ਬੈਠੇ ਸੁਣਦੇ ਹੋ। ਬਹੁਤ ਲੰਬੀ ਲਿਸਟ ਹੈ, ਪਰ ਯੂਰਪ ਦੇ ਦੇਸ਼ਾਂ ਦੇ ਵਿੱਚੋਂ, ਖਾਸ ਤੌਰ ਤੇ ਫਿਨਲੈਂਡ ਦੇ ਵਿੱਚੋਂ ਤੇ ਹਾਂਗਕਾਂਗ ਦੇ ਵਿੱਚੋਂ, ਜਿੱਥੇ ਵੀ ਤੁਸੀਂ ਬੈਠੇ ਜਿਉਂਦੇ ਵਜ਼ਰੋ, ਗੈਰੀ ਕਲਾਰ ਹੋਣੀ ਇੰਗਲੈਂਡ ਦੇ ਵਿੱਚ, ਇੱਕ ਇੱਕ ਚਾਹੇ ਸੁਣੋ, ਇੱਕ ਇੱਕ ਦੇਸ਼ ਦੇ ਵਿੱਚ ਦੇਸ਼ਾਂ ਦਾ ਨਾਂ ਸ਼ਾਮਿਲ ਹੋ ਗਿਆ। ਧੰਨਵਾਦ। ਤੇ ਦਫ਼ਤਰ ਦਾ ਨੰਬਰ 6044-4064-6462, info@krpradio.com ਤੇ ਤੁਸੀਂ ਦਫ਼ਤਰ ਨੂੰ ਈਮੇਲ ਕਰ ਸਕਦੇ ਹੋ। ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਅਕਾਊਂਟ ਤੁਸੀਂ ਹਲੇ ਵੀ ਉਸਨੂੰ, ਕੋਸ਼ਿਸ਼ ਕਰਾਂਗੇ ਆਪਾਂ ਅਕਾਊਂਟ ਨੂੰ ਪੇਜ ਦੇ ਵਿੱਚ ਬਦਲ ਦਈਏ, ਕਿਉਂਕਿ 5000 ਤੋਂ ਵੱਧ ਉਹਦੇ ਤੇ ਜਾਂਦੇ ਨਹੀਂ, ਤੁਹਾਡੀਆਂ ਰਿਕੁਐਸਟ ਹਰ ਰੋਜ਼ ਆ ਰਹੇ ਨੇ। ਪਲੀਜ਼ ਜਦ ਤੱਕ ਲਾਈਕ ਵਾਲਾ ਬਟਨ ਦੱਬ ਦਿਓ, ਨਾਲ ਸ਼ਾਮਿਲ ਹੋ ਜਾਓ ਤੇ ਫਿਰ ਉਸਨੂੰ ਪੇਜ 'ਚ ਬਦਲਦੇ ਹਾਂ ਆਪਾਂ। ਇਸ ਦੇ ਨਾਲ ਹੀ 604-729-1224, 6047-291-224 ਆਉਣ ਏਅਰ ਨੰਬਰ, ਸੋਰੀ ਇਹ ਵਟਸਐਪ ਤੇ ਟੈਕਸਟ ਦਾ ਨੰਬਰ ਹੈ, ਇੱਥੇ ਤੁਸੀਂ ਮੇਰੇ ਨਾਲ ਵਟਸਐਪ ਜਾਂ ਟੈਕਸਟ ਇਸ ਨੰਬਰ ਤੇ ਕਰ ਸਕਦੇ ਹੋ। ਇਲ ਦੇ ਆਲ ਨੇ ਦੱਕਾਂ ਦੇ ਹੁੰਦਾ ਮਮੀਰੇ ਦਾ, ਜੈਕ ਡੈਨੀਅਲ ਵੀ ਤੋੜ ਨੀ ਭੰਨਦੀ ਪਾਏ ਸੀਰੇ ਦਾ, ਗਿਣਤੀਆਂ ਮਿੰਤੀਆਂ ਖਾਤਰ ਗਿੱਠ ਜਾਂ ਚੱਪੇ ਹੁੰਦੇ ਨੇ, ਕੋਬਰੇ ਮਾਂਬੇ ਨੀ ਹੋਏ ਸੱਪ ਖੜੱਪੇ ਹੁੰਦੇ ਨੇ, ਕੱਲਾ ਨਹੀਂ ਉਹ ਜੋੜੀ ਹੁੰਦੀ ਹੈ ਨਾਗਾ ਕਾਲਿਆਂ ਦੀ, ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ, ਰਿਸ਼ਤੇ ਨਾਤੇ ਕੱਢਣਾ ਵੀ ਕੰਮ ਬੜਾ ਹਿਸਾਬੀ ਹੈ, ਹੇਮਾ ਮਾਲਣੀ ਕੁੱਲ ਪੰਜਾਬ ਦੀ ਸਾਂਝੀ ਭਾਬੀ ਹੈ, ਇੱਟਾਂ ਪੱਲੀਆਂ ਥੈਲਿਆਂ ਤੇ ਉਂਝ ਇਕੱਠੇ ਬਹਿੰਦੇ ਨੇ, ਕਮਲਾ ਨਹੀਂ ਇਹ ਕਹਿੰਦੇ
ਮੰਗੇ ਵਾਲੀਆ ਕਹਿੰਦੇ ਨੇ, ਮਾਲਵੇ ਚ ਕਮਲੇ ਨੂੰ ਮੰਗੇ ਵਾਲੀਆ ਕਹਿੰਦੇ ਨੇ। ਸਾਰ ਹੁੰਦੀ ਹੈ ਨੇੜ ਤੇੜ ਦੀ ਆਲ ਦੁਆਲਿਆਂ ਦੀ, ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ। ਦਾਰੇ ਵਰਗਾ ਮੱਲ ਦੁਨੀਆ ਤੇ ਮੁੜ ਕੇ ਆਉਣਾ ਨੀ, ਸਨੀ ਦਿਓਲ ਜਾਂ ਝੋਟਾ ਐਕਟਰ ਦੂਜਾ ਹੋਣਾ ਨੀ, ਪੁੱਤ ਜੱਟਾਂ ਦੇ ਨਾਲੇ ਛੋਲੇ ਮੁੜ ਕੇ ਬਣਨੀਆਂ ਨਾ, ਅੰਗਰੇਜ਼ੀ ਵਾਲੇ ਰੈਂਬੋ ਉਵੇਂ ਹਿੱਕਾਂ ਤਣਨੀਆਂ ਨਾ। ਅੰਜਲੀਨਾ ਜੋਲੀ ਚੰਦਰੀ ਧਣਕਣ ਬਣ ਗਈ ਵਾਲਿਆਂ ਦੀ, ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ। ਫੁੱਲਾਂ ਵਾਲੀਆਂ ਨਿਕਰਾਂ ਰੋਲ ਕੇ ਰੱਖ ਦੇਣ ਜੌਕੀ ਨੂੰ, ਅੰਡਰਟੇਕਰ ਕਹਿੰਦੇ ਕੱਲ ਫਿਰ ਢਾ ਗਿਆ ਰੋਕੀ ਨੂੰ, ਖੂਨ ਮਾਫ ਨੇ ਸੱਤ ਬਈ ਅੱਗ ਬੁਝਾਉਣੀ ਗੱਡੀ ਨੂੰ, ਕਹਿਣ ਚਮਕਦੀ ਸਭ ਤੋਂ ਵੱਧ ਖੁਸਰੇ ਦੀ ਅੱਡੀ ਨੂੰ, ਸ਼ੱਕ ਦੇ ਘੇਰੇ ਸਦਾਈ ਰਹਿੰਦੀ ਤੱਕੜੀ ਲਾਲਿਆਂ ਦੀ, ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ। ਸਦੀਕ ਗਾ ਗਿਆ ਸੁੱਚਾ ਸ਼ਿੰਦਾ ਮੌੜ ਜਿਉਣਾ ਬਈ, ਭਰੋਵਾਲ ਦੇ ਸਿੱਧੂ ਵਾਂਗ ਵੀ ਕਿਸੇ ਨੇ ਗਾਉਣਾ ਨਹੀਂ, ਯਾਰ ਬੋਲਦਾ ਲਾਉਂਦਾ ਅਜੇ ਵੀ ਪਿੱਠ ਛਲਾਰੂਆਂ ਦੀ, ਡੋਬਤੀ ਸੀ ਚਮਕੀਲੇ ਬੇੜੀ ਵੱਡਿਆ ਤਾਰੂਆਂ ਦੀ, ਮਾਨਕ ਕਰ ਗਿਆ ਗੀਤਾਂ ਵਿੱਚ ਗੱਲ ਜੱਗ ਦੇ ਚਾਲਿਆਂ ਦੀ, ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ। ਠੋਕਰਾਂ ਵਾਲੇ ਜੁੜਦੇ ਨਾ ਕਦੇ ਮੂਹਰੇ ਰੇੜੇ ਦੇ, ਨਿਆਗਰਾ ਫਾਲ ਤੋਂ ਚੱਕਵੇਂ ਟੋਭੇ ਪਿੰਡ ਸੰਘੇੜੇ ਦੇ, ਕੱਸੀਆਂ ਨਿਕਲਣ ਐਵੇਂ ਆਵਾ ਗਾਉਣ ਨੀ ਜਾਣੀ ਦਾ, ਤੱਤ ਸਾਰ ਕਦੇ ਮਿੱਤਰਾ ਟੇਕ ਕੇ ਸੁਣੀ ਕਹਾਣੀ ਦਾ, ਪੂਛ ਨੀ ਕਦੇ ਮਰੋੜੀ ਦੀ ਵਿਚਕਾਰ ਕੇ ਠਾਲਿਆਂ ਦੀ, ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ। ਦੇਖ ਕੇ ਹੱਸੇ ਹੱਸਦੇ ਜੰਬੋ ਜੈੱਟ ਦੀਆਂ ਲਾਟਾਂ ਤੇ, ਕਹਿਣ ਟਰੂਡੋ ਬੀਜੇ ਲਾ ਦੋ ਹੁਣ ਰਾਸ਼ਨ ਕਾਟਾਂ ਤੇ, ਇੰਡੀਆ ਪਾਕ ਜੇ ਰਲ ਗਏ ਦੁਨੀਆ ਬਾਣੀ ਪਾ ਲੈਣਗੇ, ਬਾਹਲੀ ਵੱਡੀ ਗੱਲ ਹੀ ਇਹ ਅਮਰੀਕਾ ਢਾ ਲੈਣਗੇ, ਮਾਂਗਟਾ ਰੇਲ ਬਣਾ ਦੇਣਗੇ ਗੋਰਿਆਂ ਕਾਲਿਆਂ ਦੀ, ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ, ਇੱਥੇ ਆ ਕੇ ਗੱਲ ਮੁੱਕਦੀ ਹੈ ਪਿੰਡਾਂ ਵਾਲਿਆਂ ਦੀ। ਸੁਰਿੰਦਰ ਸਿੰਘ ਦਾਊ ਮਾਜਰਾ ਲਿਖਦਾ ਪਿੰਡਾਂ ਦੀ ਗੱਲ। 11:29 ਹੋਏ ਆ ਜੀ, ਸਾਰਿਆਂ ਦਾ ਧੰਨਵਾਦ ਜਿੱਥੇ ਵੀ ਤੁਸੀਂ ਬੈਠੇ ਹੋ, ਤੇ ਸ਼ੁੱਕਰਵਾਰ ਨੂੰ ਕੰਮ ਰੇਵੇਂ ਰੱਖੀਦਾ, ਸ਼ੁਰੂ ਚ ਘੁੱਦੇ ਦੀ ਉਹ ਸੁਣਾ ਦਵਾਂ ਫਿਰ ਅੱਗੇ ਤੁਰਦਾ। ਘੁੱਦਾ ਸਿੰਘ ਕਹਿੰਦਾ ਕਹਿੰਦਾ ਇੱਥੇ 5-7 ਜਮਾਤਾਂ ਕਰਾ ਕੇ ਫਿਰ ਕਹਿੰਦੇ ਚੱਲ ਆੜਤੀਏ ਜੋਗਾ ਹੋ ਗਿਆ, ਹੁਣ ਕੀ ਕਰਨਾ, ਆ ਜਾ ਪੁੱਤ ਖੇਤੀ ਚ। ਅੱਥ ਨੇ ਕਹਿਣਾ ਆ ਖੇਤੇ ਉਗਾਈਆਂ ਸ਼ਗਮਲਾਂ ਦੀ ਸਬਜ਼ੀ ਨਾਲ, 5-4 ਕਹਿੰਦਾ ਮੱਕੀ ਦੀਆਂ ਵੇੜ ਕੇ ਤੇ ਦੁੱਧ ਸਿੱਟ ਕੇ ਉੱਪਰ ਦੀ, ਤੇ ਇੱਕ ਸੰਭੈਲੀਆਂ ਜਿਹੀਆਂ ਲੋਈਆਂ ਲੈ ਕੇ ਕਹਿੰਦਾ 7-4 ਨੇ ਸੁਣਾ ਸੁਣਾ ਕੇ ਨਾਭੇ ਦੇ ਗੱਭੇ ਦੀਆਂ ਬੱਖੀਆਂ ਇਕੱਠੀਆਂ ਕਰ ਦਿੰਦੇ। ਕਹਿੰਦਾ ਕੇਰਾ ਐਵੇਂ ਜਿਵੇਂ ਆਹੀ ਕੱਤੇ ਮੱਘਰ ਦੇ ਦਿਨ ਸੀ, ਠੰਡ ਜਿਹੀ ਸੀ, ਕਿਸੇ ਦਾ ਜਵਾਈ ਪਹਿਲੀ ਵਾਰ ਆਪਣੇ ਸਹੁਰੇ ਵਾ ਗਿਆ, ਸਹੁਰੇ ਘਰੇ ਵਾਹਵਾ ਇਕੱਠ ਹੋਏ, ਪ੍ਰਾਹੁਣਾ ਪਹਿਲੀ ਵਾਰ ਆਉਣਾ, ਮੇਚ ਕੁਰਸੀਆਂ ਸੋਫੇ ਪੂਰਾ ਫੁੱਲ ਮਾਹੌਲ। ਜਵਾਈ ਨੇ ਕਹਿੰਦਾ ਜਾ ਕੇ ਸੱਸ ਸਹੁਰੇ ਦੇ ਗੋਡੀ ਹੱਥ ਲਾ ਕੇ ਬਾਕੀਆਂ ਨੂੰ ਚਲਾਮ ਜੀ ਸਤਿ ਸ੍ਰੀ ਅਕਾਲ ਕਹਿ ਕੇ ਭੁੰਜੇ ਡੇਰਾ ਲਾ ਤਾ। ਸੱਸ ਕਹਿੰਦੀ ਪੁੱਤ ਤਾਂ ਸੋਫੇ ਤੇ ਬਹਿ ਜਾ, ਭੁੰਜੇ ਕਾਹਨੂੰ ਬਹਿਣਾ ਸੀ। ਪ੍ਰਾਹੁਣਾ ਕਹਿੰਦਾ ਨਹੀਂ ਮਾਤਾ, ਸੋਫਿਆਂ ਤੇ ਤਾਂ ਗਰੀਬ ਨੰਗ ਲੋਕ ਬਹਿਦੇ ਆ, ਵੱਡੇ ਘਰਾਂ ਦੇ ਕਾਕੇ ਤਾਂ ਭੁੰਜੇ ਜ਼ਮੀਨਾਂ ਤੇ ਬਹਿਣਗੇ। ਟੱਬਰ ਦੇ ਪੈਰ ਨਿਕਲ ਗਏ ਵੀ ਆਹ ਕਿਹੜੀ ਨਵੀਂ ਗੱਲ ਕਰਤੀ। ਸੱਸ ਕਹਿੰਦੀ ਪੁੱਤ ਸੋਫਿਆਂ ਤੇ ਗਰੀਬ ਬਹਿਣ ਵਾਲੀ ਗੱਲ ਮੇਰੇ ਸਮਝ ਚ ਨਹੀਂ ਆਈ, ਇਹ ਕੀ ਗਲਾਰੀ ਹੈ। ਪ੍ਰਾਹੁਣਾ ਕਹਿੰਦਾ ਮਾਤਾ ਸੋਫਾ ਜਿਹੜਾ ਹੈ ਉਹ 20-25 ਹਜ਼ਾਰ ਦਾ, ਜ਼ਮੀਨ 2 ਲੱਖ ਨੂੰ ਮਰਲਾ ਹੋਈ ਪਈ ਹੈ। ਟੱਬਰ ਬੱਖੀਆਂ ਕਹਿੰਦਾ ਫੜ ਕੇ ਕੰਧਾਂ ਨੂੰ ਵੱਜਦਾ ਫਿਰੇ, ਇਹੋ ਜਿਹੇ ਹੁੰਦੇ ਨੇ ਪਿੰਡ ਵਾਲੇ ਨੈਵੀਗੇਟਰ। ਘੁੱਦਾ ਸਿੰਘ ਨੇ ਸਾਜਰੇ ਸੁਣਾ ਤੀ ਅੱਜ ਸ਼ੁਰੂਆਤ ਦੇ ਵਿੱਚ। CKNW 980 ਤੇ ਲਿੰਡਾ ਸਟੀਲ ਦੇ ਸ਼ੋਅ ਦੇ ਵਿੱਚ ਗੱਲਬਾਤ ਕਰਦੇ ਆ ਸਰੀ ਦੇ ਕੌਂਸਲਰ ਜੈਕ ਨੇ ਕਿਹਾ ਕਿ ਸਾਨੂੰ ਜਿਹੜਾ ਮੇਅਰ ਹੈ ਡਗ ਮਕਲਮ, ਉਹ ਬੁਲੀ ਹੈ, ਬੁਲੀ ਸ਼ਬਦ ਬਹੁਤ ਵੱਡਾ, ਗੱਲ ਕਹਿਣੀ ਨਹੀਂ ਬਣਦੀ। ਜੈਕ ਹੁੰਦਲ ਨੇ ਲਿੰਡਾ ਸਟੀਲ ਦੇ ਸ਼ੋਅ ਤੇ ਗੱਲ ਤਾਂ ਕਹਿ ਦਿੱਤੀ, ਪਰ ਭਾਈਚਾਰੇ 'ਚ ਇਸ ਗੱਲ ਦਾ ਬੜਾ ਰੇੜਕਾ ਪਿਆ, ਕਿਉਂਕਿ ਸ਼ਹਿਰ ਦਾ ਕੰਮ ਕਰਦਾ, ਲੋਕਾਂ ਨੇ ਵੋਟਾਂ ਨਾਲ ਮੇਅਰ ਨੂੰ ਜਿਤਾਇਆ, ਤੇ ਮੇਅਰ ਦੀ ਟੀਮ ਦੇ ਵਿੱਚ ਜੈਕ ਹੁੰਦਲ ਹੋਣੀ ਬਣੇ ਨੇ, ਪੈਡੀਗਰੀ ਹੋਣੀ ਤੇ ਬ੍ਰਿੰਡਾ ਲੋਕ ਹੋਣੀ ਜਿਹੜੇ ਪਰਾਂ ਹੋਏ ਬੈਠੇ ਆ, ਹੁਣ ਇੰਡੀਪੈਂਡੈਂਟ ਖੜ ਕੇ ਹੁਣ ਪਤਾ ਲੱਗੂਗਾ ਵੋਟਾਂ ਕਿੰਨੀਆਂ ਪੈਂਦੀਆਂ ਅਗਲੀ ਵਾਰ, ਫਿਰ ਪਤਾ ਲੱਗਣਾ ਕਿ ਕਿੱਥੇ ਕੁ ਅਸੀਂ ਖੜੇ ਹਾਂ। ਬੁਲੀ ਕਹਿਣ ਤੇ ਜਿਹੜਾ ਸ਼ਬਦ ਉਹਨਾਂ ਨੂੰ ਇਉਂ ਲੱਗਦਾ ਕਿ ਵੀ ਜਿਹੜੀ ਚੀਜ਼ ਚਾਹੁੰਦੇ ਨੇ ਮੇਅਰ ਆਪਣੀ ਉਹ ਪਾਸ ਕਰਾਉਂਦੇ ਨੇ, ਉਹਨਾਂ ਕੋਲ 4 ਕੌਂਸਲਰ ਨੇ, ਤੇ ਉਹਦੇ ਕਰਕੇ ਅਲਫਰਡ ਆ, ਗੋਇਰਾ, ਪੈਟਿਸਨ ਤੇ ਸੋਰੀ ਪੈਟਰਨ ਤੇ ਨਾਲ ਆਪਣਾ ਮੁੰਡਾ ਨਾਗਰਾ,
4 ਵੋਟਾਂ ਨਾਲ ਜਿੱਤ ਜਾਂਦੇ ਨੇ ਤੇ ਇਹ ਪੰਜਵੀਂ ਆਪ ਉਹ ਪਾ ਲੈਂਦੇ ਨੇ, ਪਰ ਉਹਦੇ ਵਿੱਚ ਹੁਣ ਆਪਣੀ ਜ਼ਮੀਨ ਤਾਂ ਬੈਨ ਨਹੀਂ ਨਾ ਕੀਤੀ ਮੇਅਰ ਨੇ ਕੋਈ, ਸ਼ਹਿਰ ਦੀ ਉਹ ਤਰੱਕੀ ਕਰ ਰਿਹਾ, ਇਹ ਚ ਬੁਲੀ ਕਰਨ ਦੀ ਕਿਹੜੀ ਕਹਾਣੀ। RCMP ਦਾ ਜਿਹੜਾ ਸਰੀ ਪੁਲਿਸ ਡਿਪਾਰਟਮੈਂਟ ਦੀ ਟ੍ਰਾਂਜੀਸ਼ਨ ਆ ਉਹਦੇ ਤੋਂ ਜੈਕ ਹੁੰਦਲੋਂ ਨਹੀਂ ਬਾਹਲੇ ਔਖੇ ਨੇ, ਪਰ ਹੁਣ ਉਹਦੇ ਚ ਹੁਣ ਤੁਸੀਂ ਵੋਟਾਂ ਉਸ ਬਿਨਾਂ ਤੇ ਜਿੱਤੀਆਂ ਨੇ ਤਾਂ ਉਹਦੇ ਕਰਕੇ ਹੁਣ ਔਖੇ ਹੋਣ ਦੀ ਨਹੀਂ ਲੋੜ ਹੈ। ਕਈ ਵਾਰ ਜੈਕ ਹੁੰਦਲ ਜੀ ਸਲਾਹੀਏ ਤੇ ਮੈਂਟੋਰ ਇਹੋ ਜਿਹੇ ਮਾੜੇ ਹੁੰਦੇ ਨੇ ਜਿਹੜੇ ਖਾਰੇ ਕਿਤੇ ਪਾਣੀ ਚ ਸਿੱਟ ਦਿੰਦੇ ਨੇ, ਖਿਆਲ ਰੱਖਿਓ ਇਹੋ ਜਿਹੇ ਬਰੋਟਿਆਂ ਦੇ ਥੱਲੇ ਨਾ ਬੈਠਿਓ ਜਿਨ੍ਹਾਂ ਦੇ ਥੱਲੇ ਕਿਤੇ ਘਾਹ ਵੀ ਨਹੀਂ ਹੁੰਦਾ, ਇਤਿਹਾਸ ਸਾਹਮਣੇ ਆ ਸਰੀ ਦਾ, ਖਿਆਲ ਰੱਖਿਓ। ਗੱਲ ਉਹ ਕਰੋ ਜਿਹੜੀ ਲੋਕਾਂ ਚ ਪਿਆਰ ਬਣੇ, ਸਤਿਕਾਰ ਬਣੇ, ਆਪਣੇ ਇੰਚਾਰਜ ਨੂੰ ਆਪਣੇ, ਠੀਕ ਹੈ ਡੈਮੋਕ੍ਰੇਸੀ ਆ ਕੋਈ ਵੀ ਗੱਲ ਕਰ ਸਕਦੇ, ਪਰ ਬੁਲੀ ਵਾਲਾ ਕੋਈ ਸ਼ਬਦ ਜਿਹੜਾ ਉਹ ਐਪਰੋਪ੍ਰੀਏਟ ਨਹੀਂ ਹੈ, ਕਿਉਂਕਿ ਅਜਿਹਾ ਕੁਛ ਨਹੀਂ ਹੋਇਆ ਜਿੱਥੇ ਮੇਅਰ ਨੇ ਕਿਤੇ ਬੁਲੀਨੈਸ ਦਿਖਾਈ ਹੋਵੇ। ਹਾਂ, ਕਮਿਊਨਿਟੀ ਦਾ ਕੰਮ ਕਰਕੇ ਉਹ ਵੋਟਾਂ ਹੱਕ ਚ ਪਵਾ ਕੇ ਤੇ ਉਹਨੇ ਨਿੱਜੀ ਤੌਰ ਤੇ ਇਹੋ ਜਿਹਾ ਕੁਛ ਨਹੀਂ ਕੀਤਾ, ਇੱਕ ਪੁਰਾਣਾ ਰੈਂਚਰ ਆ ਜਿੱਥੇ ਹੁਣੇ ਬੈਠਾ, ਜਿੱਥੇ 30 ਵਰੇ ਪਹਿਲਾਂ ਦਾ ਬੈਠਾ ਸੀ, ਕੁਛ ਨਹੀਂ ਬਣਾਇਆ। ਜਿਹਨਾਂ ਨੇ ਜਿਹੜੇ ਇੱਥੇ ਕੱਲ ਤੁਰੇ ਫਿਰਦੇ 20-25 ਵਰੇ ਪਹਿਲਾਂ ਆ ਕੇ ਅੱਜ 50-50, 100-100 ਮਿਲੀਅਨ ਦੀਆਂ ਜਾਇਦਾਦਾਂ ਬਣਾਈ ਫਿਰਦੇ ਨੇ, ਕਦੇ ਉਹਨਾਂ ਦੀਆਂ ਫਾਈਲਾਂ ਕਿਤੇ ਖੁੱਲਣ ਨਾ ਪਤਾ ਲੱਗੇ ਬਣੇ ਕਿਵੇਂ ਨੇ, ਫਿਰ ਕਹਾਣੀ ਹੋਵੇ। ਇਹੀ ਗੱਲ ਦਾ ਰੌਲਾ ਕਿ ਇਸ ਦੇਸ਼ ਦੇ, ਇਸ ਲੋਕਤੰਤਰ ਦੇ ਵਿੱਚ, ਇਸ ਵਧੀਆ ਦੇਸ਼ ਦੇ ਵਿੱਚ ਆ ਜਦ ਕੁਛ ਹੁੰਦਾ ਤਾਂ ਇਹਦੀ ਨੱਥ ਕਿਉਂ ਨਹੀਂ ਪੈਂਦੀ, ਚਾਹੇ ਉਹ ਪੈਸੇ ਕਮਾਉਣ ਦੀ ਹੈ ਚਾਹੇ ਵੋਟਾਂ ਦੀ ਹੈ। ਜਿੱਥੇ ਧਾਂਦਲੀ ਹੁੰਦੀ ਹੈ, ਬੁਲੀ ਤਾਂ ਉੱਥੇ ਹੁੰਦੀ ਹੈ ਜਿੱਥੇ ਧੱਕੇ ਨਾਲ ਲੋਕ ਜ਼ਮੀਨ ਵਗੜ ਦਿੰਦੇ ਨੇ, ਜਿੱਥੇ ਅੰਦਰੋਂ ਇਨਫੋਰਮੇਸ਼ਨਾਂ ਮਿਲਦੀਆਂ ਸੀ ਵੀ OCP NCP ਇੱਧਰ ਨੂੰ ਜਾਣੀ ਹੈ, ਉੱਧਰ ਜਾ ਕੇ ਲੈ ਲਓ 1,00,000 ਦੇ, ਮੁੜ ਕੇ 2-2 ਮਿਲੀਅਨ ਦੇ ਵੇਚਦੇ ਆ। ਹੁਣ ਜਦ ਬੁਲੀ ਸੀ, ਹੁਣ ਆਮ ਲੋਕਾਂ ਦੀ ਗੱਲ ਸ਼ਹਿਰ 'ਚ ਹੋ ਰਹੀ ਹੈ, ਮੇਅਰ ਦਾ ਸਤਿਕਾਰ ਆ ਹਰ ਇੱਕ ਬੰਦੇ 'ਚ, ਪਾਰਟੀ ਕੋਈ ਹੋਵੇ ਕਿਸੇ ਦੀ ਗੱਲ ਹੋਵੇ, ਪਰ ਬਹੁਤ ਵੱਡਾ ਸਤਿਕਾਰ ਆ ਮੇਅਰ ਡਗ ਮੁਕੱਲਮ ਦਾ ਸਰੀ ਦੇ ਲੋਕਾਂ ਦੇ, ਖਾਸ ਤੌਰ 'ਤੇ ਸਾਡੀ ਕਮਿਊਨਿਟੀ ਦੇ ਵਿੱਚ। ਇਹ ਮੰਨੋ ਨਾ ਮੰਨੋ, ਹਰ ਇੱਕ ਉਹਦੇ ਕੰਮ 'ਤੇ, ਕੋਈ ਕੰਮ ਕਮਿਊਨਿਟੀ ਦਾ ਹੋਵੇ ਜਿਹਦੇ 'ਤੇ ਉਹਨੇ ਕਦੇ ਨਾ ਕੀਤੇ ਹੋਵੇ, ਔਰ ਮਾਣ ਨਾਲ ਕਹਿੰਦਾ ਮੈਨੂੰ ਦੱਸੋ ਮੈਂ ਕੀ ਕਰਾਂ ਤੁਹਾਡੇ ਲਈ, ਤੁਸੀਂ ਮੈਨੂੰ ਦੱਸੋ ਮੈਂ ਕੀ ਕਰਾਂ ਤੁਹਾਡੇ ਲਈ, ਲੋਕਾਂ ਦੀ ਮੰਗ 'ਤੇ ਉਹ ਅੱਗੇ ਉਹਨੂੰ ਮੂਵ ਫਾਰਵਰਡ ਕਰਦਾ। ਸੋ ਇਹ ਰਾਜਨੀਤੀ, ਕਈ ਵਾਰ ਤੁਸੀਂ ਕਿਸੇ ਦੇ ਪਿੱਛੇ ਲੱਗ ਕੇ, ਕਿਸੇ ਦੀ ਸੁਣ ਕੇ ਗੱਲਾਂ ਕਰਨ ਲੱਗ ਜਾਂਦੇ ਹੋ, ਜਿਹੜੀ ਕਿ ਬਹੁਤ ਵੱਡੀ ਇੱਕ ਰਾਜਨੀਤਿਕ ਤੌਰ 'ਤੇ ਖੁਦਕੁਸ਼ੀ ਹੁੰਦੀ ਹੈ, ਖਾਸ ਤੌਰ 'ਤੇ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਅੱਜ ਤੱਕ ਕੋਈ ਉੱਠਣ ਹੀ ਨਹੀਂ ਦਿੱਤਾ ਕਿਸੇ ਲੈਵਲ 'ਤੇ। ਜਦ ਉਹ ਸਲਾਹੀਏ ਹੋਣਗੇ ਉਹਨਾਂ ਦੇ ਵਿੱਚੋਂ ਫਿਰ ਗੱਲਾਂ ਵਧੀਆ ਨਹੀਂ ਨਿਕਲਦੀਆਂ। ਉਹ ਮੇਅਰ ਦਾ ਸਤਿਕਾਰ ਇਹਨਾਂ ਨਾਲ ਵੱਧਦਾ, ਲੋਕ ਖਫਾ ਹੋ ਗਏ, ਲੋਕ ਕਹਿੰਦੇ ਫਿਰ ਖੜੋ, ਵਿਦਡਰਾ ਕਰੋ, ਰਿਜ਼ਾਈਨ ਕਰੋ। ਇੱਕ ਹੋਰ ਵੀ ਇਹਦੇ 'ਚ ਚਾਹੀਦਾ, ਕੌਂਸਲਰ ਦੀ ਜਿਹੜੀ ਨੌਕਰੀ ਤੇ ਮੇਅਰ ਦੀ ਜਿਹੜੀ ਨੌਕਰੀ ਚਾਹੀਦੀ ਹੈ, ਇਹਦੇ ਵਿੱਚ ਇੱਕ ਹੋਰ ਤਰਮੀਮ ਕਰਨ ਦੀ ਲੋੜ ਆ ਕਿ ਬੰਦਾ 2 ਜੌਬਾਂ ਨਾ ਕਰੇ, 1 ਜੌਬ ਕਰੇ। ਜੇ ਉਹ ਕੌਂਸਲਰ ਆ ਤਾਂ 80,000 ਚੋਂ ਗੁਜ਼ਾਰਾ ਕਰਨ ਵਾਲਾ ਹੋਵੇ ਤਾਂ ਕੌਂਸਲਰ ਲੜੇ, ਜਦ ਉਹ 80,000 ਇੱਧਰੋਂ ਤੇ 80,000 ਕਿਤੋਂ ਹੋਰ ਬਣਦਾ, ਉਹਨੂੰ ਡਰ ਨਹੀਂ ਹੈ ਨੌਕਰੀ ਖੁੱਜਣ। ਰਾਜਨੀਤੀ ਫੁੱਲ ਟਾਈਮ, ਇਹ ਸੋਮਵਾਰ ਨੂੰ 1 ਦਿਨ ਜਿਹੜੀ ਹੈ ਕੌਂਸਲ ਦੀ ਮੀਟਿੰਗ ਆ, ਬਾਕੀ ਦਿਨ ਵੀ ਇਹ ਕੰਮ ਕਰਨ ਵਾਲਾ। ਜਦ ਤੁਸੀਂ ਨਾਲ ਜੌਬ ਕਰਦੇ ਹੋ, ਕੀਤਾ ਤਾਂ ਸੀ, ਕਿਉਂਕਿ ਕਈ ਸ਼ਹਿਰਾਂ ਦੇ ਵਿੱਚ ਕੌਂਸਲਰਾਂ ਦੀਆਂ 15,000 ਤਨਖਾਹਾਂ ਨੇ, 10,000 ਤਨਖਾਹਾਂ ਨੇ ਛੋਟਿਆਂ 'ਚ। ਸੋ ਉਹ ਲਾਅ ਦੇ ਥੱਲੇ ਵੀ ਅਗਰ ਬੰਦਾ ਰੋਟੀ ਰੋਜੀ ਆਪਣੀ ਕਮਾਉਂਦਾ ਰਹੇ ਤੇ ਨਾਲ ਇਹ ਵੀ ਚੱਲਦਾ ਰਹੇ। ਹੁਣ ਇਸ ਦੀ ਦੁਰਵਰਤੋਂ ਜਦ ਹੋਣੀ ਹੈ, ਜੇ ਇੱਕ ਬੰਨੇ ਮੇਰੀ $1,00,000 ਦੀ ਤਨਖਾਹ, ਇੱਕ ਬੰਨੇ 80,000 ਦੀ ਆ, ਉਹ ਅਗਲੇ ਨੂੰ ਕੋਈ ਜੇ ਐਂ ਹੋਵੇ ਵੀ ਇਹਦੇ ਨਾਲ ਰੋਟੀ ਚੱਲਦੀ ਹੈ, ਫਿਰ ਤਨਦੇਹੀ ਨਾਲ ਕੰਮ ਕਰੂ ਬੰਦਾ ਤੇ ਸਿੱਧਾ ਹੋ ਕੇ ਕੰਮ ਕਰੂ, ਇਹ ਵੀ ਜ਼ਰੂਰੀ ਹੈ। ਲੋਕਾਂ ਦਾ ਗੁੱਸਾ ਜਿਹੜਾ ਉਹ ਬੜਾ ਜ਼ੋਰ ਤੇ ਆ ਕਿ ਇਹ ਗੱਲ ਨਹੀਂ ਹੋਣੀ ਚਾਹੀਦੀ। ਮੇਅਰ ਦੇ ਲੋਕ ਹੱਕ 'ਚ ਭੁਗਤਦੇ ਆ, ਕਹਿੰਦੇ ਨਾ ਬਿਲਕੁਲ, ਮੇਅਰ ਦੇ ਹੁੰਦੇ ਹੋਏ ਗਲਤੀਆਂ ਹੋਈਆਂ, ਜਦੋਂ ਪਹਿਲਾਂ ਸੀ ਉਹਦੇ ਸਟਾਫ ਨੇ ਉੱਥੇ ਬੁਰਸ਼ਾਗਰਦੀ ਕੀਤੀ, ਪਰ ਉਹ 'ਚ ਜੇ ਕਹੀਏ ਵੀ ਮੇਅਰ, ਹਾਂ ਮੇਅਰ ਇੰਚਾਰਜ ਸੀ, ਮੇਅਰ ਨੂੰ ਉਸ ਸਮੇਂ ਨੱਥ ਪਾਉਣੀ ਚਾਹੀਦੀ ਸੀ। ਜਦ ਇਹੋ ਜਿਹੇ ਲਿਆ ਕੇ ਕਰਪਟ ਦੇਸ਼ਾਂ ਦੇ ਬੰਦੇ ਬਿਠਾ ਤੇ, ਉਹਨਾਂ ਨੇ ਕਰਪਸ਼ਨ ਹੀ ਕਰਨੀ ਹੈ, ਉਹਨਾਂ ਨੇ ਹੋਰ ਕੀ ਕਰਨਾ। ਪਰ ਬੰਦੇ ਰਜਾ ਤੇ ਉਹਨੇ ਰਾਜਣ ਤੋਂ ਬਾਅਦ ਕਈਆਂ ਦੇ ਫਿਰ ਕੇਸ ਵੀ ਚੱਲੇ, ਜਿਹੜੀ ਉਹ ਚੀਜ਼ਾਂ ਕੀਤੀਆਂ ਸੀ, ਕਰਮਿਆਂ ਸੀ, ਇੰਨੇ ਦਵੇਗਾ ਤੇ ਇੰਨੇ ਬਣਾ ਕੇ ਦੇਵਾਂਗੇ, ਹੁਣ ਦਿੱਤੇ ਨੀ, ਕਈ ਮੁੱਕਰ ਗਏ ਜਦੋਂ ਮੇਅਰ ਆਪਣਾ ਮੈਨੇਜਰ ਕੱਢਤਾ ਸੀ, ਕੇਸ ਚੱਲੇ, ਫਿਰ ਗਵਲੇ ਬੰਦਿਆਂ ਨੇ ਕੀਤੀ, ਉਹ ਕਹਿੰਦੇ ਜਦ ਦੀ ਗੱਲ ਜਦ ਗਈ, ਹੁਣ ਤੇਰੇ ਕੋਲੋਂ ਕਲਮ ਨਹੀਂ ਹੈ, ਤੂੰ ਕਿਹੜਾ ਸਿੱਟੀ ਦਾ ਕੁਛ ਲੱਗਦਾ, ਆਓ ਗਏ। ਸੋ ਇਹ ਜਿਹੜੀ ਗੱਲਬਾਤ ਹੋਈ ਹੈ,
ਜਿੰਦਾ ਸਟੀਲ ਉਹਨਾਂ ਦੇ ਸ਼ੋਅ ਤੇ, ਉਸਨੇ ਲੋਕਾਂ ਦੇ ਵਿੱਚ ਹੋਰ ਗੁੱਸਾ ਫੈਲਾਇਆ। ਵਪਾਰਕ ਸੰਦੇਸ਼ਾਂ ਤੋਂ ਬਾਅਦ ਲੰਡਨ ਦੀ ਗੱਲ ਕਰਦਾ ਆ ਕੇ ਲੰਡਨ ਦੇ ਵਿੱਚ ਲੰਡਨ ਬ੍ਰਿਜ ਤੇ ਇੱਕ ਬੈਸਟ ਪਾ ਕੇ ਜਿਹੜੀ ਲੱਗਦੀ ਸੀ ਵੀ ਇਹਦੇ ਵਿੱਚ ਬਰੂਦ ਭਰਿਆ ਤੇ ਚਾਕੂ ਨਾਲ ਹਮਲਾ ਕੀਤਾ, ਕਈ ਜ਼ਖਮੀ ਨੇ। ਇਸ ਦਾ ਤੇ ਆਉਣ ਵਾਲੀਆਂ 12 ਦਸੰਬਰ ਦੀਆਂ ਚੋਣਾਂ ਦੇ ਵਿੱਚ ਬੋਰਿਸ ਦਾ ਪ੍ਰਧਾਨ ਮੰਤਰੀ ਬਣਨਾ ਸਿੱਧ ਹੋ ਗਿਆ ਇਸ ਘਟਨਾ ਤੋਂ ਬਾਅਦ। ਵਪਾਰਕ ਸੰਦੇਸ਼ ਲੰਡਨ ਦੀ ਮੈਂ ਗੱਲਬਾਤ ਕਰਨੀ ਚਾਹੁੰਦਾ ਅੱਜ ਤੁਹਾਡੇ ਨਾਲ, ਲੰਡਨ ਦੇ ਵਿੱਚ ਜਿਹੜੀ ਘਟਨਾ ਹੋਈ ਹੈ। ਉਸ ਤੋਂ ਪਹਿਲਾਂ ਕਾਲਰ ਨੇ, ਰਿਕ ਜੀ ਕੀ ਕਹਿਣਾ ਚਾਹੁੰਦੇ ਲਾਈਨ ਨੰਬਰ 2? ਹਾਂਜੀ ਭਾਈ ਸਾਹਿਬ, ਮੈਂ ਗਿੱਲ ਸਾਹਿਬ ਪੁੱਛਣਾ ਮੰਗਦਾ, ਤੁਹਾਡੇ ਕੀ ਰਿਲੇਸ਼ਨ ਕੀ ਆ ਮੇਅਰ ਦੇ ਨਾਲ? ਕਿਉਂਕਿ ਤੁਸੀਂ ਆਲਵੇਜ਼ ਮੇਅਰ ਦੀ ਬਹੁਤ ਹੈਲਪ ਕਰਦੇ ਆ, ਮੇਅਰ ਦਾ ਬੈਕਅਪ ਇੰਨਾ ਕਰਦੇ ਆ ਵੀ ਲੁੱਕ ਲਾ ਕੇ ਯੂ ਗਾਇਜ਼ ਗੋ ਟੂ ਸਿਟੀ ਹਾਲ ਵਾਸਤੇ ਇਲੈਕਸ਼ਨ ਲੜਨੀ ਆ ਜਾਂ ਕੋਈ ਸਮਥਿੰਗ ਡਿਫਰੈਂਟ ਆ? ਹੁਣੇ ਦੱਸਦਾ ਜੀ, ਤੁਸੀਂ ਗੱਲ ਪੂਰੀ ਕਰ ਲਈ? ਨਹੀਂ, ਮੇਰੇ ਨਾਲ ਗੱਲ ਕਰਕੇ ਜਿੱਦਾਂ ਹੋਰ ਵੀ ਮੋਹਰੇ, ਕਿਉਂਕਿ ਜਿੱਦਾਂ ਤੁਹਾਡੇ ਕੋਈ ਖਾਸ ਰਿਲੇਸ਼ਨ ਆ ਜਾਂ ਵੈਸੇ? ਅੱਛਾ, ਤੁਸੀਂ ਮੈਨੂੰ ਇਹ ਦੱਸਿਓ ਬਈ ਮੇਅਰ ਨੂੰ ਕਿਤੇ ਸਟੇਸ਼ਨ ਤੇ ਬੁਲੀ ਕਹਿਣਾ ਉਹ ਠੀਕ ਸੀ? ਮੈਂ ਭਾਈ ਸਾਹਿਬ ਜਿਹੜੀ ਮੈਂ ਗੱਲ ਕਰਦਾ ਪਿਆ ਉਹਦਾ ਮੈਨੂੰ, ਮੈਂ ਜਿਹੜੀ ਗੱਲ ਤੁਹਾਨੂੰ ਕਹਿਣਾ ਮੇਰੇ ਨਾਲ ਮੇਅਰ ਦੇ ਰਿਲੇਸ਼ਨ ਮੈਂ ਤੁਹਾਨੂੰ ਦੱਸਦਾ, ਤੁਸੀਂ ਮੇਰਾ ਆਨਸਰ ਕਰੋ, ਜਿਹੜੀ ਮੇਰੀ ਗੱਲ ਦਾ ਅੰਤਰੀਬ ਆ, ਬੁਲੀ ਕਹਿਣਾ ਠੀਕ ਸੀ? ਹਾਂ, ਉਹਨੇ ਇਸ ਗੱਲ ਤੋਂ ਕਿਹਾ ਮੇ ਬੀ ਉਹਨੂੰ ਬੁਲੀ ਕੀਤਾ ਹੋਵੇ ਉਹਨੇ, ਉਹ ਫਿਰ ਉਹਦੀ ਘਟਨਾ ਉਹਨੇ ਦੱਸੀ ਵੀ ਕੀ ਬੁਲੀ ਕੀਤਾ ਉਹਨੇ, ਕੁਛ ਨਾ ਕੁਛ ਬੁਲੀ ਕਰਕੇ ਦਹਿਸ ਪਾਈ ਗਿਆ। ਓਕੇ, ਤੁਸੀਂ ਆਪਾਂ ਕਾਹਨੂੰ ਆਪਾਂ ਡਿਸਕਸ਼ਨ ਨਹੀਂ ਕਰਨੀ, ਉਹਨੂੰ ਕਿਹੋ ਜੈਕ ਉਹਨਾਂ ਨੂੰ ਫੋਨ ਕਰੇ, ਮੇਰੇ ਨਾਲ ਗੱਲ ਕਰੇ, ਮੈਂ ਪੁੱਛਾਂ ਤੇ ਉਹ ਦੱਸੇ, ਨਾਲੇ ਮੈਂ ਦੱਸ ਦੂ ਮੇਰਾ ਰਿਲੇਸ਼ਨ ਕੀ ਆ। ਫਿਰ ਤੁਹਾਡੇ ਰਿਲੇਸ਼ਨ ਕੀ ਆ? ਤੁਸੀਂ ਗੁਰਦੁਆਰੇ ਉਹਨੂੰ ਲੈ ਕੇ ਖੜੇ? ਮੈਂ ਦੱਸਦਾ ਤੁਸੀਂ ਆਪਣਾ ਜਿਹਦੇ ਨਾਲ ਤੁਹਾਡੇ ਰਿਲੇਸ਼ਨ ਨੇ, ਜੈਕ ਤੋਂ ਫੋਨ ਕਰਾਓ, ਮੈਂ ਉਹਨੂੰ ਦੱਸੂ। ਫਿਰ ਗੁਰਦੁਆਰੇ ਲੋਕੀ ਮੱਥਾ ਟੇਕਣ ਨੂੰ ਸਾਰੇ ਲਾਈਨ 'ਚ ਖੜੇ ਸੀ, ਤੁਸੀਂ ਉਹਨੂੰ ਨਾਲ ਲੈ ਕੇ ਬੈਕ ਪੌੜੀਆਂ ਚੜ੍ਹ ਕੇ ਉੱਪਰ ਗਏ, ਉਹ ਕੀ ਗਾ, ਉਹ ਕਿਉਂ? ਤੁਸੀਂ ਗੁਰਦੁਆਰੇ ਸਰੀ ਵਾਲੇ ਗੁਰਦੁਆਰੇ ਜਦੋਂ ਸਮਰ ਦੇ ਵਿੱਚ ਬਾਹਰ ਪ੍ਰੋਗਰਾਮ ਸੀਗਾ, ਤੁਸੀਂ ਮੇਅਰ ਨੂੰ ਪਿੱਛੇ ਦੀ ਲੈ ਕੇ ਪੌੜੀਆਂ ਚੜ੍ਹ ਕੇ ਮੱਥਾ ਟੇਕਿਆ ਜਦੋਂ ਕਿ ਲੋਕੀ ਅਸੀਂ ਲਾਈਨ ਦੇ ਵਿੱਚ ਖੜੇ ਸੀ ਉੱਥੇ? ਪਹਿਲਾਂ ਤਾਂ ਨਾਂ ਪੂਰਾ ਸਹੀ ਕਰੋ ਜੀ, ਜਿਹੜੇ ਧਰਮ ਵਾਲੇ ਬੰਦੇ ਹੁੰਦੇ ਨੇ ਉਹ ਰਿਕ ਕਹਿ ਕੇ ਨੀ ਫੋਨ ਕਰਦੇ ਹੁੰਦੇ, ਪੂਰਾ ਨਾਂ ਲਿਖ ਕੇ ਪਾਓ ਫੋਨ ਤੇ ਦੱਸੋ ਮੈਂ ਕੌਣ ਬੋਲਦਾ। ਰਿਕ ਜੀ ਹੁਣ ਸੁਣਿਓ ਗੱਲ ਕੀ ਹੈ, ਉਹ ਜਿਸ ਦਿਨ ਇਕੱਠ ਦੇ ਵਿੱਚ ਮੱਥਾ ਟੇਕਣ ਆਏ ਮੇਅਰ, ਮੈਂ ਨੀ ਲੈ ਕੇ ਆਇਆ, ਕਮੇਟੀ ਉਹਨਾਂ ਨੂੰ ਲੈ ਕੇ ਗਈ ਆ, ਮੈਂ ਕਮੇਟੀ ਦਾ ਮੈਂਬਰ ਨਹੀਂ ਹੈ। ਮੂਹਰੇ 1000 ਬੰਦਾ ਸੀ ਤੇ ਉਹਦੇ ਕੋਲ ਥੋੜਾ ਜਿਹਾ ਸਮਾਂ ਸੀ, ਅਕਸਰ ਜਿਨ੍ਹਾਂ ਨੇ ਐਡਰੈਸ ਕਰਨਾ ਹੁੰਦਾ ਉਹਨੂੰ ਪਿਛਲੇ ਪਾਸੇ ਦੀ ਸਟੇਜ ਤੇ ਬੰਦੇ ਲੈ ਆਉਂਦੇ ਆ, ਉਹ ਕੋਈ ਜੱਗੋ ਦੀ ਗੱਲ ਨਹੀਂ ਸੀ ਹੈ, ਉਹ ਮੈਂ ਨਹੀਂ ਸੀ ਲੈ ਕੇ ਆਇਆ ਜੀ, ਤੁਸੀਂ ਕਰੈਕਟ ਕਰਿਓ, ਤੇ ਨਾ ਹੀ ਮੈਂ ਗੁਰਦੁਆਰੇ ਦਾ। ਯੈਸ, ਮੇਅਰ ਨੂੰ ਮੈਂ ਲਾਈਕ ਤਾਂ ਕਰਦਾ ਕਿ ਮੇਰੇ ਸ਼ਹਿਰ ਦੇ ਲਈ ਉਹ ਸੱਚ ਦੀ ਗੱਲ ਕਰਦਾ, ਉੱਥੇ VVIP ਕਲਚਰ ਨਹੀਂ ਹੈ, ਉੱਥੇ ਬਦਮਾਸ਼ੀ ਨਹੀਂ ਹੁੰਦੀ ਦਫ਼ਤਰ ਦੇ ਵਿੱਚ, ਉਹਦਾ ਦਫ਼ਤਰ ਐਕਸੈਸਿਬਲ ਆ, ਜਦ ਮਰਜ਼ੀ ਕਰ ਲਓ, ਹੋਰ ਮੇਰੇ ਤਾਏ ਦਾ ਪੁੱਤ ਨਹੀਂ ਲੱਗਦਾ। ਮੇਅਰ ਗੱਲ ਸੱਚ ਨੂੰ ਸੱਚ ਕਹਿਣ ਵਾਲਾ ਤੇ ਸਹੀ ਕਹਿਣ ਵਾਲਾ ਬੰਦਾ, ਤੇ ਗਾਂਹ ਨੂੰ ਜਦ ਤੁਸੀਂ ਫੋਨ ਕਰਨਾ ਤੁਸੀਂ ਪੂਰਾ ਨਾਂ ਲਿਖ ਕੇ ਫੋਨ ਕਰੋ, ਰਿਕ ਨਹੀਂ, ਤੁਸੀਂ ਜਿਹੜਾ ਨਾਂ ਹੈ ਤੁਹਾਡਾ ਉਹਦੇ ਤੇ ਫੋਨ ਕਰਿਓ। ਜੇ ਕੁਛ ਹੋਰ ਇਹਦੇ ਸਪਸ਼ਟੀਕਰਨ ਚਾਹੀਦਾ ਤਾਂ 604-729-1224 ਇਹ ਮੇਰਾ ਸੈੱਲ ਨੰਬਰ ਹੈ, 1 ਵਜੇ ਤੋਂ ਬਾਅਦ ਕਰ ਲਿਓ, ਤੁਹਾਡਾ ਸਪਸ਼ਟੀਕਰਨ ਮੈਂ ਤੁਹਾਨੂੰ ਦੇ ਦੂੰਗਾ, ਜਿਹੜੇ ਵੀ ਤੁਹਾਨੂੰ ਜਵਾਬ ਤੁਹਾਨੂੰ ਚੀਜ਼ ਦਾ ਚਾਹੀਦਾ। ਯੈਸ, ਜੇ ਸਾਡੇ ਸ਼ਹਿਰ ਦੇ ਨੂੰ ਮੇਅਰ ਨੂੰ ਕੋਈ ਜਾ ਕੇ ਉਹਦਾ ਕੌਂਸਲਰ ਜਿਹੜਾ ਉਹਦੀ ਸਲੇਟ ਦੇ ਨਾਲ ਉਹਦੀਆਂ ਪੌੜੀਆਂ ਦੇ ਨਾਲ ਚੁਬਾਰੇ ਚੜਿਆ ਹੋਵੇ, ਜਾ ਕੇ ਬੁਲੀ ਕਹੇ, ਤਾਂ ਉਸ ਗੱਲ ਦੀ ਅਸੀਂ ਵਿਰੋਧ ਤੱਕ ਕਰਾਂਗੇ, ਕਿਉਂਕਿ ਸਾਡੀ ਕਮਿਊਨਿਟੀ ਦਾ ਜਲੂਸ ਨਿਕਲਦਾ ਬਾਹਰ ਜਾ ਕੇ। ਇਹ ਕੱਲੇ ਜੈਕ ਹੁੰਦਲ ਦੀ ਨਹੀਂ ਗੱਲ ਹੈ, ਇਹ ਆਉਣ ਵਾਲੇ ਰਾਜਨੀਤਿਕ ਬੰਦਿਆਂ ਦਾ ਜਿਹੜਾ ਭਵਿੱਖ ਹੈ ਉਹ ਤੇ ਵੀ ਦਾਅ ਤੇ ਲੱਗੂਗੀ ਕਿ ਫੇਥਫੁਲਨੈਸ ਹੈ ਜਾਂ ਨਹੀਂ, ਆਨੈਸਟੀ ਹੈ ਨਾ ਨਹੀਂ। ਮੇਅਰ ਉਹੀ ਸੀ ਜਿਹਨੂੰ 20 ਵਰੇ ਪਹਿਲਾਂ ਜੈਕ ਹੁੰਦਲ ਨੇ ਵੇਖਿਆ, ਮੇਅਰ ਬਦਲਿਆ ਨਹੀਂ ਸੀ। ਜੇ ਉਹਨੂੰ ਪਤਾ ਸੀ ਕਿ ਮੇਅਰ ਦਾ ਇਹਦਾ ਕੰਮ ਕਰਨ ਦਾ ਢੰਗ ਆ, ਤਾਂ ਉਹਦੀ ਸਲੇਟ 'ਚ ਜਾ ਕੇ ਇਲੈਕਸ਼ਨ ਨਹੀਂ ਸੀ ਲੜਨੀ, ਤੇ ਨਾ ਹਾਂ ਕਰਨੀ ਸੀ ਉਹਨਾਂ ਪਾਲਿਸੀਆਂ ਤੇ ਕਿ ਆਹ ਮੈਨੀਫੈਸਟੋ ਬਣਨਾ, ਮੈਂ ਪੁਲਿਸ ਚੇਂਜ ਕਰਨੀ ਆ, ਮੈਂ ਸਕਾਈ ਟ੍ਰੇਨ ਲੈ ਕੇ ਆਉਣੀ ਆ। ਉਸ ਦਿਨ ਕਹਿੰਦਾ ਮੈਂ ਇਹਨਾਂ ਨਾਲ ਨਹੀਂ, ਮੇਰਾ ਮੈਂ ਨਾ ਕਰਦਾ ਤੇ ਮੈਂ ਨਹੀਂ ਸਲੇਟ 'ਚ ਆਉਣਾ, ਇੰਡੀਪੈਂਡੈਂਟ ਖੜਦਾ, ਹੁਣ ਵੀ ਖੜੇ, ਜੇ ਆਪਣੇ ਉਹ ਵਾਅਦੇ ਦਾ ਦਾਅਵੇ ਦਾ ਪੱਕਾ ਉਹਨੂੰ ਕਹੋ ਜ਼ਰੂਰ ਖੜੇ ਅਗਲੀਆਂ ਇਲੈਕਸ਼ਨਾਂ 'ਚ, ਜੇ ਉਸ ਨੂੰ ਲੋਕ ਪਿਆਰ ਕਰਨਗੇ ਉਹਦੀਆਂ ਉਹ ਗੱਲਾਂ ਕਰਕੇ ਲੋਕ ਵੋਟਾਂ ਪਾਉਣਗੇ। ਲੰਡਨ ਦੀ ਮੈਂ ਗੱਲ ਫੇਰ ਕਰਾਂ, ਰਿਕ ਜੀ ਫੋਨ ਕਰੇ, 1 ਤੋਂ ਬਾਅਦ ਮੈਂ ਜਵਾਬ ਦਊਂ ਤੁਹਾਡੀ ਗੱਲ ਦਾ, ਸਟੇਜ ਵਾਲੀ ਦਾ। 6047291224
ਲੰਡਨ ਆਪਣੇ 6 ਵਜੇ ਜਦ ਇੱਥੇ ਵੱਜੇ ਸੀ ਉੱਥੇ 2 ਵਜੇ ਸੀ ਤਾਂ ਲੰਡਨ ਬ੍ਰਿਜ ਦੇ ਉੱਪਰ ਇੱਕ ਹੱਥ ਦੇ ਵਿੱਚ ਕਿਉਂਕਿ ਚਸ਼ਮਦੀਦ ਗਵਾਹ ਜਦ ਬੱਸ ਲੰਘ ਰਹੀ ਸੀ ਤਾਂ ਬੱਸ ਦੇ ਵਿੱਚੋਂ ਇੱਕ ਯਾਤਰੀ ਨੇ ਵੇਖਿਆ ਕਿ ਇੱਕ ਦਾੜੀ ਵਾਲੇ ਲੰਬੇ ਮਰਦ ਨਾਲ 3 ਪੁਲਿਸ ਵਾਲੇ ਗੁੱਥਮ ਗੁੱਥਾ ਹੋ ਰਹੇ ਸੀ ਤੇ ਉਹਦੇ ਲੰਬੇ ਕੋਟ ਦੇ ਥੱਲਿਓ ਇੱਕ ਆਪਣੀ ਵੈਸਟ ਦਿਖਾਈ। ਵੈਸਟ ਜਿਹੜੀ ਹੈ ਉਹ ਵੈਸਟ ਦੇ ਉੱਪਰ ਉਹ ਬਰੂਦ ਵਾਲੀ ਵੈਸਟ ਵੀ ਲੱਗਦੀ ਸੀ, ਐਕਸਪੋਜ਼ਿਵ ਵੈਸਟ ਵੀ ਸੀ, ਤੇ ਜਾਂ ਫਿਰ ਉਹ ਇਸ ਤਰ੍ਹਾਂ ਵੀ ਲੱਗਦੀ ਸੀ ਕਿ ਬੁਲਟ ਪਰੂਫ ਵੈਸਟ। ਤੇ ਉਸਨੇ ਉਸੇ ਸ਼ਾਮ ਗੁੱਥਮ ਗੁੱਥੇ ਦੇ ਵਿੱਚ ਇੱਕ ਪੁਲਿਸ ਅਫੀਸਰ ਨੇ ਫਿਰ ਉਸਨੂੰ ਗੋਲੀ ਮਾਰੀ, ਉਹ ਬੰਦਾ ਮਾਰ ਦਿੱਤਾ। ਕਿੰਨਿਆਂ ਦੇ ਚਾਕੂ ਲੱਗੇ, ਕਿੰਨੇ ਜ਼ਖਮੀ ਨੇ ਇਹ ਹਲੇ ਤੱਕ ਨਹੀਂ ਪਤਾ, ਪਰ ਇਸ ਨੇ ਆਉਣ ਵਾਲੀਆਂ ਇਲੈਕਸ਼ਨਾਂ ਜਿਹੜੀਆਂ ਨੇ ਉਹਦੇ ਤੇ ਬਹੁਤ ਫਰਕ ਪਾਉਣਾ। ਜਿਹੜੀ ਇਲੈਕਸ਼ਨ 12 ਤਰੀਕ ਨੂੰ ਹੋਣੀ ਆ, ਕਿਉਂਕਿ ਕੰਜ਼ਰਵੇਟਿਵ ਆਲਰੇਡੀ ਲੀਡ ਕਰ ਰਹੇ ਨੇ ਤੇ ਲੇਬਰ ਪਾਰਟੀ ਵਾਲੇ ਪਿੱਛੇ ਨੇ। ਲੇਬਰ ਪਾਰਟੀ ਦਾ ਜਿਹੜਾ ਲੀਡਰ ਹੈ ਜਰਮੀ, ਉਹਦੇ ਨਾਲ ਵਾਲੇ ਲੋਕ ਖੁਸ਼ ਨਹੀਂ। ਯੂਰਪੀਅਨ ਯੂਨੀਅਨ ਨਾਲ ਤੋੜ ਵਿਛੋੜਾ ਅਨਕੰਡੀਸ਼ਨਲ ਜਿਹੜਾ ਕਰਨ ਦੀ ਗੱਲ ਬੋਰਿਸ ਨੇ ਕਹਿ ਦਿੱਤੀ ਕਿ ਅਸੀਂ ਨਹੀਂ ਰਹਿਣਾ ਇਹਨਾਂ ਨਾਲ, ਉਹਦੇ ਕੁਛ ਵੀ ਕੰਸੀਕੁਐਂਸਿਸ ਹੋਣ। ਹੁਣ ਲੋਕਾਂ ਨੇ ਦੱਸਣਾ ਕਿ ਉਹ ਕਿਹੜੀ ਗੱਲ ਤੇ ਖੁਸ਼ ਨੇ। ਬਾਕੀ ਕਸ਼ਮੀਰ ਵਾਲੇ ਮੁੱਦੇ ਤੇ ਲੇਬਰ ਤੇ ਕੰਜ਼ਰਵੇਟਿਵ ਦੀ ਪੂਰੀ ਖੜਕ ਰਹੀ ਹੈ। ਲੇਬਰ ਪਾਰਟੀ ਨੇ ਮੋਸਟਲੀ ਕਸ਼ਮੀਰ ਦੇ ਵਿੱਚ ਜਿਹੜੀ ਧਾਰਾ ਰੱਦ ਕੀਤੀ ਉਹਦੇ ਅਗੇਂਸਟ ਉਹ ਬੋਲੇ ਨੇ, ਕੰਜ਼ਰਵੇਟਿਵ ਜਿਹੜੇ ਹੱਕ 'ਚ ਬੋਲੇ ਨੇ। ਤੇ 14 ਕੁ ਲੱਖ ਆਪਣੇ ਲੋਕ ਰਹਿੰਦੇ ਆ ਉਹਦੇ ਤੇ, ਬਹੁਤ ਬੈਡਲੀ ਜਿਹੜੀ ਡਿਵਾਈਡ ਜਿਹੜੀ ਹੋਈ ਹੋਈ ਆ ਕਮਿਊਨਿਟੀ। ਇਸ ਨੇ ਇਫੈਕਟ ਜਿਹੜਾ ਹੁਣ ਵੋਟਾਂ ਦਾ ਕਰਨਾ। ਅੱਗੇ ਵੀ ਤੁਹਾਨੂੰ ਪਤਾ ਹੈ ਕਿ 2 ਵਾਰ 2 ਪੁਲਾਂ ਤੇ ਪਹਿਲਾਂ ਜੂਨ 17 ਨੂੰ ਇੱਕ ਅਟੈਕ ਹੋਇਆ ਸੀ। ਇੱਕ ਆਈਸਿਸ ਨਾਲ ਜਿਹੜੇ ਅਟੈਕਰ ਸਨ ਉਹਨਾਂ ਨੇ ਪੁਲ ਤੇ ਜਾ ਕੇ ਜਿਹੜੀ ਗੱਡੀ ਮਾਰੀ, ਗੱਡੀ ਤੋਂ ਬਾਅਦ ਫਿਰ ਨੈਕਸਟ ਜਮਾ ਜਾ ਕੇ ਤਾਂ ਉਸਨੇ ਫਿਰ ਮਾਰਕੀਟ ਦੇ ਵਿੱਚ ਸਟੈਬਿੰਗ ਕੀਤੀ, ਫਿਰ ਉਹ ਫਿਰ ਇੱਕ ਵੈਸਟਮਿੰਸਟਰ ਬ੍ਰਿਜ ਤੇ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਸੀ। ਕੁਛ ਕੱਲ ਨੂੰ ਗੱਲਬਾਤ ਕਰਨੀ ਚਾਹੁੰਦੇ ਸਰਾਕਰਨ ਸਿੰਘ ਜੀ, ਲਾਈਨ ਨੰਬਰ 2। ਹਾਂਜੀ, ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸੋਰੀ ਪਹਿਲਾਂ ਤਾਂ ਕਿ ਹਾਲੇ ਟਾਕ ਸ਼ੋ ਨਹੀਂ ਸੀਗਾ, ਬਸ ਮੈਨੂੰ ਫੋਨ ਕਰਨਾ ਪਿਆ ਕੁਦਰਤ ਨੂੰ। ਤੇ ਗਿੱਲ ਸਾਹਿਬ ਇਹ ਆ ਵੀ ਆਪਣੇ ਰੈਕ ਬਾਈ ਜੀ ਆਏ ਸੀਗੇ, ਮੈਂ ਵੈਸੇ ਬੜੇ ਸਤਿਕਾਰ ਸ਼ਬਦਾਂ ਵਿੱਚ ਕਹਿੰਦਾ ਹੈਗਾ ਕਿ ਜੈ ਕੁੰਦਨ ਸਾਹਿਬ ਦੇ ਨਾਲ ਕਿਸੇ ਦਾ ਵੀ ਕੋਈ ਪਰਸਨਲ ਵੈਰ ਵਿਰੋਧ ਨਹੀਂ ਹੈਗਾ। ਔਰ ਜੇ ਹਰਜੀਤ ਸਿੰਘ ਗਿੱਲ ਨੇ ਗੱਲ ਕੀਤੀ ਹੈਗੀ ਆ, ਉਹ ਇੱਕ ਮੀਡੀਆ ਮੈਨ ਹੋਣੇ ਦੇ ਨਾਤੇ, ਇੱਕ ਲੋਕਾਂ ਦੀ ਆਵਾਜ਼ ਹੋਣੇ ਦੇ ਨਾਤੇ, ਉਹ ਹਮੇਸ਼ਾ ਹੀ ਕੋਈ ਚੰਗੀ ਮੰਦੀ ਜਿਹੜੀ ਵੀ ਖਬਰ ਹੁੰਦੀ ਆ ਉਹ ਸਾਂਝੀ ਕਰਦਾ ਆ, ਆਪਣਾ ਸਮਾਂ ਦਿੰਦਾ ਆ, ਲੋਕਾਂ ਦੇ ਨਾਲ ਖੜਦਾ ਆ। ਔਰ ਜਦੋਂ ਚਰਚਾ ਹੋ ਰਹੀ ਆ ਮੀਡੀਆ ਦੇ ਵਿੱਚ ਜੇ ਹਰਜੀਤ ਸਿੰਘ ਗਿੱਲ ਨੇ ਆਪਣੇ ਪ੍ਰੋਗਰਾਮ ਵਿੱਚ ਉਹਨਾਂ ਨੂੰ ਕੋਈ ਭੱਦੀ ਸ਼ਬਦਾਵਲੀ ਨਹੀਂ ਬੋਲੀ, ਕੁਛ ਨਹੀਂ ਬੋਲਿਆ ਹੈਗਾ, ਸਿਰਫ ਇੱਕ ਤੋਖਲਾ ਪ੍ਰਗਟਾਇਆ ਹੈਗਾ ਕਿ ਭਾਈ ਸਾਹਿਬ ਇਸ ਤਰ੍ਹਾਂ ਜਿਹੜੇ ਤੁਹਾਡੇ ਹੈਗੇ ਆ, ਇਹ ਜਿਹੜਾ ਕਰੈਕਟਰ ਆ ਇਹ ਠੀਕ ਨਹੀਂ ਲੱਗ ਰਿਹਾ ਹੈਗਾ, ਔਰ ਦੂਸਰੇ ਰੇਡੀਓ ਉੱਤੇ ਜਿਹੜੇ ਸਾਡੇ ਆਮ ਲੋਕਾਂ ਦੇ ਰੇਡੀਓ ਹੈਗੇ ਆ ਤੇ ਸ਼ਰੇ ਆਮ ਪਬਲਿਕ ਨੇ ਆਪਣੇ ਸਿਟੀ ਆਫ ਸਰੀ ਦੇ ਜਿਹੜੇ ਬਸ਼ਿੰਦੇ ਆ ਉਹਨਾਂ ਨੇ ਉਹਨਾਂ ਨੂੰ ਕੰਡੈਮ ਕੀਤਾ ਹੈਗਾ ਬਹੁਤ ਮਤਲਬ ਕਿ ਤਕੜੇ ਤਰੀਕੇ ਦੇ ਨਾਲ, ਔਰ ਜੋ ਕੁਛ ਵੀ ਉਹਨੇ ਕੀਤਾ ਹੈਗਾ ਬਿਲਕੁਲ ਹੀ ਮਤਲਬ ਕਿ ਆਪਣੇ ਖੱਦਾਂ ਜਿਹੜੀਆਂ ਹੈਗੀਆਂ ਉਹ ਇੱਕ ਸੂਝਵਾਨ ਇੱਕ ਸੱਜਣ ਪੁਰਸ਼ ਦੀਆਂ ਖੱਦਾਂ ਟੱਪ ਕੇ ਉਹਨਾਂ ਨੇ ਗੱਲ ਕੀਤੀ ਆ। ਔਰ ਇਹ ਰਿਕ ਸਾਹਿਬ ਵੀ ਮੈਨੂੰ ਲੱਗਦਾ ਜਿੱਦਾਂ ਦੀ ਕੋਕੋ ਉੱਦਾਂ ਦੇ ਬੱਚੇ, ਤੁਸੀਂ ਆ ਕੇ ਸਿੱਧਾ ਹੀ ਇਲਜ਼ਾਮ ਲਾਉਂਦੇ ਹੈਗੇ ਭਾਈ ਸਾਹਿਬ ਕਿ ਤੁਹਾਡਾ ਕੀ ਰਿਸ਼ਤਾ ਆ, ਯਾਰ ਉਹ ਸਾਡੀ ਸਿਟੀ ਦਾ ਮੇਅਰ ਆ ਇੱਕ, ਔਰ ਗੁਰਦੁਆਰਾ ਸਾਹਿਬ ਦੇ ਵਿੱਚ ਮੈਨੂੰ ਦੱਸੋ ਕਿ ਮੈਂ ਜੀ ਉੱਥੇ ਲੈਣ ਲੱਗ ਕੇ ਖੜਾ ਸੀ। ਦੇਖੋ ਜਿਹੜੇ ਇੱਦਾਂ ਬੰਦੇ ਆਉਂਦੇ ਥੋੜੇ ਬਹੁਤੇ, ਉਹਨਾਂ ਨੇ ਕਈ ਪਾਸੇ ਜਾਣਾ ਹੁੰਦਾ, ਸਾਰੇ ਪਾਸੇ ਉਹਨਾਂ ਦਾ ਮਾਣ ਸਤਿਕਾਰ ਆ, ਉਹ ਸਭ ਦਾ ਸਾਂਝਾ ਆ ਮੇਅਰ ਆ ਜਿਹੜਾ, ਉਹ ਇਹ ਨੀ ਹੈਗਾ ਕਿ ਮੈਂ ਫਲਾਨ ਗਰੁੱਪ ਨਾਲ ਆ, ਮੈਂ ਧਮਕਾਨ ਗਰੁੱਪ ਨਾਲ ਆ, ਜਾਂ ਮੈਂ ਇੱਧਰ ਆ ਜਾਂ ਮੈਂ ਉੱਧਰ ਆ। ਸੋ ਜੇ ਉਹਨਾਂ ਨੂੰ ਲਿਆ ਕੇ ਉੱਥੋਂ ਗੁਰਦੁਆਰਾ ਦੀ ਕਮੇਟੀ ਨੇ ਔਰ ਹਰਜੀਤ ਸਿੰਘ ਗਿੱਲ ਨੂੰ ਸਨਮਾਨ ਵਜੋਂ ਨਾਲ ਲੈਣ ਦਾ ਤੋਰ ਕੇ ਉੱਥੋਂ, ਤਾਂ ਦੱਸੋ ਕੀ ਹੋ ਗਿਆ ਯਾਰ। ਮੈਂ ਬੇਨਤੀ ਇਹੀ ਕਰਦਾ ਹੈਗਾ ਕਿ ਇਸ ਤਰ੍ਹਾਂ ਦਾ ਜਿਹੜਾ ਇਹ ਵਤੀਰਾ ਹੈਗਾ ਆ ਅਟੈਕ ਕਰਨੇ ਦਾ, ਇਹ ਗਿੱਲ ਸਾਹਿਬ ਇਹਨਾਂ ਲੋਕਾਂ ਨੂੰ ਥੋੜ੍ਹਾ ਜਿਹਾ ਤੁਹਾਨੂੰ ਹੁਣ ਖੜਵੀ ਭਾਸ਼ਾ ਸਮਝਾਉਣਾ ਪੈਣਾ ਆ, ਕਿਉਂਕਿ ਇਹਨਾਂ ਫਿਰ ਦਿਨ ਅਪਣਾਓ। ਔਰ ਕੁਛ ਮੈਂ ਆਪਣੇ ਵੀਰਾਂ ਨੂੰ ਬੇਨਤੀ ਇਹ ਵੀ ਕਰੂੰਗਾ ਕਿ ਇੱਥੇ ਆ ਕੇ ਪ੍ਰੋਗਰਾਮ ਦੇ ਵਿੱਚ, ਦੇਖੋ ਦਿਸ ਇਜ਼ ਮਾਈ ਓਨ ਵਿਊ ਗਿੱਲ ਸਾਹਿਬ, ਕਿ ਇਲੈਕਸ਼ਨ ਦੀ ਗੱਲ ਹੁਣ ਨਾ ਛਿੜਿਆ ਕਰਨ, ਹੁਣ ਫਿਊਚਰ ਵਿੱਚ ਕੀ ਹੋਣਾ ਹੈਗਾ ਆ ਉਹ ਹਾਲੇ ਪਤਾ ਨੀ, ਪਰਮਾਤਮਾ ਦੇ ਹੱਥ ਵਿੱਚ ਹੈਗਾ ਹੈ ਨਾ ਜੀ। ਸੋ ਇਲੈਕਸ਼ਨ ਦੀ ਗੱਲ ਕੋਈ ਨਾ ਬਾਈ ਜੀ, ਕੋਈ ਤੁਸੀਂ ਪ੍ਰਗਟਾਉਣੀ ਆ, ਹਾਂ ਸੋ ਤੁਸੀਂ ਪਰਸਨਲੀ ਮਿਲ ਕੇ ਪ੍ਰਗਟਾਓ, ਉਹ ਬਹੁਤ ਵਧੀਆ ਗੱਲ ਆ। ਥੈਂਕ ਯੂ ਗਿੱਲ ਸਾਹਿਬ।
ਬਿਲਕੁਲ ਜੀ ਬਿਲਕੁਲ, ਧੰਨਵਾਦ। ਨਹੀਂ ਉਹਨਾਂ ਨੇ ਇਸ ਤਰ੍ਹਾਂ ਨਹੀਂ ਹੈ, ਖਬਰ ਹੈ ਉਹਦੇ ਤੇ ਸਾਰੇ ਗੱਲਬਾਤ ਕਰ ਰਹੇ ਨੇ ਮੇਅਰ ਦੇ ਨਾਲ। ਮੈਂ ਸਿਟੀ ਹਾਲ ਦੇ ਵਿੱਚ ਕੋਈ ਜਾਂਦਾ ਨਹੀਂ, ਕੋਈ ਮੇਰੀ ਡਿਵੈਲਪਮੈਂਟ ਨਹੀਂ, ਮੈਂ ਕੋਈ ਕੰਮ ਨਹੀਂ ਕਰਾਉਂਦਾ, ਮੈਨੂੰ ਨਾ ਲੋੜ ਆ। ਹਾਂ ਖਬਰ ਦੀ, ਮੈਂ ਖਬਰ ਦੀ ਮੈਂ ਗੱਲ ਕਰਨੀ। ਇਹ ਜੇ ਹੁਣ ਹੁਣ ਕਰਨ ਸਿੰਘ ਕਸ਼ਮੀਰ ਸਿੰਘ ਆ ਨਾਂ, ਉਹਨੇ ਰਿਕ ਕਿਹੜਾ ਨਾਂ ਹੋਇਆ ਬਈ? ਤੁਸੀਂ ਇੱਕ ਗੱਲ ਕਰ ਲਈ, ਮੈਂ ਕਿਤੇ ਕੋਈ ਇੱਥੇ ਦਾ ਰਾਜਾ ਥੋੜਾ, ਤੁਸੀਂ ਮੇਰੇ ਨਾਲ ਆਪਣਾ ਸਿੱਧੇ ਨਾਂ ਨਾਲ ਗੱਲ ਕਰ ਲਓ ਲਿਖ ਕੇ। ਵਪਾਰਕ ਸੰਦੇਸ਼ਾਂ ਤੋਂ ਬਾਅਦ ਕਸ਼ਮੀਰ ਸਿੰਘ ਜੀ ਤੁਹਾਡੇ ਨਾਲ ਗੱਲ ਕਰਦਾ, ਤੇ ਫਿਰ ਮੈਂ ਆਨੰਦਪੁਰ ਸਾਹਿਬ ਦੇ ਮਤੇ ਦੀ ਅੱਜ ਗੱਲਬਾਤ ਕਰਨੀ ਹੈ, ਤੇ ਇਸ ਵਿਸ਼ੇ ਤੇ ਆਪਾਂ ਹੋਰ ਨਾਲ ਗੱਲ ਕਰੀਏ। ਜਿਹੜੀ ਉਹਨਾਂ ਨੇ ਕਹਿਤੀ ਕਹਿਤੀ, ਕੋਈ ਨਾ ਤੁਸੀਂ ਆਪਣਾ ਕਿਸੇ ਹੋਰ ਬਾਰੇ ਉਹਨਾਂ ਦੇ ਖਿਲਾਫ਼ ਬੋਲਣ ਦੀ ਨੀ ਆਪਾਂ ਨੂੰ ਲੋੜ। ਸਰ ਕਸ਼ਮੀਰ ਸਿੰਘ ਜੀ ਲਾਈਨ ਨੰਬਰ 3। ਸਰਦਾਰ ਹਰਜੀਤ ਸਿੰਘ ਜੀ, ਆਪ ਜੀ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਵੀਰ ਜੀ। ਹਰਜੀਤ ਸਿੰਘ ਜੀ, ਅੱਜ ਆਪਾਂ ਸਾਰੇ ਸੰਸਾਰ ਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਨਿਊਜ਼ ਮੀਡੀਆ ਹੈਗਾ, ਜੇ ਉਹ ਪਹਿਰਾ ਨਹੀਂ ਦਿੰਦਾ ਤੇ ਉਹ ਗਲਤ ਹੈਗਾ, ਜੇ ਪਹਿਰਾ ਦਿੰਦਾ ਤਾਂ ਗਲਤ ਹੈਗਾ। ਹੁਣ ਤੁਸੀਂ ਦੇਖਦੇ ਆ ਭਈ ਡੋਨਲਡ ਟਰੰਪ ਕਿੱਦਾਂ ਦੇ ਕਾਰੇ ਕਰਦਾ ਹਰ ਰੋਜ਼, ਉਹਨੂੰ ਕਵਰੇਜ ਕਰਨ ਵਾਸਤੇ ਮੀਡੀਆ ਆ ਜਿਹੜਾ ਉਹਦੇ ਪੋਲ ਖੋਲਦਾ ਆ ਸਾਰੇ। ਤੁਹਾਡਾ ਕੰਮ ਹੈਗਾ ਮੀਡੀਆ ਦੇ ਵਿੱਚ ਕੰਮ ਕਰਨ ਦਾ, ਤੁਸੀਂ ਹਰ ਥਾਂ ਜਾ ਸਕਦੇ ਆ, ਹਰ ਪਾਸੇ ਜਾ ਸਕਦੇ ਆ, ਕਿਸੇ ਲੀਡਰ ਨਾਲ ਕਿਸੇ ਦੂਜੇ ਨਾਲ ਤੁਸੀਂ ਜਾ ਕੇ ਉੱਥੋਂ ਜੋ ਕੁਛ ਹੋਇਆ ਉਹ ਲਿਆ ਕੇ ਦੁਨੀਆਂ ਨੂੰ ਦੱਸ ਸਕਦੇ ਆ, ਕਿਉਂਕਿ ਤੁਸੀਂ ਅੱਖੀ ਚਸ਼ਮਦੀਨ ਅਗਵਾਹ ਹੈਗੇ ਆ ਉਹਦੇ। ਤੇ ਜੇ ਕਿਸੇ ਨੂੰ ਇਤਰਾਜ਼ ਹੈਗਾ ਇਹਨਾਂ ਚੀਜ਼ਾਂ ਦੇ ਉੱਤੇ, ਇਹ ਮੇਰਾ ਖਿਆਲ ਉਹਦੀ ਮੂਰਖਤਾ ਹੀ ਆ, ਨਾ ਇਹਦੇ ਉੱਤੇ ਬਹੁਤੀਆਂ ਗੱਲਾਂ ਕਰਦੇ। ਆਪਾਂ ਗੱਲ ਕਰੀਏ, ਜੇਕਰ ਸਾਡਾ ਹੁਣ ਨਵੰਬਰ ਦਾ ਮਹੀਨਾ ਐਂਡ ਆ ਗਈ ਆ, ਜੋ ਕੁਛ ਸਾਨੂੰ ਭਾਰਤ ਵਿੱਚੋਂ ਦਿਸਦਾ ਹੈਗਾ ਆ ਭਈ ਉੱਥੋਂ ਖਬਰਾਂ ਆ ਰਹੀਆਂ ਜੀ ਖਾਲਿਸਤਾਨ ਮੂਵਮੈਂਟ ਉੱਠ ਰਹੀ ਆ, ਖਾਲਿਸਤਾਨ ਮੂਵਮੈਂਟ ਦੇ ਲੋਕੀ ਆ ਰਹੇ ਆ, ਟੈਰਰਿਸਟ ਹੋ ਟੈਰੋਰਿਜ਼ਮ ਵਧਣ ਵਾਸਤੇ ਕੋਈ ਗੱਲਾਂ ਹੋ ਰਹੀਆਂ, ਕੋਈ ਇਨਸਾਨ ਦੁਨੀਆਂ ਦਾ ਨਹੀਂ ਕਹਿ ਰਿਹਾ ਭਈ ਹਿੰਦੁਸਤਾਨ ਜਿਹੜੇ ਟੈਰੋਰਿਸਟ ਹੈਗੇ ਆ ਉਹ ਅੱਜ ਪੂਰੀ ਜੋਬਨ ਦੇ ਉੱਤੇ ਹੈਗੇ ਆ। ਹਿੰਦੁਸਤਾਨ ਜਿਹੜਾ ਹੈਗਾ ਆ, ਜਿਹੜਾ ਹਿੰਦੂ ਹਿੰਦੁਸਤਾਨ ਕਹਿ ਰਿਹਾ ਆ ਉਹਨੂੰ ਟੈਰੋਰਿਸਟ ਨਹੀਂ ਕਿਹਾ ਜਾ ਰਿਹਾ, ਹਾਲਾਂਕਿ ਉਹ ਸਾਰਿਆਂ ਨਾਲੋਂ ਜ਼ਿਆਦਾ ਟੈਰੋਰਿਜ਼ਮ ਫੈਲਾ ਰਹੇ ਆ ਉਸ ਭਾਰਤ ਦੇ ਵਿੱਚ, ਜਿੱਥੇ ਕਿ ਉਹਨਾਂ ਨੂੰ ਕੁਛ ਹੋਰ ਕਰਕੇ ਦਿਖਾਉਣਾ ਚਾਹੀਦਾ ਸੀ। ਆਪੇ ਹੀ ਕਹਿਣ ਵਾਲੇ ਦੂਜਿਆਂ ਨੂੰ ਆਪਣੀ ਪੀੜ੍ਹੀ ਥੱਲੇ ਚ ਸੋਟਾ ਨਹੀਂ ਫੇਰਦੇ ਕਿ ਉਹ ਕੀ ਕਰ ਰਹੇ ਆ ਅੱਜ ਉੱਥੇ ਦੇ ਲੋਕਾਂ ਨਾਲ, ਕੀ ਉੱਥੇ ਦੇ ਲੋਕਾਂ ਦੇ ਨਾਲ ਉਹ ਉਹਨਾਂ ਨੂੰ ਕਿੱਦਾਂ ਡਰਾ ਧਮਕਾ ਰਹੇ ਹੈਗੇ ਆ। ਸੋ ਇਹ ਜਿਹੜੀ ਖਾਲਿਸਤਾਨ ਮੂਵਮੈਂਟ ਉਹਨਾਂ ਨੂੰ ਇੰਨੀ ਜ਼ਹਿਰ ਲੱਗਦੀ ਆ, ਉਹ ਆਪਣੀ ਹਿੰਦੁਸਤਾਨ ਮੂਵਮੈਂਟ ਨੂੰ ਬੰਦ ਕਰਨ ਤਾਂ ਜੋ ਉੱਥੋਂ ਦੇ ਲੋਕਾਂ ਨੂੰ ਉਹਨਾਂ ਦੇ ਗਰੀਬੀ ਦੇ ਵਿੱਚੋਂ ਬਾਹਰ ਕੱਢਣ ਲਈ ਉਹਨਾਂ ਨੂੰ ਕੁਛ ਬਣ ਸਕੇ, ਉਹਨਾਂ ਦਾ ਕੁਛ ਕਰ ਸਕਣ। ਸਾਡੇ ਹੁਣ ਸਾਹਮਣੇ ਇੰਨੇ ਸਾਲ ਹੋ ਗਏ ਆ ਜਿਹਨਾਂ ਨੇ ਭਾਰਤ ਦੇ ਵਿੱਚ ਉਹਨਾਂ ਨੌਜਵਾਨਾਂ ਦਾ ਕਾਣ ਕੀਤਾ ਜਿਹੜੇ ਉਸ ਦੇਸ਼ ਦੇ ਵਾਸੀ ਸੀਗੇ, ਅੱਜ ਉਹਨਾਂ ਆਫੀਸਰਾਂ ਨੂੰ ਜਿਹਨਾਂ ਨੇ ਕਰਵਾਇਆ ਜਿਹਨਾਂ ਤੋਂ ਕਰਵਾਇਆ ਗਿਆ ਉਹਨਾਂ ਨੂੰ ਬਾਹਰ ਕੱਢ ਰਹੇ ਆ, ਤੇ ਜਿਹਨਾਂ ਨੇ ਕੀਤਾ ਕੱਖ ਨੀ ਉਹ ਜੇਲ੍ਹਾਂ 'ਚ ਹਲੇ ਵੀ ਸੜ ਰਹੇ ਆ। ਸਾਡੀ ਬਦਕਿਸਮਤੀ ਹੈਗੀ ਆ, ਸਾਡੇ ਲੋਕ ਜਿਹਨਾਂ ਨੂੰ ਅਸੀਂ ਆਪਣੇ ਪੰਜਾਬੀ ਕਹਿੰਦੇ ਆ, ਜਿਹਨਾਂ ਨੂੰ ਅਸੀਂ ਕਹਿੰਦੇ ਸਾਡੇ ਤਾਂ ਆਪਣੇ ਹਰ ਖਿੱਤੇ ਦੀ, ਬੈਲਜੀਅਮ ਲੈ ਲਓ, ਜਰਮਨੀ ਲੈ ਲਓ, ਫਰਾਂਸ ਲੈ ਲਓ, ਨਾਰਵੇ ਲੈ ਲਓ, ਸਵੀਡਨ ਲੈ ਲਓ, ਹਰ ਦੀ ਆਪੋ ਆਪਣੀ ਲੈਂਗੁਏਜ ਆ, ਹਰ ਬੰਦਾ ਆਪਣੇ ਦੇਸ਼ ਲਈ ਮਰ ਮਿਟਣ ਨੂੰ ਅੱਜ ਵੀ ਤਿਆਰ ਆ, ਪਰ ਇਹ ਪੰਜਾਬੀ ਕੌਮ ਐਸੀ ਹੈ ਬਿਖਰ ਗਈ ਆ, ਇਹ ਦੁਨੀਆਂ ਦੇ ਉੱਤੇ ਥਾਂ ਥਾਂ ਤੇ ਜਾ ਕੇ ਇਹਨਾਂ ਨੂੰ ਇਹ ਨੀ ਚੇਤੇ ਰਹਿ ਗਿਆ ਵੀ ਸਾਡਾ ਆਪਣਾ ਵੀ ਘਰ ਕੋਈ ਹੋਣਾ ਚਾਹੀਦਾ, ਇਹ ਲੋਕਾਂ ਦੇ ਮਗਰ ਲੱਗ ਕੇ ਆਪਣੇ ਘਰ ਨਾ ਲੈਣ ਦੀ ਖਾਤਰ ਇਹ ਕਿਰਾਏ ਤੇ ਰਹਿਣਾ ਮਨਜ਼ੂਰ ਕਰ ਚੁੱਕੇ ਆ। ਤੁਹਾਡਾ ਵਕਤ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਸੋ ਸੂਚਨਾ ਇੱਕ ਦੇ ਦਵਾਂ ਕਿ ਮਾਤਾ ਪ੍ਰਕਾਸ਼ ਕੌਰ ਗਰੇਵਾਲ ਜਿਨ੍ਹਾਂ ਦਾ ਪਿਛਲਾ ਪਿੰਡ ਰੰਗੀਆਂ ਜਿਹੜਾ ਉੱਪਰ ਉਹਨਾਂ ਦਾ ਪੇਕਾ ਪਿੰਡ ਜੰਡਾਲੀ ਕਲਾਂ ਬਿਲਕੁਲ ਅਹਿਮਦਗੜ੍ਹ ਦੇ ਨੇੜੇ, ਪਿਛਲੇ ਦਿਨੀ ਉਹ 24 ਨਵੰਬਰ ਨੂੰ ਸਵਰਗਵਾਸ ਹੋ ਗਏ ਨੇ। ਸੰਸਕਾਰ ਉਹਨਾਂ ਦਾ 2 ਦਸੰਬਰ ਨੂੰ ਰਿਵਰ ਸਾਈਡ ਫਿਊਨਰਲ ਹਾਲ 'ਚ 1 ਵਜੇ ਆ ਅੰਤਿਮ ਅਰਦਾਸ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ 8115132 ਸਟਰੀਟ 3 ਵਜੇ। ਪਰਿਵਾਰ ਦੇ ਨਾਲ ਤੁਸੀਂ ਦੁੱਖ ਸਾਂਝਾ ਕਰ ਸਕਦੇ ਹੋ। ਕੁਲਵੰਤ ਸਿੰਘ ਗਰੇਵਾਲ ਸਿਟੀ ਕਾਰਪੇਟ ਤੋਂ 604-512-3131, ਰਣਵੀਰ ਗਰੇਵਾਲ ਕਾਕਾ ਗਰੇਵਾਲ 604-783-3009, ਮਾਤਾ ਪ੍ਰਕਾਸ਼ ਕੌਰ ਗਰੇਵਾਲ ਹੋਣੀ ਅਕਾਲ ਚਲਾਣਾ ਕਰ ਗਏ ਨੇ। ਅੰਤਿਮ ਭੋ ਜਿਹੜੇ ਸੰਸਕਾਰ ਹੈ 2 ਦਸੰਬਰ ਨੂੰ 1 ਵਜੇ 5 ਰਿਵਰ ਫਿਊਨਰਲ ਹਾਲ 'ਚ, ਉਸ ਤੋਂ ਬਾਅਦ 3 ਵਜੇ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ
ਦੇ ਵਿੱਚ ਅੰਤਮ ਅਰਦਾਸ ਹੈ। 604-512-3131 ਕੁਲਵੰਤ ਗਰੇਵਾਲ, 604-783-3009। ਤੇ 1984 ਨਾਲ ਸੰਬੰਧਿਤ ਇੱਕ ਫਿਲਮ ਜਿਹੜੀ ਇਸ ਸੈਟਰਡੇ ਦਿਖਾਈ ਜਾਣੀ ਹੈ 30 ਨਵੰਬਰ, ਕੱਲ ਨੂੰ 1984 ਵੈਨ ਦਾ ਸਨ ਡਿਡਨਟ ਰਾਈਜ਼, ਇਹ ਜਿਹੜੀ ਤੇ ਨਾਲ ਹੀ ਜਿਹੜੀ ਤੀਨਾ ਕੌਰ ਪਸਰੀਚਾ ਉਹਨਾਂ ਨੇ ਜਿਹੜੀ ਬਣਾਈ ਹੈ, ਬਹੁਤ ਅਵਾਰਡ ਇਸ ਨੂੰ ਮਿਲੇ ਨੇ, ਉਹ ਵੀ ਆ ਰਹੇ ਨੇ, ਉਹਨਾਂ ਨਾਲ ਸਵਾਲ ਜਵਾਬ ਵੀ ਹੋ ਸਕਣਗੇ। ਤੇ ਇਹ ਵੀ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਵਿੱਚ, ਤੇ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਉਹ ਵੀ ਪਹੁੰਚੇ ਹੋਏ ਨੇ ਸਿੰਘ ਸਭਾ ਗੁਰਦੁਆਰਾ ਸਾਹਿਬ, ਤੇ ਉਹਨਾਂ ਨਾਲ ਤੁਸੀਂ ਇਸ ਫਿਲਮ ਬਾਰੇ ਜਾਂ ਢੱਡੀਆਂ ਵਾਲਿਆਂ ਦੇ ਦੀਵਾਨ ਸੁਣਨ ਦੇ ਲਈ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਸਕਦੇ ਹੋ। ਦੂਸਰੀ ਖਬਰ ਜਿਹੜੀ ਹੈ ਇੱਕ ਹੋਰ ਦੇ ਕੇ ਫਿਰ ਆਪਾਂ ਆਪਣੀ ਅੱਜ ਦੀ ਗੱਲ ਸ਼ੁਰੂ ਕਰਾਂਗੇ ਕਿ ਸਰੀ ਦਾ ਇਮੀਗ੍ਰੇਸ਼ਨ ਕੰਸਲਟੈਂਟ ਕੁਲਦੀਪ ਬਾਂਸਲ, ਜਿਸ ਦਾ ਅਗਸਤ ਦੇ ਵਿੱਚ ਲਾਇਸੈਂਸ ਲੈ ਲਿਆ ਸੀ ਜਿਹੜੀ ਇਹਨਾਂ ਦੀ ਰੈਗੂਲੇਟਰੀ ਬਾਡੀ ਇਮੀਗ੍ਰੇਸ਼ਨ ਕੰਸਲਟੈਂਟਸ ਆਫ ਕੈਨੇਡਾ ਦੀ ਰੈਗੂਲੇਟਰੀ ਕੌਂਸਲ ਹੈ ਜਿਹੜੀ, ਉਸਦੇ ਖਿਲਾਫ ਉਸਨੇ ਅਪੀਲ ਕੀਤੀ ਸੀ, ਪਰ ਉਸ ਅਪੀਲ ਦੇ ਵਿੱਚ ਫੈਡਰਲ ਕੋਰਟ ਨੇ ਕਿਹਾ, ਕਹਿੰਦੇ ਨਹੀਂ ਤੈਨੂੰ ਲਾਇਸੈਂਸ ਨਹੀਂ ਮਿਲਣਾ। ਉਸਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਕੁਲਦੀਪ ਬਾਂਸਲ ਉਹਨਾਂ ਨੇ ਕਿ ਮੈਂ ਇਹਦੇ ਵਿੱਚੋਂ ਪੈਸੇ ਨਹੀਂ ਹੁਣ ਕਮਾ ਰਿਹਾ, ਰੈਵਨਿਊ ਨਹੀਂ ਮੈਨੂੰ ਮਿਲ ਰਿਹਾ, ਪਰ 2018 ਦੀ ਉਹਨਾਂ ਦੀ ਜਿਹੜੀ ਕੋਰਟ ਦੇ ਵਿੱਚ ਡਾਕੂਮੈਂਟ ਦਿਖਾਏ $2,34,000 ਉਹਨਾਂ ਨੇ ਬਣਾਇਆ। ਇਹ 2012 ਤੋਂ 40 ਜਣਿਆਂ ਨੇ ਮੈਕਸ ਸਟੋਰ ਦੇ ਵਿੱਚ ਜਿਹੜਾ ਕੇਸ ਮੈਕਸ ਸਟੋਰ ਦੇ ਵਿੱਚ ਨੌਕਰੀ ਦਾ ਉਹਨਾਂ ਨੂੰ ਝਾਸਾ ਦਿੱਤਾ ਗਿਆ, ਕਹਿੰਦੇ ਜਿਹਦੇ ਵਿੱਚ ਉਹਨਾਂ ਕਿਹਾ ਵੀ $8,500 ਜਿਹੜਾ ਉਹਨਾਂ ਨੇ ਫੀਸ ਦਿੱਤੀ। ਪਹਿਲਾਂ ਵੀ ਇਸ ਬਾਰੇ ਗੱਲਬਾਤ ਹੋ ਰਹੀ ਹੈ ਮੀਡੀਆ ਦੇ ਵਿੱਚ, ਤੇ 40 ਜਣਿਆਂ ਨੇ ਕੇਸ ਕੀਤਾ ਹੋਇਆ 2012 ਦੇ ਵਿੱਚ, ਤੇ ਫੋਰਨ ਵਰਕਰਸ ਜਿਹੜਿਆਂ ਨੂੰ ਲੈ ਕੇ ਆ ਕੇ ਇੱਥੇ, ਤੇ ਉਸਦੇ ਸੰਬੰਧੀ ਉਸਦੇ ਕਰਕੇ ਲਾਇਸੈਂਸ ਚਲੇ ਗਿਆ ਸੀ। ਲਾਇਸੈਂਸ ਦੇ ਖਿਲਾਫ਼ ਅਪੀਲ ਕੀਤੀ ਸੀ, ਅਪੀਲ ਉਹਨਾਂ ਦੀ ਖਾਰਜ ਹੋ ਗਈ ਹੈ। ਲਾਇਸੈਂਸ ਹਲੇ ਵੀ ਉਹਨਾਂ ਦਾ ਸਸਪੈਂਡ ਹੈ ਸਤੰਬਰ ਤੋਂ ਲੈ ਕੇ, ਅਗਸਤ ਤੋਂ ਲੈ ਕੇ। ਕੁਲਦੀਪ ਬਾਂਸਲ ਉਹਨਾਂ ਦੀ ਇਹ ਖ਼ਬਰ ਹੈ। ਵਪਾਰਕ ਸੰਦੇਸ਼ਾਂ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਮਤੇ ਦੇ ਬਾਰੇ ਗੱਲਬਾਤ ਹੋਏਗੀ ਕਿ ਸਿੱਖ ਕੌਮ ਦਾ ਜਿਹੜਾ ਸੰਘਰਸ਼ ਦਾ ਰਾਹ ਹੈ ਉਹਦਾ ਕਾਰਨ ਕੀ ਹੈ, ਤੇ ਔਰ ਇਸ ਨੂੰ ਤੁਸੀਂ ਸਮਝ ਸਕਦੇ ਹੋ, ਸੋਚ ਸਕਦੇ ਹੋ ਵੀ ਸਿੱਖ ਜਿਹੜੇ ਨੇ ਨਿਜ਼ਾਮ ਦੇ ਵਿੱਚ ਕਦ ਇੰਟਰਵੀਨ ਕਰਦੇ ਨੇ, ਕਦ ਉਹ ਸੋਚਦੇ ਆ ਕਿ ਨਹੀਂ ਹੁਣ ਮੈਨੂੰ ਸਾਨੂੰ ਇੰਟਰਵੀਨ ਕਰਨਾ ਪੈਣਾ। ਇਹ ਦੈਵੀ ਜਿਹੜੇ ਗੁਣ ਲੈ ਕੇ ਉਹ ਜੰਮੇ ਨੇ, ਸੁਤੰਤਰਤਾ ਦਾ ਖਾਸਾ ਜਿਹੜਾ ਉਹਨਾਂ ਦੇ ਕੋਲ ਹੈ, ਪ੍ਰਭੂਸਤਾ ਸੰਪੰਨਤਾ ਦਾ, ਸੋਵਰਨਿਟੀ ਦਾ, ਜਦ ਉਹਨਾਂ ਦੀ ਕੌਮ ਸਾਜੀ ਗਈ, ਕੌਮ ਤੋਂ ਪਹਿਲਾਂ 1699 ਤੋਂ ਪਹਿਲੇ ਪਾਤਸ਼ਾਹ ਤੋਂ ਲੈ ਕੇ ਬਰਾਬਰਤਾ ਦੀ ਗੱਲ ਕਰਦੇ ਜਦ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਕੌਮ ਜਿਹੜੀ ਹੈ ਪ੍ਰਗਟ ਕੀਤੀ ਸਾਹਿਬ ਆਲਮ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਸੁਤੰਤਰਤਾ ਤੇ ਆਜ਼ਾਦੀ ਦੀ ਧਾਂਕ ਉਸਨੇ ਦੁਨੀਆਂ ਦੇ ਵਿੱਚ ਕਿਵੇਂ, ਤੇ ਅਨੰਦਪੁਰ ਸਾਹਿਬ ਦਾ ਮਤਾ ਕੀ ਹੈ। ਵਪਾਰਕ ਸੰਦੇਸ਼ਾਂ ਤੋਂ ਬਾਅਦ ਅੱਜ ਇਹ ਇਤਿਹਾਸਕ ਦਸਤਾਵੇਜ਼ ਦੀ ਸਾਂਝ ਪਾਉਣੀ ਹੈ ਤੁਹਾਡੇ ਨਾਲ। ਇਤਿਹਾਸਕ ਦਸਤਾਵੇਜ਼ਾਂ ਦੀ ਗੱਲ ਜਿਹੜੀ 1984 ਦਾ ਤਾਂ ਸਾਰਿਆਂ ਨੂੰ ਪਤਾ ਹੈ ਵੀ ਇਹ ਹੋਇਆ, ਪਰ ਉਹਦਾ ਪਿਛੋਕੜ ਕੀ ਹੈ। ਧਰਮਯੁੱਧ ਮੋਰਚੇ ਤੋਂ ਪਹਿਲਾਂ ਜਦ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੋਈ ਤਾਂ ਉਹ ਕੀ ਸੀ? ਇੱਕ ਕਾਲਰ ਨੇ, ਜੀ ਮੈਂ ਗੱਲ ਕਰ ਲਵਾਂ ਫਿਰ ਤੁਰਦਾ। ਕਾਲੀਵਾਲ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਲਾਈਨ ਨੰਬਰ 2? ਕਾਲੀਵਾਲ ਸਾਹਿਬ ਜੀ ਧੰਨਵਾਦ। ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਪਹਿਲਿਆਂ ਨੇ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸੰਪੂਰਨਤਾ ਜਦ ਹੋਈ ਹੈ, ਜੋਤ ਜਿਹੜੀ ਪਹਿਲੀ ਤੋਂ 10ਵੀਂ ਤੱਕ ਪਹੁੰਚੀ ਹੈ, ਸਾਰੇ ਗੁਰੂ ਸਾਹਿਬਾਨਾਂ ਦੇ ਇੱਕੋ ਅਕੀਦੇ ਦੇ ਉੱਪਰ ਤੁਸੀਂ ਵੇਖੋਗੇ ਇਕੁਆਲਿਟੀ ਦੀ ਗੱਲ, ਬਰਾਬਰਤਾ ਦੀ ਗੱਲ, ਨਿਜ਼ਾਮ ਦੇ ਖਿਲਾਫ ਜਾਂ ਨਿਜ਼ਾਮ ਵਧੀਆ ਚੱਲ ਰਿਹਾ ਕੋਈ ਰੌਲਾ ਨਹੀਂ, ਜਾਂ ਨਿਜ਼ਾਮ ਕੁਛ ਗਲਤ ਕਰਦਾ ਫਿਰ ਖਾਲਸਾ ਜਿਹੜਾ ਉਹਦੇ ਵਿੱਚ ਦਖਲ ਅੰਦਾਜ਼ੀ ਕਰਦਾ, ਅਦਰਵਾਈਜ਼ ਨਹੀਂ। ਔਰ ਬਾਦਸ਼ਾਹੀਆਂ ਵੀ ਭੋਗਣ ਦਾ ਇਸ਼ਕ ਨਹੀਂ,
ਬਹੁਤ ਵਾਰ ਇਤਿਹਾਸ ਦੇ ਵਿੱਚ ਇਹ ਹੁੰਦਾ ਕਿ ਜਿੱਤ ਕੇ ਆ ਜਾਂਦੇ ਨੇ। ਆ ਦਿੱਲੀ ਦਾ ਜਿਹੜਾ ਰੌਲਾ ਹੈ ਇੱਕ ਵਾਰ ਦੱਸਦਾ ਕੋਈ ਨਾ, ਉਹ ਕਹਿੰਦਾ ਚੰਗਾ ਫਿਰ ਚੜਾ ਦਿੰਦੇ ਆ। ਬਘੇਲ ਸਿੰਘ ਉਹਨਾਂ ਨੇ ਝੰਡਾ ਚੜਾਇਆ, ਜਿਹੜੀ ਸਿੱਲ ਦੇ ਉੱਪਰ ਤਖ਼ਤ ਲਾ ਕੇ ਬਹਿੰਦੇ ਸੀ, ਸਿੱਲ ਘੋੜਿਆਂ ਨਾਲ ਬੰਨ ਕੇ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਲੈਣ ਦੀ, ਆ ਕੇ ਦੇਖ ਲਿਓ ਲੰਗਰ ਵਾਲੀ ਇਮਾਰਤ ਦੇ ਨਾਲ ਪਈ ਹੈ। ਸੋ ਸਿੱਖਾਂ ਨੂੰ ਜਦ ਉਹ ਬਾਗੀ ਹੁੰਦਾ ਉਸਨੂੰ ਇਸ ਕਰਕੇ ਨਹੀਂ ਕਦੇ ਵੀ ਸੋਚਣਾ ਚਾਹੀਦਾ ਕਿ ਉਹ ਕਿਸ ਤਰ੍ਹਾਂ, ਦੋ ਕਿਸਮ ਦੀ ਆ, ਇੱਕ ਬਾਦਸ਼ਾਹਤ ਭੋਗਦੇ ਨੇ, ਇੱਕ ਸਿੱਖ ਕਰੈਕਟਰ ਉਹ ਹੈ ਜਿਹੜਾ ਸਿਰਫ ਅਕਾਲ ਦੇ ਭਾਣੇ ਚ ਰਹਿ ਕੇ, ਅਕਾਲ ਦੀ ਉਸਤ ਦੇ ਵਿੱਚ ਰਹਿ ਕੇ ਦੁਸ਼ਮਣ ਨੂੰ ਬਰਾਬਰ ਜਾ ਕੇ ਖੜਦਾ। ਗੁਰੂ ਨਾਨਕ ਪਾਤਸ਼ਾਹ ਜਾਵਰ ਨੂੰ, ਬਾਬਰ ਨੂੰ ਜਾਵਰ ਕਹਿੰਦੇ, ਜਾਂ ਫਿਰ ਦੂਜੇ ਪਾਤਸ਼ਾਹ ਦੀ ਗੁਰਮੁਖੀ ਦੀ ਗੱਲ ਹੈ, ਸਤੀ ਦੀ ਗੱਲ ਹੈ, ਜਾਂ ਲੋਕਾਂ ਦੇ ਲਈ ਦਵਾਖਾਨੇ ਖੋਲਣ ਦੀ ਗੱਲ ਹੈ, ਲੰਗਰ ਦੀ ਗੱਲ ਹੈ, ਤੇ ਜਾਂ ਉਸ ਸਥਾਨ ਦੀ ਗੱਲ ਹੈ ਜਿੱਥੇ ਸਾਰਿਆਂ ਲਈ ਚਾਰ ਦਰਵਾਜ਼ੇ ਹੋਣ, ਉਹਦੀ ਇੱਟ ਮੀਆਂ ਮੀਰ ਰਾਵੇ। ਉਸ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਨੇ ਇੱਕ ਅਜਿਹਾ ਸੋਮਾ ਸਾਨੂੰ ਦਿੱਤਾ ਜਿਹੜਾ ਮਨੁੱਖਤਾ ਦਾ ਹੀ ਸੋਮਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦ ਨਤਮਸਤਕ ਹੁੰਦੇ ਹੋ ਤਾਂ ਮਨੁੱਖਤਾ ਨੂੰ ਤੇ ਰੂਹਾਨੀਅਤ ਨੂੰ ਤੁਸੀਂ ਨਤਮਸਤਕ ਹੁੰਦੇ ਹੋ, ਜਿਹਦੇ ਵਿੱਚ ਪੀਰਾਂ ਫਕੀਰਾਂ ਦੀ, ਹਿੰਦੂ ਜਿਹੜੇ ਨੇ ਭਗਤਾਂ ਦੀ, ਉਹਨਾਂ ਦੀ ਬਾਣੀ ਆ ਉਹਦੇ ਵਿੱਚ, ਬਰਾਬਰਤਾ ਦੀ ਗੱਲ ਆ। ਜੇ ਸਿੱਖ ਨੂੰ ਕੋਈ ਨਸਲਵਾਦੀ ਕਹਿ ਕੇ ਜਾਂ ਸਿੱਖ ਨੂੰ ਕਹਿ ਕੇ ਕਿ ਇਹ ਕੱਟੜ ਨੇ ਇਹ ਗੱਲ ਕਹਿੰਦਾ, ਤਾਂ ਉਹ ਇਹਦਾ ਮਤਲਬ ਉਸਨੂੰ ਧਰਮ ਬਾਰੇ ਤੇ ਹਿਸਟਰੀ ਬਾਰੇ ਨਹੀਂ ਪਤਾ। ਛੇਵੇਂ ਪਾਤਸ਼ਾਹ ਨੇ ਇਸ ਤਰ੍ਹਾਂ ਹੀ ਜ਼ਾਲਮ ਨੂੰ ਚਾਰ ਜਿਹੜੀਆਂ ਲੜਾਈਆਂ ਲੜੀਆਂ, ਚਾਰੇ ਲੜਾਈਆਂ ਨਿੱਜ ਤੌਰ ਤੇ ਨਹੀਂ ਸੀ, ਨਿਜ਼ਾਮ ਦੇ ਖਿਲਾਫ ਸੀ ਵੀ ਤੁਸੀਂ ਗਲਤ ਕਰਦੇ ਹੋ। ਜੇ ਨਿਜ਼ਾਮ ਠੀਕ ਚੱਲਦਾ ਕੋਈ ਰੌਲਾ ਨਹੀਂ। ਦਸਵੇਂ ਪਾਤਸ਼ਾਹ ਦਾ ਤੁਸੀਂ ਵੇਖ ਲਓ, ਔਰੰਗਜ਼ੇਬ ਜਿਹੜਾ ਹੈ, ਔਰੰਗਜ਼ੇਬ ਦੇ ਨਾਲ ਕਿੰਨਾ ਰੌਲਾ ਸੀ, ਪਰ ਉਹਦੇ ਪੁੱਤਰ ਬਹਾਦਰ ਸ਼ਾਹ ਦੇ ਨਾਲ, ਜਾਂ ਬਹਾਦਰ ਸ਼ਾਹ ਨੇ ਕਹਿ ਦਿੱਤਾ ਕਿ ਨਹੀਂ ਜੀ ਮੈਨੂੰ, ਜਾਂ ਉਹਨੂੰ ਕਿਹਾ ਵੀ ਤੇਰੇ ਬੰਦੇ ਜ਼ੁਲਮ ਕਰਦੇ ਆ ਉੱਥੇ, ਪੰਜਾਬ ਦੇ ਗਵਰਨਰ ਜਿਹੜੇ ਨੇ ਜਾਂ ਸਰਹੰਦ ਦੇ ਤੇਰੇ ਬੰਦੇ ਨੇ, ਉਹਨਾਂ ਨੇ ਜ਼ੁਲਮ ਕੀਤਾ, ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਾ ਦਿੱਤਾ, ਸ਼ਹੀਦ ਕਰ ਦਿੱਤੇ, ਪਰਿਵਾਰ ਸਾਡਾ ਤੇ ਖਾਲਸਾ ਪਾਉਂਦਾ, ਉਹ ਕਹਿੰਦਾ ਜੀ ਮੇਰੇ ਵਿੱਤੋਂ ਬਾਹਰ ਹੈ। ਉਹ ਕਹਿੰਦਾ ਚੰਗਾ, ਤੇਰੇ ਤੋਂ ਤੇਰੇ ਵਿੱਤੋਂ ਬਾਹਰ ਹੈ। ਤਿੰਨ ਦਿਨਾਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨਦੇੜ ਤੋਂ ਕੂਚ ਕਰਦਾ। ਫਿਰ ਉਹ ਕਹਿੰਦੇ ਸਾਨੂੰ ਇਸ ਤਰ੍ਹਾਂ ਦੋ ਕਿਸਮ ਦੀਆਂ ਧਾਰਾਵਾਂ ਚੱਲਦੀਆਂ। ਸੋ ਦਸਵੇਂ ਪਾਤਸ਼ਾਹ ਤੱਕ, ਛੇਵੇਂ ਸੱਤਵੇਂ ਪਾਤਸ਼ਾਹ ਵੀ ਉਸ ਤਰ੍ਹਾਂ ਸਿਪੇ ਸਲਾਰ ਨਾਲ ਆਪਣੇ ਸਦਾ ਸਿਪਾਹੀ ਚੱਲਦੇ ਨਾਲ, ਅੱਠਵੇਂ ਪਾਤਸ਼ਾਹ ਨੇ ਕਿੱਥੇ ਦਿੱਲੀ ਹੈ ਤੇ ਕਿੱਥੇ ਪੰਜਾਬ ਆ ਤੇ ਜਿੱਦਾਂ ਲੋਕ ਮਰ ਰਹੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਆ ਕੇ ਛੋਟੀ ਉਮਰੇ ਜਿਹੜੇ ਜੋਤੀ ਜੋਤ ਸਮਾਏ। ਨੌਵੇਂ ਪਾਤਸ਼ਾਹ ਨੇ ਹਿੰਦੂ ਧਰਮ ਦੀ ਰੱਖਿਆ ਦੇ ਲਈ ਸ਼ਹੀਦੀ ਦਿੱਤੀ। ਉਸ ਤਰ੍ਹਾਂ ਵੀ ਖਲਜਗਨ ਸੀ ਉਹ, ਜਦ ਖਲਲ ਪਾਈ ਜਦੋਂ ਧੱਕੇ ਨਾਲ ਉਸ ਦੇਸ਼ ਦੀ ਸਤਾ ਤੇ ਬੈਠਾ ਨਰੰਗਾ ਜਿਹੜਾ, ਤਾਂ ਉਹ ਧੱਕੇ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ, ਤਾਂ ਗੁਰੂ ਸਾਹਿਬ ਨੇ ਕਹਿਣਾ ਇਹ ਨਹੀਂ ਹੋ ਸਕਦੀ। ਨਹੀਂ ਤਾਂ ਆਰਾਮ ਨਾਲ ਅਨੰਦਪੁਰ ਸਾਹਿਬ ਆਪਣੀ ਖਰੀਦੀ ਜਗ੍ਹਾ ਤੇ ਬੈਠੇ ਸੀ, ਕੋਈ ਤੰਗੀ ਥੋੜਾ ਸੀ, ਗੁਰੂ ਦੇ ਮਹਿਲ ਕੋਲ ਸੀ, ਪੁੱਤ ਜਵਾਨ ਹੋ ਰਿਹਾ ਸੀ ਤੇ ਕੋਈ ਕਮੀ ਨਹੀਂ ਸੀ। ਪਰ ਜਦ ਤੰਗੀ ਜਦ ਹੁੰਦੀ ਹੈ, ਜਦ ਸਿੱਖਾਂ ਨੂੰ ਇੱਕ ਬੰਨੇ ਕਾਰਨਰ ਕਰਕੇ ਉਹਨਾਂ ਨੂੰ ਇਹ ਨਸਲਵਾਦ ਜੀ, ਇਹ ਕੱਟੜ ਜੀ, ਇਹ ਜੇ ਜੀ ਤੇ ਬੋ, ਉਹ ਕਿਉਂਕਿ ਇਤਿਹਾਸ ਨਹੀਂ ਪੜਿਆ ਹੈ। ਜੇ ਇਤਿਹਾਸ ਸਮਝ ਜਾਣ ਫਿਰ ਕਹਿੰਦਾ ਸਾਡੇ ਚੋਂ ਹੀ ਨੇ, ਫਿਰ ਦੂਜਾ ਪੈਂਥੜ। ਦਸਵੇਂ ਪਾਤਸ਼ਾਹ ਨੇ ਜਦ ਸੁਤੰਤਰਤਾ ਦਿੱਤੀ, ਉਸ ਦਿਨ ਜਿੱਦਣ ਉਹਨਾਂ ਨੇ ਕੌਮ ਸਾਜੀ, ਉਹਨਾਂ ਨੇ ਰਾਜਨੀਤਿਕ ਤੌਰ ਤੇ ਇੱਕ ਆਜ਼ਾਦ ਰਾਜਨੀਤਿਕ ਹਸਤੀ ਦੇ ਤੌਰ ਤੇ ਖਾਲਸੇ ਨੂੰ ਪ੍ਰਗਟਿਆ। ਖਾਲਸਾ ਪ੍ਰਗਟਿਓ ਪ੍ਰਮਾਤਮ ਕੀ ਮੌਜ। ਹੁਣ ਇਹ ਜਿਹੜਾ ਧਰਮਯੁੱਧ ਮੋਰਚਾ, ਉਦੋਂ ਪਹਿਲਾਂ 1920 ਦੇ ਵਿੱਚ ਤੁਹਾਨੂੰ ਪਤਾ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ SGPC ਤੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਜਿਹੜੀ ਦੋ ਜਥੇਬੰਦੀਆਂ ਨੇ ਜਿਹੜੀਆਂ ਧਰਮ ਤੇ ਰਾਜਨੀਤੀ ਨੂੰ ਨਾਲ ਲੈ ਤੁਰਦੀਆਂ ਨੇ। ਗੋਰਿਆਂ ਦੇ ਸਮੇਂ ਉਹ ਰੀਅਲ ਸੈਕੂਲਰ ਕਹਿੰਦੇ ਸੀ, ਪਰ ਸੈਕੂਲਰ ਦੇ ਵਿੱਚ ਵਿੱਚ ਉਹਨਾਂ ਨੂੰ ਪਤਾ ਸੀ ਕਿਹੜੀਆਂ ਕੌਮਾਂ ਨੂੰ ਕਿਵੇਂ ਟਿਕਾ ਕੇ ਰੱਖਣਾ, ਰਾਜਪੂਤਾਂ ਤੇ ਸਿੱਖਾਂ ਨੂੰ ਕਿੰਨੀ ਕੁ ਜਗ੍ਹਾ ਦੇ ਕੇ ਨਾਲ ਨਾਲ ਲਈ ਜਾਣ। ਉਹ ਜਦ ਇਹ ਦੋਨੇ ਪਾਰਟੀਆਂ ਤੋਂ ਪਹਿਲਾਂ ਵੀ ਜਦ ਆਜ਼ਾਦ ਬਾਦਸ਼ਾਹਤ ਰਹੀ ਹੈ ਇਸ ਖਿੱਤੇ ਦੇ ਵਿੱਚ, ਖਾਲਸਾ ਰਾਜ ਰਿਹਾ, ਖਾਲਸਾ ਰਾਜ ਤੋਂ ਪਹਿਲਾਂ ਮਿਸਲਾਂ ਰਹੀਆਂ ਨੇ, ਮਿਸਲਾਂ ਨੇ ਲੋਕਾਂ ਦਾ ਪ੍ਰਬੰਧ ਕੀਤਾ। ਮਿਸਲਾਂ ਤੋਂ ਪਹਿਲਾਂ 18ਵੀਂ ਸਦੀ ਦੇ ਵਿੱਚ 1708 ਤੋਂ ਲੈ ਕੇ 1800 ਤੱਕ 92 ਵਰੇ ਜਦ ਪਹਿਲਾ ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਦੇਣ ਤੋਂ ਬਾਅਦ, ਉਸ ਤੋਂ ਬਾਅਦ ਜਿਹੜਾ ਝੱਖੜ ਝੁੱਲਿਆ ਉਹ ਝੱਖੜ ਦੇ ਵਿੱਚ ਕਿਤੇ ਈ ਨਹੀਂ ਮੰਨੀ, ਰੌਲਾ ਕੋਈ ਨਹੀਂ ਸੀ।
ਨਿਜ਼ਾਮ ਜਿਹੜੇ ਨੇ ਦਰਾਨੀ ਅਫਗਾਨੀ ਮੁਗਲ ਆਉਂਦੇ ਰਹੇ, ਜਦ ਤੱਕ ਉਹ ਠੀਕ ਚੱਲਦੇ ਰਹੇ ਚੱਲਦੇ ਰਹੇ, ਜਦੋਂ ਜ਼ੁਲਮ ਕਰਦੇ ਰਹੇ ਖਾਲਸਾ ਪ੍ਰਗਟ ਹੁੰਦਾ ਰਿਹਾ। 1920 ਤੋਂ ਫਿਰ ਉਸ ਜਿਹੜੀ ਖਾਲਸਾ ਰਾਜ ਦੀ ਇੱਕ ਕਹਾਣੀ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜੀ ਚੱਲਦੀ ਸੀ ਕਿ ਮੈਂ ਅਸੀਂ ਕੌਮ ਨੂੰ ਸਾਡਾ ਇੱਕ ਹੋਮਲੈਂਡ ਜਿਹੜੀ ਚਾਹੀਦੀ ਹੈ। ਚਲੋ 47 ਆ ਗਿਆ, 47 ਦੇ ਵਿੱਚ ਨਹਿਰੂ ਨੇ ਜਿਹੜੇ ਵਾਅਦੇ ਕੀਤੇ, ਜਿਹਨੇ ਉਹਨੇ ਕਿਹਾ ਵੀ ਨੌਰਥ ਵੈਸਟ ਦੇ ਵਿੱਚ ਇੱਕ ਚਾਹੀਦਾ ਤੁਹਾਡਾ ਇੱਕ ਖਿੱਤਾ ਹੋਵੇ ਜਿੱਥੇ ਤੁਸੀਂ ਆਜ਼ਾਦੀ ਦਾ ਨਿੰਘ ਮਾਣ ਲਓ। ਮੁੱਕਰ ਗਿਆ, ਮੁੱਕਰਨ ਤੋਂ ਬਾਅਦ ਧਾਰਾਵਾਂ ਅਲੱਗ ਅਲੱਗ ਹੋ ਗਈਆਂ। ਦੋ ਕਿਸਮ ਦੀ ਧਾਰਾ ਜਿਹੜੀ ਪ੍ਰਬਲ ਹੋ ਗਈ, ਇੱਕ ਤਾਂ ਉਹ ਖਾਲਸੇ ਸੀ ਜਿਹੜੇ ਰੂਹਾਨੀਅਤ ਦੇ ਥੱਲੇ ਹੁੰਦੇ ਜ਼ੁਲਮ ਨੂੰ ਵੰਗਾਰਦੇ ਸੀ, ਉਹ ਕਿਸੇ ਵੀ ਨਾਇਕ ਦੇ ਰੂਪ ਦੇ ਵਿੱਚ ਹੋ ਸਕਦੇ। ਇੱਕ 1960ਵਿਆਂ ਦੇ ਵਿੱਚ ਆਏ ਗ੍ਰੀਨ ਰੈਵੋਲੂਸ਼ਨ ਦੇ ਵਿੱਚੋਂ ਅਮੀਰ ਹੋਏ ਧਨਾੜ ਸਿੱਖ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਹੋ ਗਏ, ਉਹਨਾਂ ਨੂੰ ਇਹ ਸੀ ਬਈ ਸਿੱਖ ਡੋਮੀਨੈਂਟ ਵਾਲਾ ਇੱਕ ਹਿੱਸਾ ਲੈ ਲਈਏ, ਛੱਡੀਏ ਬਾਕੀ ਕੰਮਾਂ ਨੂੰ, ਉਸ ਦੇ ਵਿੱਚੋਂ ਫੇਰ ਆਪਾਂ ਉੱਥੋਂ ਵੋਟਾਂ ਪਾ ਕੇ ਜਿੱਤਾਂਗੇ, ਜਿਹਦੇ ਚ ਪੰਜਾਬ ਦੀ ਸੂਬੀ ਦੀ ਗੱਲ ਹੈ। ਚਲੋ, ਤੇ ਸਭ ਤੋਂ ਵੱਡਾ ਵਿਗਾੜ ਕੌਮ ਦੇ ਵਿੱਚ ਜਲ ਪਿਆ ਜਾਂ ਸਾਡੇ ਤੇ ਗ੍ਰੀਨ ਰੈਵੋਲੂਸ਼ਨ ਆਇਆ। ਇਕੁਐਲਿਟੀ ਦੀ ਗੱਲ ਉਦੋਂ ਪਹਿਲਾਂ ਥੋੜੀ ਬਹੁਤੀ, ਜਿੰਨੀ ਕੁ ਕਣਕ ਹੋਣੀ, ਕੋਈ ਸੀਰੀ ਨੇ ਲੈ ਜਾਣੀ, ਕੋਈ ਜੱਟ ਨੇ ਰੱਖ ਲੈਣੀ, ਬਰਾਬਰਤਾ ਔਰ ਸਦਾ ਖੁਸ਼ ਰਹਿਣ ਵਾਲੇ ਸਰਬੱਤ ਦੇ ਭਲੇ ਚ ਰਹਿਣ ਵਾਲੇ ਲੋਕ ਸੀ। ਜਦ ਅਮੀਰੀ ਆਈ, ਜਦ ਅਮੀਰੀ ਆਉਂਦੀ ਹੈ ਕੌਮ ਦੇ ਵਿੱਚ, ਅਮੀਰੀ ਤੋਂ ਸਮੇਂ ਸਿੱਖ ਜਿਹੜਾ ਉਹ ਗੁਰੂ ਤੋਂ ਪਰਾਂ ਹੁੰਦਾ। ਗ੍ਰੀਨ ਰੈਵੋਲੂਸ਼ਨ ਨੇ ਉਹ ਸੱਤਿਆਨਾਸ਼ ਸਾਡਾ ਕੀਤਾ, ਅਮੀਰ ਹੋ ਗਏ ਲੋਕ, 15% 25% ਕੋਲ 75% ਇਨਕਮ ਆ ਗਈ। ਉਸੇ ਸਮੇਂ ਡੇਰੇ ਪ੍ਰਗਟ ਹੁੰਦੇ ਨੇ, ਫਿਰ ਜਦ ਪੈਸਾ ਵੱਧ ਗਿਆ, ਪੈਸੇ ਜਦ ਵੱਧ ਗਏ, ਪੈਸੇ ਦੇ ਲੋਭ ਦੇ ਵਿੱਚ ਡੇਰੇ ਹੋਏ, ਡੇਰੇ ਜਦ ਫਨਲ ਹੋਏ, ਡੇਰੇ ਸਰਕਾਰਾਂ ਨਾਲ ਮਿਲਦੇ ਸੈਂਟਰ ਨਾਲ, ਡੇਰਿਆਂ ਦੇ ਰਾਹੀਂ ਉਸ ਸਮੇਂ ਦੀ ਸਿੱਖ ਰਾਜਨੀਤੀ ਸੈਂਟਰ ਨਾਲ ਜੋੜਨ ਲੱਗ ਗਈ, ਡੇਰਿਆਂ ਦੀ ਵੋਟਾਂ ਨਾਲ ਡੇਰਾ ਪ੍ਰਬਲ ਹੋ ਗਿਆ, ਡੇਰੇ ਪ੍ਰਬਲ ਹੁੰਦੇ ਹੁੰਦੇ ਕੌਮ ਰਸਾਤਲ ਵੱਲ ਨੂੰ ਜਾਣ ਲੱਗ ਗਈ, ਲੋਕ ਟੁੱਟ ਗਏ, ਵਿਗਾੜ ਪਿਆ ਪੈਸੇ ਤੋਂ। ਹੁਣ ਅਸਲ ਗੱਲ ਨੂੰ ਆਵਾਂ, ਜਿਹੜਾ ਧਰਮਯੁੱਧ ਮੋਰਚਾ 4 ਅਗਸਤ 1982 ਨੂੰ ਸ਼ੁਰੂ ਹੋਇਆ, ਉਦੋਂ ਪਹਿਲਾਂ, ਹੁਣ ਇਤਿਹਾਸ ਦੀ ਜੇ ਮੈਂ ਗੱਲ ਕਰਦਾ, ਇਤਿਹਾਸ ਜਦ ਆਪਾਂ ਸੁਣਾਉਂਦੇ ਉਹਦਾ ਅੰਤਰੀਵ ਕੀ ਹੈ। ਇੱਕ ਤਾਂ ਇਤਿਹਾਸ ਇਸ ਤਰ੍ਹਾਂ ਸੁਣਾਇਆ ਜਾਂਦਾ ਜਿੱਥੇ ਪੇਸ਼ਾਵਰ ਲੋਕ ਸੁਣਾਉਂਦੇ ਨੇ ਕੰਨ ਰਸ ਦੇ ਲਈ, ਵੀ ਮੂਹਰੇ ਬੈਠੇ ਬੰਦੇ ਜਿਹੜਾ 1000 ਬੈਠਾ ਉਹਨਾਂ ਨੂੰ ਕਿਹੜਾ ਇਤਿਹਾਸ ਆ ਸੁਣਾਉਣਾ ਜਿਹਦੇ ਕਰਕੇ ਦਮੜੇ ਜੇਬ ਚੋਂ ਕੱਢ ਕੇ ਸਿੱਟਣ, ਚਾਹੇ ਉਹ ਪ੍ਰਚਾਰਕ ਆ, ਰਾਗੀ ਆ, ਢਾਡੀ ਆ, ਕੋਈ ਕਥਾ ਵਾਚਕ ਹੈ, ਉਹਨੇ ਨਰ ਤਬਜ ਇੱਕ ਤਾਂ ਪੇਸ਼ਾਵਰ ਦੇ, ਇਹ ਪੇਸ਼ਾਵਰ ਜਦ ਜਿਹ ਚ ਖੀਸੇ ਦੀ ਗੱਲ ਹੈ, ਜਾਂ ਇਤਿਹਾਸ ਆਪਣੇ ਤਾਂ ਸੁਣਾਇਆ ਜਾਂਦਾ, ਸੁਣਿਆ ਜਾਂਦਾ ਕਿ ਪੁਰਾਤਨ ਸਮੇਂ ਚ ਜਿਹੜੀਆਂ ਸਾਡੇ ਪੁਰਖਿਆਂ ਨੇ ਗੱਲਾਂ ਕੀਤੀਆਂ ਉਹਨਾਂ ਨੂੰ ਅਸੀਂ ਭਵਿੱਖ ਦਾ ਨਿਸ਼ਾਨਾ ਸਮਝ ਕੇ ਕਿਵੇਂ ਲੈ ਕੇ ਜਾਣਾ। ਇਸ ਦੇ ਨਾਲ ਹੀ ਬਿਖਮ ਭਰੇ ਸਮੇਂ ਦੇ ਵਿੱਚੋਂ, ਇਤਿਹਾਸ ਦੇ ਵਿੱਚੋਂ, ਬਿਖਮ ਭਰੇ ਦੇ ਵਿੱਚੋਂ ਕੌਮ ਤਕੜੇ ਜੇਰੇ ਨਾਲ ਅੱਗੇ ਕਿਵੇਂ ਨਿਕਲ ਕੇ ਆਈ, ਉਹ ਇਹਦੇ ਵਿੱਚੋਂ ਲੈਣ। ਸੋ ਇਹ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ, ਪਹਿਲਾਂ ਸੁਰਜੀਤ ਬਰਨਾਲੇ ਨੇ ਵੀ ਆਪਣੀ ਜਿਹੜੀ ਕਮੇਟੀ ਦੇ ਨਾਲ 11 ਮੀਟਿੰਗਾਂ ਉਹਨੇ ਕੀਤੀਆਂ ਤੇ 4 ਪੰਨਿਆਂ ਦਾ, ਪਰ ਅਸਲ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਸਰਦਾਰ ਕਪੂਰ ਸਿੰਘ ਉਹਨਾਂ ਦਾ ਲਿਖਿਆ ਹੋਇਆ, ਜਿਹਨੂੰ ਕੌਮ ਦੇ ਮਹਾਨ ਜਥੇਦਾਰ ਨੇ, ਕੌਮ ਦੇ ਮਹਾਨ ਜਰਨੈਲ ਨੇ ਧਰਮਯੁੱਧ ਮੋਰਚੇ ਦੇ ਦੌਰਾਨ ਸਦਾ ਖੀਸੇ ਚ ਪਾ ਕੇ ਰੱਖਿਆ, ਸੰਤ ਜਰਨੈਲ ਸਿੰਘ ਜੀ ਖਾਲਸਾ ਨੇ, ਉਹ ਆ ਇੱਕ ਪੇਜ ਦਾ ਸਿਰਫ। ਉਹਦੇ ਵਿੱਚ 6 ਜਿਹੜੇ ਮੇਨ ਪਹਿਲਾਂ ਕਾਰਨ ਨੇ ਮੰਗਾਂ ਤੋਂ, ਉਹ ਇਹ ਹੈ ਕਿ ਸਿੱਖ ਜਿਹੜੇ ਨੇ 17ਵੀਂ ਸਦੀ ਦੇ ਵਿੱਚ ਜਦ ਖਾਲਸੇ ਨੂੰ ਪ੍ਰਗਟ ਕਰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਆਜ਼ਾਦ ਰਾਜਨੀਤਿਕ ਹਸਤੀ ਹੈ, ਇਹਦਾ ਪਿੱਠ ਭੂਮੀ ਹੈ ਜਿਹੜੀ ਮੰਗਾਂ ਦੀ। ਦੂਸਰਾ ਵੀ ਖਾਲਸਾ ਪੰਥ ਰਾਜਨੀਤਿਕ ਤੌਰ ਤੇ 18ਵੀਂ 19ਵੀਂ 20ਵੀਂ ਸਦੀ ਦੇ ਵਿੱਚ ਖਾਲਸਾ ਰਾਜ ਦੇ ਇਹਨਾਂ ਸਮਿਆਂ ਦੇ ਵਿੱਚ ਵੀ ਆਜ਼ਾਦ ਹਸਤੀ ਵੱਲੋਂ ਉਧਰਿਆ, ਖਾਲਸਾ ਰਾਜ ਵੇਲੇ ਉਸਦੀ ਆਜ਼ਾਦ ਹਸਤੀ ਨੂੰ ਤਸਲੀਮ ਕੀਤਾ ਗਿਆ। ਖਾਲਸਾ ਰਾਜ ਦੇ ਵੇਲੇ ਫਰਾਂਸ ਦੇ ਨਾਲ, ਇੰਗਲੈਂਡ ਦੇ ਨਾਲ, ਇਟਲੀ ਨਾਲ, ਚੀਨ ਨਾਲ, ਤਿੱਬਤ ਨਾਲ, ਅਫਗਾਨਿਸਤਾਨ, ਪਰਸ਼ੀਆ ਜਿਹਨੂੰ ਇਰਾਨ ਕਿਹਾ ਜਾਂਦਾ ਅੱਜ, ਉਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਫੋਰਟ ਵਿਲੀਅਮਸ ਦੀ, ਤੇ ਉਹਦੇ ਬਾਅਦ ਮੁਸਲਿਮ ਲੀਗ ਤੇ ਕਾਂਗਰਸ ਨਾਲ, ਖਾਲਸੇ ਨੇ ਆਪਣੇ ਰਾਜ ਦੇ ਦੌਰਾਨ ਤਾਂ ਇਹਨਾਂ ਸਮਿਆਂ ਦੇ ਵਿੱਚ, ਚਾਹੇ ਉਹ 18ਵੀਂ ਸਦੀ ਦੇ ਵਿੱਚ ਸੀ, ਚਾਹੇ 19ਵੀਂ ਸਦੀ ਮਹਾਰਾਜਾ ਰਣਜੀਤ ਸਿੰਘ ਦੇ 20ਵੀਂ ਸਦੀ ਦੇ ਵਿੱਚ, ਖਾਲਸੇ ਨੇ ਇੱਕ ਸੁਤੰਤਰਤਾ ਦੇ ਤਹਿਤ ਸਮਝੌਤੇ ਕੀਤੇ ਹੋਏ ਜਿਹਦੇ ਚ ਖਾਲਸੇ ਦੀ ਇੱਕ ਆਜ਼ਾਦ ਹਸਤੀ ਨੂੰ ਮੰਨਿਆ ਗਿਆ। ਚੌਥਾ, 1947 ਤੋਂ ਬਾਅਦ ਜਿਹੜੀ ਡਰਾਮੈਟਿਕ ਚੇਂਜ ਹੋਈ,
ਗੋਰਿਆਂ ਨੇ ਵੀ ਮੰਨਿਆ ਆਜ਼ਾਦ ਤੇ ਉਹਨਾਂ ਨੂੰ ਜਗ੍ਹਾ ਦਿੰਦੇ ਰਹੇ ਕਮੇਟੀਆਂ ਚ। 47 ਤੋਂ ਬਾਅਦ ਜਦ ਟ੍ਰਾਂਸਫਰ ਆਫ ਪਾਵਰ ਹੋਈ ਤਾਂ 47 ਦੇ ਵਿੱਚ ਕਾਬਜ ਹੋਏ ਨਹਿਰੂ ਉਹਨਾਂ ਨੇ ਖਾਲਸੇ ਦੀ ਰਾਜਨੀਤਿਕ ਤੇ ਸੱਭਿਆਚਾਰ ਜਿਹੜੀ ਹਸਤੀ ਹੈ ਉਸ ਨੂੰ ਨਹੀਂ ਮੰਨਿਆ ਜਿੱਥੋਂ ਗੱਲ ਸ਼ੁਰੂ ਹੋਈ ਹੈ। ਇਹਦੇ ਕਰਕੇ ਸਿੱਖਾਂ ਨੇ ਉਸ ਸਮੇਂ ਦੇ ਭਾਰਤ ਦੇ ਸੰਵਿਧਾਨ ਤੇ ਦਸਤਖਤ ਨਹੀਂ ਕੀਤੇ। 47 ਤੋਂ ਬਾਅਦ ਜਿਹੜੀ ਹਾਕਮ ਧਿਰ ਸੀ, ਕਿਉਂਕਿ ਉਹਨਾਂ ਨੇ ਨੇਸ਼ਨ ਸਟੇਟ ਦਾ ਇੱਕ ਕਨਸੈਪਟ ਕਰਤਾ, ਸੈਕੂਲਰਿਜ਼ਮ ਦੇ ਥੱਲੇ ਇੱਕ ਕੌਮ ਇੱਕ ਭਾਸ਼ਾ ਦੇ ਥੱਲੇ ਉਹਨਾਂ ਨੇ ਇੱਕ ਦੇਸ਼ ਦੇ ਵਿੱਚ ਇੱਕ ਰੰਗ ਥੱਲੇ ਨੇਸ਼ਨ ਸਟੇਟ ਦੀ ਉਸਾਰੀ ਕਰ ਲਈ। ਸਟੇਟ ਇੱਕ ਹੈ ਜਿਹੜੇ ਰਾਜ ਪ੍ਰਬੰਧ ਹੈ, ਨੇਸ਼ਨ ਇੱਕ ਹੈ ਜਿਹੜਾ ਧਰਮ ਹੈ। ਉਹਨਾਂ ਨੇ ਦੋਨੇ ਇਕੱਠੇ ਕਰਕੇ ਨੇਸ਼ਨ ਨੂੰ ਇੱਕ ਸਟੇਟ ਦੇ ਰੂਪ ਦੇ ਵਿੱਚ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਆਡਾ ਜਿਹੜਾ ਉਹ ਸ਼ੁਰੂ ਹੋਇਆ। ਫਿਰ ਇੱਕ ਇਸ ਦੇ ਵਿੱਚ ਸਰਦਾਰ ਕਪੂਰ ਸਿੰਘ ਕਹਿੰਦੇ ਨੇ ਵੀ ਦੁਨੀਆਂ ਨੇ ਸਾਡੀ ਆਜ਼ਾਦ ਹਸਤੀ ਨੂੰ ਮੰਨਿਆ। ਖਾਲਸਾ ਰਾਜ ਦੇ ਵੇਲੇ ਕਿਸ ਤਰ੍ਹਾਂ ਸਮਝੌਤੇ ਹੋਏ ਨੇ, ਉਸ ਤੋਂ ਬਾਅਦ ਦੁਨੀਆਂ ਦੇ ਵਿੱਚ ਹਲੇ ਵੀ ਤੁਸੀਂ ਵੇਖ ਲਓ ਕਿਤੇ ਰੌਲਾ ਪਿਆ ਹੋਵੇ, ਕਿਸੇ ਜਗ੍ਹਾ ਤੇ ਰੌਲਾ ਪਿਆ ਹੋਵੇ, ਮਲਟੀ ਐਥਨਿਕ ਗਰੁੱਪ ਹੋਣ, ਸਿੱਖ ਦੀ ਇੱਕ ਅਜਿਹੀ ਸਟਾਪ ਛੱਡੀ ਹੋਈ, ਉਹ ਕਹਿੰਦੇ ਚੰਗਾ ਸਿੰਘ ਸਾਹਿਬ ਨੂੰ ਬਣਾ ਦਿਓ, ਇਹ ਸਾਡਾ ਕਰੈਕਟਰ ਹੈ ਜੇ ਇਹਨੂੰ ਅਸੀਂ ਮੇਨਟੇਨ ਕਰ ਸਕੀ। ਵਪਾਰਕ ਸੰਦੇਸ਼ ਲੈ ਲਈਏ ਇੱਥੋਂ ਅੱਗੇ। ਹੁਣ ਮੈਂ ਗੱਲ ਤੋਰੂੰਗਾ ਕਿ ਅਸਲ ਆਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਕੀ ਨੇ। ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਤਿੰਨ ਮੰਗਾਂ ਜਿਹੜੀਆਂ, ਸਭ ਤੋਂ ਪਹਿਲੀ ਤਾਂ ਇਹ ਕਿ ਜਿਹੜਾ ਸਿੱਖ ਰਾਜ ਦੇ ਸਮੇਂ ਜਾਂ ਵੱਡੇ ਪੰਜਾਬ ਦੇ ਸਮੇਂ ਏਰੀਆ ਸੀ, ਉਸ ਏਰੀਏ ਤੋਂ ਪਹਿਲਾਂ ਰਾਜਨੀਤਿਕ ਪਛਾਣ ਤੇ ਉੱਤਰ ਪੱਛਮ ਦੇ ਵਿੱਚ ਖਿੱਤਾ ਜਿੱਥੇ ਸਿੱਖ ਆਪਣੀ ਹੋਮਲੈਂਡ ਦਾ ਨਿੱਘ ਮਾਣ ਸਕਣ, ਜਿਹਦਾ ਵਾਅਦਾ ਕੀਤਾ ਗਿਆ। ਉਸ ਤੋਂ ਬਾਅਦ ਪੰਜਾਬ ਤੋਂ ਬਿਨਾਂ ਇਲਾਕੇ ਜਿਹੜੇ ਉਨਾ, ਕਾਂਗੜਾ, ਨਾਲਾਗੜ੍ਹ, ਪਾਲਕਾ, ਪੰਜੌਰ, ਅੰਬਾਲਾ, ਕਰਨਾਲ, ਸ਼ਾਹਬਾਦ, ਥਨੇਸਰ, ਸਿਰਸਾ, ਰਤੀਆ, ਗੰਗਾਨਗਰ ਦੀਆਂ ਤਹਿਸੀਲਾਂ ਜਿਹੜੀਆਂ ਨਾਲ ਲੱਗਦੀਆਂ ਉਹ ਇਸ ਦੇ ਵਿੱਚ, ਤੇ ਚਾਰ ਮਹਿਕਮੇ ਜਿਹੜੀ ਸੈਂਟਰ ਕੋਰ ਰੱਖਿਆ ਆਪਣਾ, ਰੱਖਿਆ ਦਾ, ਵਿਦੇਸ਼ ਦਾ, ਵਿੱਤੀ ਤੇ ਸੰਚਾਰ ਦਾ, ਇਹ ਚਾਰ ਮਹਿਕਮੇ ਸਰਕਾਰ ਆਪਣੇ ਕੋਲ ਰੱਖੇ ਤੇ ਬਾਕੀ ਜਿਹੜੇ ਨੇ ਉਹ ਸਮਾਈ ਅਟੋਨਮੀ ਜਿਹੜੀ ਹੈ, ਮਤਲਬ ਉਹ ਬਰਾਬਰਤਾ ਦਾ ਇੱਕ ਖਿੱਤਾ ਹੋਵੇ ਜਿੱਥੇ ਸਿੱਖ ਆਪਣੀ ਆਜ਼ਾਦੀ ਦਾ ਰਾਹ ਮਾਣ ਸਕਣੇ, ਬਫਰ ਸਟੇਟ ਦੇ ਤੌਰ ਤੇ ਹੋਵੇ। ਔਰ ਇੱਧਰ ਨੂੰ ਇਹ ਗੱਲ ਵਧਣੀ ਹੈ। ਹੁਣ ਤੁਹਾਡੇ ਸਾਹਮਣੇ ਵੇਖਿਓ ਜਿਹੜਾ ਇਹ ਕੋਰੀਡੋਰ ਦੀਆਂ ਗੱਲਾਂ ਚੱਲ ਰਹੀਆਂ ਨੇ ਤੇ ਚੀਨ ਦੇ ਸਿਲਕ ਰੋਡ ਦੀਆਂ ਗੱਲਾਂ ਚੱਲ ਰਹੀਆਂ ਨੇ ਤੇ ਪੰਜਾਬ ਦਾ ਪਾਕਿਸਤਾਨ ਤੇ ਭਾਰਤ ਦੇ ਵਿੱਚ ਸੰਨ ਚ ਹੋਣਾ ਤੇ ਇਸ ਲਾਂਘੇ ਨੂੰ ਮੰਨਣਾ, ਕਿਉਂਕਿ ਕੋਈ ਵੀ ਅਤਕਥਨੀ ਨੀ ਕਿਤੇ। ਜਦ 1708 ਤੋਂ ਬਾਅਦ, 1715 ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ 1800 ਤੱਕ 85 ਵਰੇ ਜਦ ਸਿੱਖ ਕੌਮ ਦਾ ਮੁੱਲ ਸਿਰਾਂ ਦਾ ਪਿਆ, ਬੋਟੀਆਂ ਬੋਟੀਆਂ ਹੋ ਗਈਆਂ ਜੰਗਲਾਂ ਬੇਲਿਆਂ ਚ, 20-20 ਹਜ਼ਾਰ ਦਿਹਾੜੀ ਦੇ ਵਿੱਚ ਸ਼ਹੀਦ ਹੁੰਦੀ ਰਹੀ, ਕਾਨੂੰ ਵਣ ਦੇ ਛੰਭ ਦੇ ਵਿੱਚ ਜਿਉਂਦੀ ਸਾੜਤੀ। ਪਰ 1800 ਦੇ ਵਿੱਚ, 1800 ਪਹਿਲਾਂ ਮਿਸਲਾਂ ਦੇ ਸਮੇਂ, ਮਿਸਲਾਂ ਨੇ ਰਾਖਾ ਕਰ ਦਿੱਤਾ। ਔਰ ਇਹਦੇ ਵਿੱਚ ਸਾਰੇ ਦਿੱਲੀ ਤੱਕ ਦੇ, ਇਉਂ ਨਹੀਂ ਕਿ ਇਹਦੇ ਵਿੱਚ ਸਿੱਖਾਂ ਦੀ ਰਾਖੀ ਸੀ, ਹਿੰਦੂ ਮੁਸਲਮਾਨ ਸਾਰੇ ਕਹਿੰਦੇ ਸੀ ਅਬਦਾਲੀਆਂ ਤੇ ਦਰਾਨੀਆਂ ਤੇ ਧਾੜਮੀਆਂ ਤੋਂ ਜੇ ਕੋਈ ਬਚਾ ਸਕਦਾ ਤਾਂ ਗੁਰੂ ਦਾ ਖਾਲਸਾ, ਕਿਉਂਕਿ ਉਹ ਪਰਮਾਤਮਾ ਦੀ ਮੌਜ ਦੇ ਵਿੱਚ ਕਹਿੰਦੇ ਬੀਕਾਨੇਰ ਦੇ ਵਿੱਚ 17-18ਵੀਂ ਸਦੀ ਦੇ ਅਖੀਰ ਦੇ ਵਿੱਚ ਨਿਹੰਗ ਸਿੰਘ ਨੂੰ ਕੋਈ ਗੋਰਾ ਮਿਲਦਾ, ਉਹ ਕਹਿੰਦਾ ਮੰਨਦਾ ਕਿਹਨੂੰ ਆ, ਕਹਿੰਦੇ ਵਰਸ਼ਾ ਉੱਪਰ ਨੂੰ ਕਰ ਦਿੱਤਾ ਅਸਮਾਨ ਵੱਲ, ਬਈ ਸਿਰਫ ਅਕਾਲ ਨੂੰ, ਕਹਿੰਦਾ ਇੱਥੇ ਕਿਹਨੂੰ ਮੰਨਦਾ, ਉਹ ਕਹਿੰਦਾ ਇੱਥੇ ਅਸੀਂ ਆਪਣੇ ਆਪ ਨੂੰ ਮੰਨਦਾ, ਕਹਿੰਦੇ ਵਰਸ਼ਾ ਧਰਤੀ ਚ ਗੜਤ, ਹੋਰ ਨੀ ਕੋਈ ਹੈ ਦੋਨਾਂ ਦੇ ਸੰਨ ਚ, ਤਾਂ ਹੀ ਆ ਵੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਦੇ ਸੰਨ ਚ ਕੋਈ ਬੰਦਾ ਨਾ ਹੋਵੇ। ਸੋ ਇਸ ਤੋਂ ਬਾਅਦ ਹੁਣ ਜਦ ਇਹ ਕਪੂਰੀ ਦਾ ਮੋਰਚਾ ਲੱਗ ਗਿਆ, ਐਮਰਜੈਂਸੀ ਲੱਗ ਗਈ, ਐਮਰਜੈਂਸੀ ਦੇ ਵਿੱਚ ਸੰਤ ਕਰਤਾਰ ਸਿੰਘ ਖਾਲਸਾ ਨੇ ਦੇਖ ਲਿਆ ਕਿ ਜਖਲ ਜਗਣ ਨਿਰੰਕਾਰੀਏ, ਡੇਰਾਬਾਦ ਜਿਹੜਾ ਉਪਜਿਆ, ਡੇਰੇਬਾਦ ਤੋਂ ਬਾਅਦ ਉਹ ਦਖਲਅੰਦਾਜ਼ੀ ਕਰਨ ਲੱਗੇ, ਅਦਾਲਤ ਜੇਲ੍ਹਾਂ ਭਰ ਗਈਆਂ, ਕਪੂਰੀ ਦਾ ਮੋਰਚਾ ਹੋ ਗਿਆ, ਭਾਈ ਅਮਰੀਕ ਸਿੰਘ ਤੇ 18 ਸਿੰਘ ਜਿਹੜੇ ਨੇ ਉਹ ਗ੍ਰਿਫ਼ਤਾਰ ਹੋ ਗਏ। ਤਾਂ ਫਿਰ 1982 ਨੂੰ ਅਗਸਤ ਨੂੰ ਜਦ ਇਸ ਦੇ ਬਾਰੇ ਅਰਦਾਸ ਸੰਤ ਜਰਨੈਲ ਸਿੰਘ ਉਹਨਾਂ ਨੇ ਕੀਤੀ, ਤਾਂ ਇਹ ਹੁਣ ਉਸ ਸਮੇਂ ਦੋ ਧਰਾਵਾਂ ਚੱਲਦੀਆਂ ਸੀ ਇਹ ਧਰਮ ਯੁੱਧ ਮੋਰਚੇ ਚ, ਤਾਂ ਹੀ ਇੱਕ ਧਰਾਵਾਂ ਦਾ ਅੱਜ ਚਿੱਠੀ ਤੁਸੀਂ ਵਾਇਰਲ ਕੀਤੀ ਹੈ, ਜਿਹ ਚ ਚਿੱਠੀ ਪਾ ਕੇ ਲੌਂਗੋਵਾਲੀਏ ਸਾਹਿਬ ਨੇ ਕਿਹਾ ਵੀ ਸਾਡੇ ਬਸ ਦੀ ਗੱਲ ਨਹੀਂ, ਹੁਣ ਤੁਸੀਂ ਆਵੋ। ਦੋ ਧਿਰਾਂ ਕੀ ਨੇ, ਇੱਕ ਤਾਂ ਇਲਾਹੀ ਹੁਕਮ ਚ ਰਹਿਣ ਵਾਲਾ
ਇਨਸਾਨ ਜਿਸ ਨੇ ਕੋਈ ਵੀ ਕੋਈ ਮੁੱਖ ਮੰਤਰੀ ਨਹੀਂ ਬਣਨਾ, ਕੋਈ ਕੁਛ ਨਹੀਂ, ਸੰਤ ਜਰਨੈਲ ਸਿੰਘ ਖਾਲਸਾ ਜਿਹੜਾ ਇਲਾਹੀ ਹੁਕਮ ਦੇ ਵਿੱਚ ਜਿਹੜੇ ਇਸ ਪ੍ਰਬੰਧਾਂ ਨੂੰ ਸਹੀ ਕਰਨ ਦੇ ਯਤਨ ਦੇ ਵਿੱਚ, ਇੱਕ ਵਾਰ ਨਹੀਂ ਉਹ ਪਹਿਲਾਂ ਵੀ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਇਸੇ ਕੜੀ ਦੇ ਵਿੱਚ ਨੇ, ਦਸਵੇਂ ਪਾਤਸ਼ਾਹ ਨੇ ਪਹਿਲਾਂ ਬਹਾਦਰ ਸ਼ਾਹ ਨੂੰ ਕਿਹਾ ਕਿ ਤੂੰ ਸਹੀ ਕਰ ਦੇ, ਜਦ ਨਹੀਂ ਸਹੀ ਕੀਤਾ ਤਿੰਨ ਦਿਨਾਂ ਚ ਬਾਅਦ, ਥੋੜਾ ਤਿੰਨ ਦਿਨਾਂ ਤੋਂ ਬਾਅਦ ਕਹਿੰਦੇ ਕੂਚ ਕਰਦਾ ਨੰਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ, ਤੇ ਬਹਾਦਰ ਸ਼ਾਹ ਉੱਥੋਂ ਤੁਰਦਾ। ਮਿਸਲਾਂ ਦੇ ਵੇਲੇ, ਮਿਸਲਾਂ ਜਦ ਜਿਹਨਾਂ ਵੱਡੀਆਂ ਮਿਸਲਾਂ ਨੇ ਲੋਕਾਂ ਦੀ ਜਿਹੜੀ ਸਭ ਤੋਂ ਵੱਧ ਸੇਵਾ ਕੀਤੀ, ਮਿਸ਼ਨ ਮਿਸਲ ਸ਼ਹੀਦਾਂ ਜਿਹੜੀ ਬਾਬਾ ਦੀਪ ਸਿੰਘ ਦੀ ਤੇ ਨਿਸ਼ਾਨਾ ਵਾਲੀ ਮਿਸਲ, ਤੇ ਕੌਮ ਦੇ ਸਿਪਾ ਸਲਾਰ ਜਿਹਦੇ ਵਿੱਚ ਭਾਈ ਮਹਾਰਾਜ ਸਿੰਘ ਰੱਬੋ ਵਾਲੇ, ਜਿਹਨਾਂ ਦਾ ਆਪਾਂ ਪਿਛਲੇ ਦਿਨ ਗੱਲ ਕਰਕੇ ਹਟੇ ਆ, ਜਿਹੜੇ ਜਾ ਕੇ ਸ਼ਹੀਦ ਸਿੰਘਾਪੁਰ ਹੋਏ ਨੇ, ਉਹਦੇ ਬਾਅਦ ਅਕਾਲੀ ਫੂਲਾ ਸਿੰਘ, ਵੀਰ ਸਿੰਘ ਨਰੰਗਾਵਾਦੀ, ਇਹ ਸਾਰੇ ਸੀ। ਪਰ ਇਹਨਾਂ ਨੇ ਆਪਣੀ ਕਿਤੇ ਵੀ ਸਲਤਨਤ ਨਹੀਂ ਲਈ, ਸਲਤਨਤ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ। ਇਹ ਇਲਾਹੀ ਹੁਕਮ ਚ ਰਹਿਣ ਵਾਲੇ ਲੋਕਾਈ ਲਈ ਕੰਮ ਕਰਨ ਵਾਲੇ ਨਾਇਕ ਹੋਏ ਨੇ, ਜਿਹਦੇ ਚ ਸੰਤ ਜਰਨੈਲ ਸਿੰਘ ਸੀ। ਦੂਜੀ ਜਿਹੜੀ ਨਾਲ ਦੀ ਇੱਕ ਧਿਰ ਸੀ ਅਕਾਲੀਆਂ ਦੀ, ਉਹ ਰਜਵਾੜੇ ਲੋਕ ਸੀ, ਅਮੀਰ ਲੋਕ ਸੀ, ਜਿਹੜੇ ਉਸ ਛੋਟੇ ਜਿਹੇ ਹਿੱਸੇ ਦੇ ਵਿੱਚ ਆਪਣੇ ਵਿੱਤੀ ਅਦਾਰਿਆਂ ਨੂੰ, ਆਪਣੇ ਵਿੱਤੀ ਮਨਸੂਬਿਆਂ ਨੂੰ, ਤੇ ਉੱਥੇ ਪੰਜਾਬ ਦੀ ਸੂਬੀ ਦੀ ਸੂਬੇਦਾਰੀ ਲੈਣ ਦੇ ਲਈ ਇੱਕ ਪੈਰਲਲ ਗਵਰਨਮੈਂਟ ਰਨ ਕਰਦੇ ਰਹੇ ਸੀ, ਜਿਹਨਾਂ ਦੇ ਵਿੱਚੋਂ ਹੀ ਲੁਕਮੀਆਂ ਜਿਹੜੀਆਂ ਨੇ ਉਹ ਦਿੱਲੀ ਦਰਬਾਰ ਦੀਆਂ ਮੀਟਿੰਗਾਂ ਨੇ, ਉਹਦੇ ਵਿੱਚੋਂ ਲੁਕਮੀਆਂ ਚਿੱਠੀਆਂ ਨੇ ਕਿ ਹੁਣ ਤੁਸੀਂ ਚੜ੍ਹੇ ਆਓ, ਕਿਉਂਕਿ ਉਹਨਾਂ ਦੇ ਮਨਸੂਬੇ ਹੋਰ ਸੀ, ਸੰਤ ਜਰਨੈਲ ਸਿੰਘ ਦੇ ਮਨਸੂਬੇ ਹੋਰ ਸੀ। ਇਹ ਇਤਿਹਾਸ ਹੈ। ਸੋ ਇਹੀ ਗਲਤੀ ਹੈ ਜਦ ਉਸ ਧਰਮਯੁੱਧ ਮੋਰਚੇ ਦੇ ਵਿੱਚ ਕੌਮ ਦੇ ਇਸ ਇਤਿਹਾਸ ਦੀ ਗੁਣਗਾਨ ਕੀਤਾ ਜਾਂਦਾ 18ਵੀਂ ਸਦੀ ਦਾ, 17ਵੀਂ ਸਦੀ ਦਾ, ਤਾਂ ਢਾਡੀਆਂ ਤੇ ਗੱਲ ਕਰਦਾ ਪੀ ਸੀ ਸੇਠੀ, ਕਹਿੰਦਾ ਤਾਂ ਗੱਪਾਂ ਹਾਂਕ ਰਹੇ ਨੇ, ਕਹਿੰਦਾ ਢੋਲਕੀ ਬਜਾ ਬਜਾ ਕੇ ਗੱਲਾਂ ਕਰਦੇ ਨੇ, ਕਹਿੰਦੇ ਤਾਂ ਦੋ ਦਿਹਾੜੀ ਦਾ ਵੀ ਸਾਡਾ ਕੰਮ ਨਹੀਂ। ਇਹ ਜ਼ਿਹਨੀਅਤ ਜਿਹੜੀ ਪਹਿਲਾਂ ਸੀ, ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਅਸਲ ਕਹਾਣੀ ਕੀ ਹੈ। ਹੁਣ ਇਹ ਜਿਹੜਾ ਅਨੰਦਪੁਰ ਸਾਹਿਬ ਦਾ ਮਤ ਹੈ, ਉਹਦੇ ਵਿੱਚ ਕੁਛ ਵੀ ਅਜਿਹਾ ਨਹੀਂ ਜਿਹੜਾ ਨਵੀਂ ਚੀਜ਼ ਹੋਵੇ, ਕਿਉਂਕਿ ਖਾਲਸੇ ਦਾ ਉੱਥੇ ਰਾਜ ਰਿਹਾ 49 ਸਾਲ, ਖਾਲਸਾ ਉਸ ਖਿੱਤੇ ਦੇ ਵਿੱਚ ਰਿਹਾ, ਉੱਥੇ ਉਹਦੀਆਂ ਮੋਹਰਾਂ ਰਹੀਆਂ, ਉਹਦੇ ਸਿੱਕੇ ਰਹੇ ਨੇ। ਬਾਬਾ ਬੰਦਾ ਸਿੰਘ ਬਹਾਦਰ ਨੇ 18ਵੀਂ ਸਦੀ ਦੇ ਸ਼ੁਰੂ ਦੇ ਵਿੱਚ ਕੀਤਾ, 19ਵੀਂ ਸਦੀ ਦੇ ਸ਼ੁਰੂ ਚ 50 ਸਾਲ ਖਾਲਸੇ ਦਾ ਉੱਥੇ ਰਾਜ ਰਿਹਾ, ਅੱਜ ਤੋਂ ਸਿਰਫ 170 ਵਰੇ ਪਹਿਲਾਂ, ਤੇ ਉਹਦੇ ਵਿੱਚੋਂ ਹੀ ਉਹ ਚੀਜ਼ ਮੰਗੀ ਜਾ ਰਹੀ ਹੈ ਜਿਹਦਾ ਵਾਅਦਾ ਕੀਤਾ ਗਿਆ। ਤੇ ਜਿਹੜਾ ਅੰਗਰੇਜ਼ ਹੈ ਉਸਨੇ ਸੈਕੂਲਰ ਸਿਸਟਮ ਦੇ ਵਿੱਚ ਸਿੱਖਾਂ ਨੂੰ ਬਰਾਬਰ ਦੀ ਜਗ੍ਹਾ ਦੇ ਕੇ ਬਿਠਾ ਕੇ ਰੱਖਿਆ। ਇਹੀ ਕਾਰਨ ਹੈ ਜਦ ਇਹ ਇਹ ਜੇ ਆਪਾਂ ਕਹੀਏ ਵੀ ਇਕੱਲੀ ਸਿੱਖਾਂ ਨੇ ਵੱਧ ਅਧਿਕਾਰਾਂ ਦੀ ਉਸ ਖਿੱਤੇ ਚ ਗੱਲ ਕੀਤੀ, ਨਹੀਂ ਇਹ ਨਹੀਂ ਹੈ। ਉਸ ਖਿੱਤੇ ਦੇ ਵਿੱਚ ਮੁਸਲਿਮ ਲੀਗ ਨੇ 1930 ਚ ਪਹਿਲਾਂ ਕਹਿੰਦਾ ਜਨਾਹ ਕਿਹਦੇ ਗੱਲੋਂ ਨਿਕਲਿਆ, ਇੱਕ ਇਕੱਠੇ ਪੰਜਾਬ ਜੋ ਕਹਿੰਦਾ ਨਾ ਮੈਨੂੰ ਮੁਸਲਮਾਨਾਂ ਲਈ ਇੱਕ ਵੱਖਰੀ ਜਗ੍ਹਾ ਚਾਹੀਦੀ ਜਿੱਥੇ ਅਸੀਂ ਆਜ਼ਾਦੀ ਮਾਣ ਸਕੀਏ। ਉਹਦੇ ਬਾਅਦ ਤਾਮਿਲਨਾਡੂ ਦੇ ਵਿੱਚ ਅੰਨਾ DMK ਨੇ ਵੱਧ ਅਧਿਕਾਰਾਂ ਦੀ ਮੰਗ ਕੀਤੀ ਆ, ਕੇਰਲਾ ਦੇ ਵਿੱਚ, ਬੰਗਾਲ ਦੇ ਵਿੱਚ, ਤੇਲਗੂ ਦੇਸਮ ਹੈ ਜਿਹੜਾ ਆਂਧਰਾ ਦੇ ਵਿੱਚ, ਤੇ ਹੁਰੀਅਤ ਕਾਨਫਰੰਸ ਨੇ। ਇਹਦੇ ਕਰਕੇ ਜਦ ਧਰਮਯੁੱਧ ਮੋਰਚੇ ਦੌਰਾਨ ਫਾਰੂਖ ਅਬਦੁੱਲਾ ਆ ਕੇ ਮਿਲਦਾ, ਤਾਂ ਫਾਰੂਖ ਅਬਦੁੱਲਾ ਨੂੰ ਸੰਤ ਕਹਿੰਦੇ ਨੇ, ਪਿਓ ਦਾ ਪੁੱਤ ਬਣ ਕੇ ਦਿਖਾਈ। ਤਾਂ ਹੀ ਸੰਤਾਂ ਤੋਂ ਬਾਅਦ 84 ਤੋਂ ਬਾਅਦ 8 CM ਦੀ ਸ੍ਰੀਨਗਰ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ, ਜਿਹਦੇ ਵਿੱਚ ਸੰਤਾਂ ਦੇ ਕਹਿਣ ਤੇ ਵੱਧ ਅਧਿਕਾਰਾਂ ਦੀ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰੋੜਤਾ ਦੀ ਗੱਲ ਹੁੰਦੀ। ਔਰ ਸਦਾ ਹੀ ਦਿੱਲੀ ਦੇ ਤਖ਼ਤ ਨੂੰ ਇਸ ਗੱਲ ਦਾ, ਮੁਗਲਾਂ ਤੋਂ ਲੈ ਕੇ 1947 ਤੋਂ ਪਹਿਲਾਂ, ਆਜ਼ਾਦ ਹੋਣ ਤੋਂ ਪਹਿਲਾਂ ਮੁਗਲ ਪੀਰੀਅਡ ਦੇ ਵਿੱਚ ਵੀ ਇਹ ਗੱਲ ਹੋਈ ਆ ਵੀ ਜਦ ਆਲੇ ਦੁਆਲੇ ਦੀਆਂ ਫੋਰਸ ਜਿਹੜੀਆਂ ਤਾਕਤਵਰ ਹੁੰਦੀਆਂ ਤਾਂ ਤਖ਼ਤ ਨੂੰ ਖਤਰਾ ਹੁੰਦਾ। ਸੋ ਇਹਦੇ ਵਿੱਚ ਇਹੀ ਕਹਾਣੀ ਹੈ। ਔਰ ਸਿੱਖ ਨੇ ਇੱਕ ਜਗ੍ਹਾ ਆਪਣੇ ਇਤਿਹਾਸ ਦੇ ਵਿੱਚ ਬਣਾਈ ਹੈ ਦਸਤਾਰ ਤੇ ਦਾੜੇ ਕਰਕੇ, ਕਿ ਜਦ ਪੂਰਾ ਖਲਜਗਨ ਪੈਂਦਾ ਤੇ ਉਹਦੇ ਵਿੱਚ ਸਿੱਖ ਬੈਠਾ ਹੋਵੇ, ਸਿੱਖ ਨੂੰ ਉਹਦੇ 'ਚ ਵਿਧਾਨ ਵੱਧ ਦੇ ਕੇ ਉਹਨੂੰ ਕਹਿੰਦਾ ਯਾਰ ਇਹਨੂੰ ਬਣਾ ਦੇ। ਪ੍ਰਧਾਨ ਮੰਤਰੀ ਇੱਕ ਵਾਰ ਸੁਰਜੀਤ ਬਰਨਾਲੇ ਨੂੰ ਬਣਾਉਣ ਦੀ ਗੱਲ ਚੱਲ ਗਈ ਸੀ, ਹਾਲਾਂਕਿ 5-7 MP ਸੀ ਕਿ ਪ੍ਰਧਾਨ ਮੰਤਰੀ ਬਣਾ ਦਿਓ, ਪਰ ਉਹਨਾਂ ਦੀ ਆਪਣੀ ਰਾਜਨੀਤੀ ਕਰਕੇ ਇਹ ਗੱਲ ਜਿਹੜੀ ਹੈ, ਜਿਹੜੀ ਅਬਦਾਲੀ ਦੇ ਸਮੇਂ ਵੀ, ਅਬਦਾਲੀ ਜਦ ਥੱਕ ਗਿਆ ਵੱਢ ਕੇ ਟੁੱਕ ਕੇ, ਅਖੀਰ ਉਹਨੇ ਇੱਕ ਮੀਟਿੰਗ ਕੀਤੀ ਵੀ ਲਾਹੌਰ ਦਾ ਗਵਰਨਰ ਕਿਹਨੂੰ ਬਣਾਈਏ, ਲੋਕਾਂ ਨੂੰ ਇਕੱਠਾ ਕੀਤਾ, ਕਿਉਂਕਿ ਉਹ ਤਾਂ ਆ ਕੇ ਲੁੱਟ ਕੇ ਚਲੇ ਜਾਂਦਾ ਸੀ ਤੇ ਆਪਣਾ ਕੋਈ ਬੰਦਾ ਰੀਪ੍ਰਜੈਂਟੇਟਿਵ ਰੱਖਣਾ ਚਾਹੁੰਦਾ ਸੀ। ਉਹਦੇ ਜਾਣ ਤੋਂ ਬਾਅਦ ਜਿਹੜਾ ਵੀ ਗਵਰਨਰ ਹੁੰਦਾ ਸੀ ਲਾਹੌਰ ਦਾ, ਉਹ ਸਿੱਖਾਂ ਤੇ ਜ਼ੁਲਮ ਕਰਦਾ ਸੀ, ਆਮ ਲੋਕਾਂ ਤੇ ਵੀ। ਪਰ ਸਿੱਖਾਂ ਦੀਆਂ ਮਿਸਲਾਂ ਦੇ ਹੁੰਦੇ ਹੋਏ, ਸਿੱਖਾਂ ਦੇ ਹੁੰਦੇ ਹੋਏ
ਦਿੱਲੀ ਤੱਕ ਸਹਾਰਨਪੁਰ ਤੱਕ ਦੇ ਲੋਕਾਂ ਨੇ ਉਸ ਮੀਟਿੰਗ 'ਚ ਹਿੱਸਾ ਲਿਆ ਤੇ ਜਾ ਕੇ ਉਹਨਾਂ ਨੇ ਕਿਹਾ ਯਾਰ ਕਿਸੇ ਸਿੱਖ ਨੂੰ ਗਵਰਨਰ ਬਣਾ ਦਿਓ। ਭਾਈ ਲਹਿਣਾ ਸਿੰਘ ਦੀ ਗੱਲ ਹੋਈ ਅਬਦਾਲੀ ਦੇ ਵੇਲੇ, ਔਰ ਸਿੱਖਾਂ ਕੋਲ ਇੱਕ ਕੂਟਨੀਤਕ ਜਿਹੜੀ ਸਮ ਸੀ ਪੁਰਾਤਨ, ਉਹਨਾਂ ਨੂੰ ਪਤਾ ਸੀ। ਹੁਣ ਜੇ ਔਰੰਗਜ਼ੇਬ ਦੀ ਗੱਲ ਕਰੀਏ, ਔਰੰਗਜ਼ੇਬ ਪਾਤਸ਼ਾਹ ਦੇ ਪਿਤਾ ਜੀ ਨੂੰ ਸ਼ਹੀਦ ਕਰਦਾ ਤੇ ਪੁੱਤਰਾਂ ਤੇ ਜ਼ੁਲਮ ਕਰਦਾ, ਪਰ ਔਰੰਗਜ਼ੇਬ ਦੇ ਪੁੱਤਰ ਦੇ ਨਾਲ ਗੁਰੂ ਸਾਹਿਬ ਗੱਲਬਾਤ ਕਰਦੇ, ਵਾਰਤਾਲਾਪ ਕਰਦੇ। ਸੋ ਇੱਕ ਰੂਪ ਜਿਹੜਾ ਉਹ ਸਦਾ ਹੀ ਇਸ ਤਰ੍ਹਾਂ ਰਹਿੰਦਾ, ਜਿਹੜਾ ਅਕਾਲ ਪੁਰਖ ਨਾਲ ਭੇਦ ਹੋ ਕੇ ਲੁਕਾਈ ਦੇ ਚੰਗੇ ਕਰਮ ਦੇ ਲਈ ਕੰਮ ਕਰਦਾ। ਇੱਕ ਪੈਰਲਲ ਧਾਰਾ ਇਹ ਬਹਿੰਦੀ ਆ ਜਿਹੜੀ ਉਸ ਖਿੱਤੇ ਤੇ ਨਾਲ ਹੀ ਸੂਬੇਦਾਰੀ ਕਰਨੀ ਚਾਹੁੰਦੀ ਆ। ਧਰਮ ਜੋਤ ਮੋਰਚੇ 'ਚ ਵੀ ਇਹੀ ਗੱਲ ਹੋਈ। ਸੋ ਇਹ ਜਿਹੜੀ 1699 ਤੋਂ ਬਾਅਦ ਜਦ ਔਰੰਗਜ਼ੇਬ ਦੀ ਦੱਖਣ ਦਾ ਉਹਦਾ ਰੌਲਾ ਪਿਆ, ਕਹਿੰਦੇ ਰਵਾਲਸਰ ਦੀ ਜਗ੍ਹਾ ਤੇ ਗੁਰੂ ਸਾਹਿਬ ਨੇ ਖਾਲਸਾ ਪ੍ਰਗਟ ਕਰਨ ਤੋਂ ਪਹਿਲਾਂ ਉਹਨੇ ਕਿਹਾ ਵੀ ਜ਼ੁਲਮ ਕਰਦਾ ਔਰੰਗਜ਼ੇਬ, ਪਹਾੜੀ ਰਾਜਿਆਂ ਨੂੰ ਕਿਹਾ ਤੁਸੀਂ ਇਕੱਠੇ ਹੋ ਕੇ ਇਸ ਖਿੱਤੇ 'ਚ ਕੋਈ ਸੋਵਰਨ ਨੇਸ਼ਨ ਸੋਵਰਨ ਆਪਣਾ ਰਾਜ ਬਣਾਓ। ਕਹਿ ਰਹੇ ਉਹ ਕਹਿੰਦੇ ਨਾ ਨਾ ਇਸ ਤਾਂ ਮਹਾਰਾਜੇ ਨੂੰ ਸਲਾਮੀ ਕਰਕੇ ਰਹਾਂਗੇ। ਤਾਂ ਹੀ ਤਾਂ ਉਹ ਕਹਿੰਦੇ ਸੀ ਨਗਾਰੇ ਨਾ ਮੜ, ਤੀਰਾਂ ਨੂੰ ਸੋਨੇ ਨਾਲ ਨਾ ਮੜ, ਘੋੜਿਆਂ ਤੇ ਨਾ ਚੜੋ। ਪਰ ਫਿਰ ਜਦ ਉਹਨਾਂ ਨੇ ਦੇਖਿਆ ਵੀ ਨਹੀਂ, ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਇਸ ਜ਼ੁਲਮ ਦੇ ਵਿੱਚੋਂ ਜਦ ਜਿਹੜਾ ਹੁਣ ਮੈਂ ਚਿੜੀਆਂ ਤੋਂ ਬਾਜ ਜਿਹੜਾ ਇਹ ਜਿਹੜਾ ਇਹ ਅੰਤਰੀਵ ਹੈ ਸਿੱਖ ਦੀ ਇੱਕ ਆਇਡੈਂਟੀ ਦੀ, ਇਹ ਜਿਹੜੇ ਮਤੇ ਨੇ ਜਾਂ ਧਰਮ ਜਦ ਮੋਰਚੇ ਨੇ ਜਾਂ ਉਦੋਂ ਪਹਿਲਾਂ ਦੇ ਸਾਡੇ ਸਮੇਂ ਨੇ, ਉਹਦੇ 'ਚ ਲੁਕਾਈ ਦੇ ਲਈ ਮਿਸਲ ਸ਼ਹੀਦਾਂ ਤੇ ਮਿਸਲ ਨਿਸ਼ਾਨਾ ਵਾਲੀ ਆ ਜਿਹੜੀ, ਜਾਂ ਕੌਮ ਦੇ ਤਿੰਨੇ ਜਨਰਲਾਂ ਦੀ, ਅਕਾਲੀ ਫੂਲਾ ਸਿੰਘ ਹੋਣੀ ਜਾਂ ਭਾਈ ਮਹਾਰਾਜ ਸਿੰਘ ਹੋਣੀ, ਭਾਈ ਵੀਰ ਸਿੰਘ ਮਰੰਗਾਵਾਦੀ, ਇਹਨਾਂ ਨੇ ਕੋਈ ਜਗ੍ਹਾ ਨਹੀਂ ਲਈ। ਜਗ੍ਹਾ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਵੇ, ਤੂੰ ਲੈ ਤੂੰ ਰਾਜ ਕਰ, ਪਰ ਉਹਨੂੰ ਕੋੜੇ ਉਹਦੇ ਸਿਰ ਵੀ ਪੈਂਦੇ ਰਹੇ। ਉਹਨੂੰ ਕਿਹਾ ਵੀ ਨਹੀਂ, ਤੈਨੂੰ ਡਿਸਿਪਲਿਨ ਦੇ ਵਿੱਚ ਰਹਿਣਾ ਪੈਣਾ। ਸੋ ਇਹ ਅੰਤਰੀਵ ਹੈ ਅਸਲ ਕਹਾਣੀ ਦੀ। ਵਿਗਾੜ ਜਿਹੜਾ ਪਿਆ, ਵਿਗਾੜ ਸਾਡੇ 'ਚ ਪਿਆ ਗਰੀਨ ਰੈਵੋਲੂਸ਼ਨ, ਗਰੀਨ ਰੈਵੋਲੂਸ਼ਨ ਦੇ ਚੱਲਦਿਆਂ ਹੀ ਜਦ ਸਿੱਖ ਦੇ ਵਿੱਚ ਇਕੁਆਲਿਟੀ ਦੀ ਗੱਲ ਹੋ ਗਈ, ਅਮੀਰੀ ਗਰੀਬੀ ਸ਼ੁਰੂ ਹੋ ਗਈ, ਪੈਸਿਆਂ ਦੀ ਚਕਾਚੌਂਧ ਹੋ ਗਈ, ਉਹ ਧਰਮ ਨਾਲ ਟੁੱਟਿਆ, ਧਰਮ ਨਾਲ ਟੁੱਟ ਕੇ ਉਹ ਜਾਤ ਪਾਤ 'ਚ ਆਇਆ, ਛੋਟੀਆਂ ਜਾਤਾਂ ਤੇ ਜ਼ੁਲਮ ਕਰਨ ਲੱਗਿਆ, ਸੀਰੀ ਤੇ ਜੇ ਤੇ ਬੋ ਤੇ ਉਹ, ਉਹਦੇ ਵਿੱਚ ਤਾਂ ਹੀ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਜਿਹੜਾ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਇਕੱਲੇ ਸਿੱਖਾਂ ਦਾ ਹੀ ਇਹ ਮਤ ਹੈ। ਪਹਿਲਾਂ ਅਕਾਲੀ ਦਲ ਦੇ ਵਿੱਚ ਨੌਨ ਸਿਫ ਸਿੱਖ ਜਿਹੜੇ ਜਿਹੜੇ ਲੋਕ ਵੀ ਸਨ, ਪਰ ਆਨੰਦਪੁਰ ਸਾਹਿਬ ਦੇ ਮਤੇ ਤੋਂ ਉਹਨਾਂ ਨੇ ਆਪਣਿਆਂ ਨੂੰ ਅੱਡ ਕਰ ਲਿਆ ਵੀ ਇਹ ਪਾਣੀਆਂ ਦੀ ਮੰਗ ਆ ਜੀ, ਵੱਧ ਅਧਿਕਾਰਾਂ ਦੀ ਗੱਲ ਆ ਨਹੀਂ। ਤਾਂ ਹੀ ਜਿਹੜੀ ਜਨਗਣ ਜਦ ਹੁੰਦੀ ਆ, ਪੰਜਾਬੀ ਸੂਬਾ ਵੀ ਬਣਦਾ, ਪੰਜਾਬੀ ਬੋਲਣ ਵਾਲਿਆਂ ਹਿੰਦੀ ਕਿਉਂ ਲਿਖਾਈ, ਉਹਨਾਂ ਨੂੰ ਇਹ ਲੱਗਿਆ ਕਿ ਇਹ ਆਪਣੇ ਲਈ ਕੰਮ ਕਰ ਰਹੇ। ਪਰ ਜੇ ਕੋਈ ਦੈਵੀ ਸ਼ਕਤੀ ਵਾਲਾ ਰੱਬ ਦੇ ਨਾਲ ਭੇਦ ਹੋਈ ਕੋਈ ਵਧੀਆ ਰੂਹ ਹੁੰਦੀ, ਸੰਤ ਜਰਨੈਲ ਸਿੰਘ ਵਰਗੀ, ਜਿਹੜੀ ਸਾਰਿਆਂ ਨੂੰ ਪਿਆਰ ਕਰਦੀ ਸੀ, ਹਿੰਦੂ ਆ ਜਾਵੇ, ਮੁਸਲਮਾਨ ਆ ਜਾਵੇ, ਸਿੱਖ ਆ ਜਾਵੇ, ਕਿਸੇ ਤੇ ਹੁੰਦੇ ਜ਼ੁਲਮ ਦੇ ਲਈ, ਉਸ ਸਮੇਂ ਦੇ ਪੰਜਾਬ ਦੇ 78 ਤੋਂ ਲੈ ਕੇ 84 ਦੇ ਸਮੇਂ 6 ਵਰਿਆਂ ਦੇ ਵਿੱਚ ਪੰਜਾਬ 'ਚ ਕਿਤੇ ਵੀ ਜ਼ੁਲਮ ਹੋਇਆ ਕਿਸੇ ਵੀ ਕੌਮ ਤੇ, ਸਭ ਤੋਂ ਪਹਿਲਾਂ ਲੋਕ ਸੰਤ ਜਰਨੈਲ ਸਿੰਘ ਉਹਨਾਂ ਕੋਲ ਗਏ ਨੇ। ਉਹ 'ਚ ਹਿੰਦੂ ਵੀ ਨੇ, ਉਹ 'ਚ ਮੁਸਲਮਾਨ ਵੀ ਨੇ, ਚਾਹੇ ਪੋਲਸੀਆਂ ਨੇ ਜ਼ੁਲਮ ਕੀਤਾ, ਕਿਸੇ ਹੋਰ ਨੇ ਜ਼ੁਲਮ ਕੀਤਾ, ਤਾਂ ਸੰਤ ਉੱਥੇ ਜਾ ਕੇ ਖੜੇ ਹੋਏ ਨੇ। ਔਰ ਉਹ ਇਹ ਟੇਪਾਂ ਦੇ ਵਿੱਚ, ਪਰ ਕਿਉਂਕਿ ਉਹ ਫਿੱਟ ਨਹੀਂ ਸੀ ਆਉਂਦੀ, ਉਹ ਨਾਲ ਦੀ ਪੈਰਲਲ ਜਿਹੜੀ ਜਮਾਤ ਸੂਬੇਦਾਰੀ ਕਰਦੀ, ਉਹਨਾਂ ਦੇ ਵੀ ਫਿੱਟ ਨਹੀਂ ਸੀ। ਦਿੱਲੀ ਨਾਲ ਤਾਂ ਫਿੱਟੇ ਕਿਉਂ ਹੋਣਾ ਸੀ, ਕਿਉਂਕਿ ਪ੍ਰਭੂਸੱਤਾ ਦੀ ਗੱਲ ਹੈ, ਸੋਵਰਨਿਟੀ ਦੀ ਗੱਲ ਹੈ, ਜਿਸ ਤੋਂ ਜੁੰਡਲੀ 47 ਦੀ ਨਹਿਰੂ ਹੋਣ ਵਾਲੀ ਬਾਗੀ ਸੀ, ਵਾਅਦਾ ਕਰਕੇ ਕਿ ਆਜ਼ਾਦੀ ਦਾ ਇਹਨਾਂ ਨੂੰ ਨਿੱਘ ਮਿਲਣਾ ਚਾਹੀਦਾ, ਇਹਨਾਂ ਨੂੰ ਉੱਤਰ ਪੱਛਮ ਦੇ ਵਿੱਚ ਇੱਕ ਜਗ੍ਹਾ ਦੇ ਦੇਵਾਂਗੇ, ਤੇ ਫਿਰ ਕਹਿੰਦੇ ਆਪ ਕੀ ਬਾਤ ਔਰ ਹੈ, ਉਸ ਸਮੇਂ ਬਾਤ ਔਰ ਸੀ। ਇਹਦੇ ਵਿੱਚੋਂ ਹੀ ਦੁਲਮਾਂ ਵਾਲੀ ਜਿਹੜੀ ਬਲਦੇਵ ਉਹਨਾਂ ਦੀ, ਜਿਹੜੇ ਸਾਂਝੀ ਉਹਨਾਂ ਦੇ ਵੀ ਆਪਣੇ ਵਿੱਤੀ ਅਦਾਰੇ ਸਨ, ਉਹਨਾਂ ਦੀਆਂ ਮਿੱਲਾਂ ਸੀ, ਉਹ ਕਹਿੰਦੇ ਨਾ 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 ਪੰਜਾਬ ਤੋਂ ਬਾਹਰ ਇਸਦਾ ਮੰਝ ਜਾਵਾਂਗੇ। ਸੋ ਇਹ ਸਾਰਾ ਕੁਛ ਜਿਹੜਾ ਉਹ ਆਨੰਦਪੁਰ ਸਾਹਿਬ ਦੇ ਮਤ ਦਾ ਉਹਦਾ ਬੇਸਿਕ ਆਈਡੀਆ ਇਹ ਹੈ ਕਿ ਇਹ ਜੰਮੇ ਆਜ਼ਾਦ ਨੇ, ਇਹਨਾਂ ਦੀ ਹੋਂਦ ਆਜ਼ਾਦ ਹੈ, ਤੇ ਸਰਬੱਤ ਦੇ ਭਲੇ ਦਾ ਕੌਨਸੈਪਟ ਹੈ, ਤੇ ਤਾਂ ਹੀ ਹੁਣ ਤੁਰਿਆ ਜਾਂਦੇ ਨੇ, ਕੋਈ ਕਿਸੇ ਦੇ ਧੱਕਾ ਕਰ ਰਿਹਾ। ਹੋਰ ਵੀ ਗੱਡੀਆਂ ਲੰਘੀਆਂ ਜਾਂਦੀਆਂ ਨੇ, ਸਿੱਖ ਦੀ ਗੱਡੀ ਕਿਉਂ ਰੁਕਦੀ ਆ ਉੱਥੇ? ਕਿਉਂਕਿ ਸਿੱਖ ਦੇ ਖੂਨ ਦੇ ਵਿੱਚ ਆ, ਉਹ ਕਿਸੇ ਨਾਲ ਵਾਧਾ ਨਹੀਂ ਹੋਣ ਦਿੰਦਾ। ਉਹ ਖੜਾ ਗੱਲ ਸੁਣ ਕੀ ਕਰਦਾ ਤੂੰ, ਆ ਕੋਲ ਦੀ ਕੋਈ ਲੰਘ ਜਾਣਗੇ ਦੇਖ ਕੇ, ਜਿਹੜਾ ਨੇ ਕੋਈ ਖੱਬੇ ਦੀ ਲੰਘ ਜੂ, ਕੋਈ ਸੱਜੇ ਦੀ, ਪਰ ਸਿੱਖ ਕਿਸੇ ਤੇ ਹੁੰਦੇ ਜ਼ੁਲਮ ਦੇ ਕੋਲ ਦੀ ਨਹੀਂ ਲੰਘ ਸਕਦਾ। ਉਹ ਮਾੜਾ ਹੋਵੇ, ਚੰਗਾ ਹੋਵੇ, ਕੁਛ ਹੋਵੇ ਉਹਦੇ 'ਚ। ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆਉਣੇ। ਸੈਮ ਜੀ, ਕੁਛ ਐਡ ਕਰਨਾ ਚਾਹੁੰਦੇ ਹੋ ਤਾਂ? ਮੈਂ ਕਹੂੰਗਾ ਵੀ ਕੋਈ ਇਹ ਕਵੇ ਵੀ ਕਾਰ ਯਾਰ ਚੱਜ ਨਾਲ ਧੋਤੀ ਨੀ, ਇਹ ਖਰਾਬ ਹੋ ਗਈ ਤੇ ਆਪਾਂ ਮੰਨਣਾ ਨੀ ਹੈਗਾ, ਜਾਂ ਜੀ ਇਹਦੇ ਸਟੇਅਰਿੰਗ ਟੁੱਟ ਗਿਆ,
ਕਿਉਂਕਿ ਜਿੰਨਾ ਚਿਰ ਸਹੀ ਡਾਇਗਨੋਸ ਨਹੀਂ ਕੀਤਾ ਉਸ ਜਗ੍ਹਾ ਨੂੰ, ਉਨਾ ਚਿਰ ਹਰ ਇੱਕ ਬੰਦੇ ਦੇ ਵਿੱਚ ਰਹਿਣਾ ਹੀ ਰਹਿਣਾ ਇਹ ਵੀ ਹੋਇਆ ਕੀ ਸਾਡੇ ਨਾਲ, ਸਿੱਖਾਂ ਨਾਲ ਹੋਇਆ ਬਹੁਤ ਕੁਛ ਹੋਇਆ, ਪਾਵਰ ਸਾਡੀ ਗਈ, ਇਸ ਟਾਈਮ ਕੁਛ ਨੀ ਹੈਗਾ ਸਾਡੇ, ਸਾਡੀ ਗੱਡੀ ਖਰਾਬ ਹੋ ਗਈ ਆ, ਡਾਇਗਨੋਸ ਨਹੀਂ ਹੋ ਰਿਹਾ। ਉਹ ਇਸ ਲਈ ਨੀ ਹੋ ਰਿਹਾ ਕਿਉਂਕਿ ਕਈ ਵਾਰ ਸਾਡੇ ਆਪਣੇ ਏਜੰਡੇ ਹੁੰਦੇ, ਮੈਂ ਆਪਣੇ ਹਿਸਾਬ ਨਾਲ ਬੋਲ ਜਾਣਾ, ਕਿਸੇ ਹੋਰ ਨੇ ਸਾਹਮਣੇ ਕਿਸੇ ਨੇ ਕੁਛ ਲੈ ਕੇ ਆਉਣਾ। ਮੇਨ ਮੈਂ ਜਿਸ ਤੱਕ ਭੋਕ ਪੜਤਾਲ ਕਰਦਾ ਰਿਹਾ ਵੀ ਹੋਇਆ ਕੀ, ਇਹ ਹੋਇਆ ਅਕਾਲੀਆਂ ਤੇ ਕਾਂਗਰਸ ਦੀ ਲੜਾਈ ਚੋਂ ਨਿਕਲਿਆ ਸਾਰਾ ਕੁਛ। ਪਾਵਰਫੁਲ ਹੋਣਾ ਉਸ ਅਨੰਦਪੁਰ ਦੇ ਮਤੇ ਤੋਂ ਬਾਅਦ ਅਕਾਲੀਆਂ ਦਾ ਕਾਂਗਰਸ ਨੂੰ ਨਹੀਂ ਸੈੱਟ ਆਇਆ, ਔਰ ਕਾਂਗਰਸ ਦੇ ਆਪਣੇ ਏਜੰਡਿਆਂ ਕਰਕੇ ਸਭ ਕੁਝ ਤਾੜ ਪੀਟੋ ਕੀਤਾ ਗਿਆ ਉਹਦੇ ਵਿੱਚ। ਮੈਂ ਕੋਈ ਬੰਦਾ ਗਲਤ ਨੀ ਸਮਝਦਾ, ਬਾਕੀ ਤਾਂ ਸਿਰਫ ਮੋਹਰੇ ਬਣੇ ਆ, ਆਇਆ ਸਭ ਕੁਛ ਸੈਂਟਰ ਚੋਂ, ਔਰ ਇਹਦਾ ਮੋਹਰਾ ਗਿਆਨੀ ਜੈਲ ਸਿੰਘ ਆ, ਉਹਨਾਂ ਨੂੰ ਸਾਰਾ ਕੁਛ ਪਤਾ ਸੀ। ਜਿਹੜੀ ਐਂਡ ਦੀ ਫਾਈਟ ਹੋਈ ਆ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਚੜ੍ਹਾਈ ਕੀਤੀ, ਉਦੋਂ ਗਿਆਨੀ ਜੈਲ ਸਿੰਘ ਨੂੰ ਕੁਛ ਨੀ ਦੱਸਿਆ ਗਿਆ। ਇਹ ਕਿਉਂ ਨੀ ਦੱਸਿਆ ਗਿਆ ਆਈ ਡੋਂਟ ਨੋ, ਕਿਉਂਕਿ ਉਸ ਤੋਂ ਪਹਿਲਾਂ ਭਿੰਡਰਾਂਵਾਲੇ ਜੀ ਨੂੰ ਇਹ ਪਤਾ ਲੱਗ ਗਿਆ ਸੀ ਵੀ ਉਹਨਾਂ ਨੂੰ ਗੁਰੂ ਨਾਨਕ ਨਿਵਾਸ ਚ ਪੜ੍ਹਨਾ, ਉਹ ਸੁਣਿਆ ਸੀ ਗਿਆਨੀ ਜੈਲ ਸਿੰਘ ਨੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਸੀ। ਕਈ ਚੀਜ਼ਾਂ ਹੈਗੀਆਂ ਹਿਸਟਰੀ ਦਾ ਪੱਖ, ਪਰ ਸਹੀ ਡਾਇਗਨੋਸ ਹੋਣਾ ਚਾਹੀਦਾ। ਇਸ ਟਾਈਮ ਸਿੱਖ ਵਿਚਾਰੇ ਰੌਲਦੇ ਫਿਰਦੇ ਇਹੀ ਕਹੂੰਗੇ। ਸਤਿ ਜਿਹੜੀ ਮੈਂ ਗੱਲ ਕੀਤੀ ਹੈ ਇਤਿਹਾਸਕ ਪਰਪੇਖ ਚੋਂ ਪੁਖਤਾ ਕੀਤੀ ਹੈ, ਜਿਹੜਾ ਗਿਆਨੀ ਜੈਲ ਸਿੰਘ ਨੂੰ ਸੰਤਾਂ ਦੇ ਕੋਲ ਸੁਨੇਹਾ ਆਉਣਾ ਇਹ ਕੋਈ ਪੁਖਤਾ ਨਹੀਂ ਹੈ, ਉਹ ਅਲੱਗ ਇੱਕ ਵਿਸ਼ਾ। ਮੈਂ ਇੱਕ ਅੰਤਰੀਬ ਚ ਗੱਲ ਕਰ ਰਿਹਾ ਕਿ ਸਿੱਖ ਆਈਡੈਂਟੀ ਕੀ ਹੈ। ਦਿਲ ਸਾਹਿਬ ਲਾਈਨ ਨੰਬਰ 3। ਹਾਂਜੀ ਸਤਿ ਸ੍ਰੀ ਅਕਾਲ ਗੱਲ ਸਾਹਿਬ। ਸਤਿ ਸ੍ਰੀ ਅਕਾਲ ਵੀਰ ਜੀ। ਦੇਖੋ ਇਹ ਜਿੱਦਾਂ ਆਪਾਂ ਹਿੱਸਿਆਂ ਚ ਟੁਕੜਿਆਂ ਚ ਵੰਡ ਵੰਡ ਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਆ, ਤੇ ਚਲੋ ਵਧੀਆ ਆਪਣੀਆਂ ਕੋਸ਼ਿਸ਼ਾਂ, ਇਹ ਵੀ ਬਹੁਤ ਜਿੱਦਾਂ ਇੱਕ ਦੇਖੋ ਵਿਫਤ ਦਾ ਕੋਨਸੈਪਟ, ਕਿਉਂਕਿ ਹਰ ਇੱਕ ਚੀਜ਼ ਦੀ ਵਿਆਖਿਆ ਕਿੱਦਾਂ ਕੀਤੀ ਜਾਂਦੀ ਹੈ, ਹਰ ਇੱਕ ਵਿਆਖਿਆ ਦਾ ਇੱਕ ਆਧਾਰ ਹੁੰਦਾ, ਉਹਦੇ ਗਿਆਨ ਦੇ ਆਪਣੇ ਸੋਮੇ ਹੁੰਦੇ ਆ। ਹੁਣ ਸਿੱਖਾਂ ਦੀ ਵਿਆਖਿਆ ਜਿਹੜੀ ਆ ਜਾਂ ਦੁਨੀਆਂ ਦੀ ਵਿਆਖਿਆ ਦੇ ਨਾਲ ਉਹ ਅਸੀਂ ਕਿੱਦਾਂ ਵੱਖ ਅਲੱਗ ਹੋ ਕੇ ਦੇਖਣੀ, ਇਹ ਬਹੁਤ ਜ਼ਰੂਰੀ। ਜਿੱਦਾਂ ਤੁਸੀਂ ਕਹਿੰਦੇ ਵੀ ਇੱਕ ਸਿੱਖ ਆਈਡੈਂਟੀ ਦੀ ਕਿੱਦਾਂ ਗੱਲ ਕੀ, ਆਫਟਰ ਆਲ ਸਿੱਖਾਂ ਦਾ ਜੇ ਹੁਣ ਆਪਾਂ ਕਹੀਏ ਵੀ ਜਾਂ ਕੋਈ ਖਾਲਸਾ ਰੱਖ ਲਓ, ਖਾਲਸਾ ਰਾਜ ਰੱਖ ਲਓ, ਵੀ ਕੀ ਮਕਸਦ ਕੇਵਲ ਜਿੱਦਾਂ ਤੁਸੀਂ ਦੱਸਿਆ ਵੀ ਉਹ ਇਕੱਲਾ ਬਾਦਸ਼ਾਹੀਆਂ ਹਾਸਲ ਕਰਨ ਤੱਕ ਆ, ਪਹਿਲਾਂ ਇਹ ਸਾਨੂੰ ਬੜਾ ਕਲੀਅਰ ਹੋਣਾ ਚਾਹੀਦਾ, ਕਿਉਂਕਿ ਜਿਹੜੀ ਸੋਵਰੈਂਟੀ ਆ ਇਹਦੇ ਬਾਰੇ ਰਾਜ ਦਾ ਇੱਕ ਸਾਧਨ ਹੁੰਦਾ, ਜਿਹੜੇ ਰਾਜ ਦੇ ਸਾਧਨ ਰਾਹੀਂ ਤੁਸੀਂ ਸਾਧਨ ਰਾਹੀਂ ਕੀ ਕਰਨਾ ਚਾਹੁੰਦੇ, ਕਿਹੋ ਜਿਹਾ ਮਨੁੱਖ ਸਿਰਜਣਾ ਚਾਹੁੰਦੇ ਆ, ਕਿ ਉਹ ਮੰਨ ਲਓ ਅੱਜ ਆਪਾਂ ਜੇ ਪੰਜਾਬ ਨੂੰ ਜਾਂ ਭਾਰਤ ਨੂੰ ਵੀ ਛੱਡ ਦਈਏ, ਆਪਾਂ ਵੈਫਟ ਦੀ ਵੀ ਉਦਾਹਰਣ ਲੈ ਲਈਏ ਕਿ ਵੈਫਟ ਨੇ ਅਜਿਹਾ ਕੋਈ ਸਮਾਜ ਜਾਂ ਸਿਰਜ ਲਿਆ ਵੀ ਜਿਹਦੇ ਨਾਲ ਜੇ ਆਪਾਂ ਕਹਿ ਦਈਏ ਵੀ ਜੇ ਜਿਸ ਮਨੁੱਖ ਦੀ ਭਾਲ ਦੇ ਵਿੱਚ ਉਹ ਮਨੁੱਖ ਅੱਜ ਮਟੀਰੀਅਲ ਜਾਂ ਅਮੀਰੀ ਪੱਖੋਂ ਹੀ ਵੈਫਟ ਨੂੰ ਆਪਾਂ ਦੇਖ ਸਕਦੇ ਹਾਂ, ਜਾਂ ਖੁਸ਼ੀ ਦਾ ਵੈਫਟ ਦੇ ਵਿੱਚ ਮੰਨ ਲਓ ਲੱਭ ਨਹੀਂ ਸਕਦੇ, ਖੁਸ਼ੀ ਤੇ ਅਮੀਰੀ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਆ, ਕਿਉਂਕਿ ਜੇ ਅਮੀਰ ਖੁਸ਼ੀ ਇਹਦੇ ਵਿੱਚ ਹੋਵੇ ਫੇਰ ਤਾਂ ਵੈਫਟ ਹੁਣ ਥੱਕ ਜੇ ਲੋਕਾਂ ਦੀਆਂ ਸਮੱਸਿਆਵਾਂ ਖਤਮ ਹੋ ਜਾਣ, ਹੁਣ ਆਪਾਂ ਸਾਰੇ ਦੌੜੇ ਭੱਜੇ ਫਿਰਦੇ। ਮੇਰਾ ਕਹਿਣ ਤੋਂ ਭਾਵ ਹੈ ਵੀ ਇਹਨਾਂ ਦੀਆਂ ਜਦੋਂ ਇਹਨਾਂ ਦੇ ਮੰਨ ਲਓ 15ਵੀਂ 16ਵੀਂ ਸਦੀ ਤੋਂ ਵੀ ਪਹਿਲਾਂ ਇਹਨਾਂ ਦੀ ਫਾਈਟ ਚੱਲਦੀ ਰਹੀ ਵੈਫਟ ਦੀ, ਉਹਦੇ ਵਿੱਚੋਂ ਇਹਨਾਂ ਦੇ ਜਦੋਂ ਧਰਮ ਦੇ ਵਿੱਚ ਸੰਕਟ ਆਇਆ, ਇਹਨੀ ਧਰਮ ਤੇ ਰਾਜਨੀਤੀ ਨੂੰ ਅਲੱਗ ਅਲੱਗ ਕਰਕੇ ਦੇਖਣਾ ਸ਼ੁਰੂ ਕੀਤਾ, ਉਹਦੇ ਵਿੱਚੋਂ ਹੀ ਹੌਲੀ ਹੌਲੀ ਤੁਰਦਾ ਕਿੱਥੇ ਨੀਚੇ ਹੋਣੀ, ਅੱਜ ਤੋਂ ਡੇਢ ਪੌਣੇ 200 ਸਾਲ ਪਹਿਲਾਂ ਕਹਿਤਾ ਜੀ ਰੱਬ ਦੀ ਹੋਂਦ ਖਤਮ ਹੋ ਗਈ, ਮੈਂ ਐਲਾਨ ਕਰ ਦਿੰਦਾ ਆ, ਤੇ ਪਰ ਰੱਬ ਅੱਜ ਵੀ ਰੱਬ ਨੂੰ ਮੰਨਣ ਵਾਲੇ ਲੋਕ ਹੈਗੇ ਆ, ਨਿਸ਼ਚੇ ਹੋਣੀ ਹੈ ਨੀ, ਤੇ ਸਦੀਆਂ ਬਾਅਦ ਵੀ ਹੁਣ ਰੱਬ ਨੂੰ ਨਹੀਂ ਮੰਨਣ ਵਾਲੇ ਲੋਕ ਪਹਿਲਾਂ ਵੀ ਸੀਗੇ, ਅੱਜ ਵੀ ਨਹੀਂ ਮੰਨਣ ਵਾਲੇ ਹੈਗੇ ਆ। ਕਹਿਣ ਤੋਂ ਭਾਵ ਵੀ ਹੁਣ ਜਦੋਂ ਅੰਗਰੇਜ਼ ਇਹ ਸ਼ੁਰੂ ਚ ਅੰਗਰੇਜ਼ਾਂ ਦੇ ਇੱਕ ਮੰਨ ਲਓ ਵਿਦਵਾਨਾਂ ਨੇ ਇਹ ਕਿਹਾ ਹੈਗਾ ਵੀ ਸਿੱਖ ਜਿਹੜੇ ਚੱਕਰ ਚ ਪੈ ਗਏ ਇਹ ਖਾਲਸਾ ਰਾਜ ਖਤਮ ਹੋਣ ਤੋਂ ਬਾਅਦ, ਵੀ ਇਹਨਾਂ ਨੂੰ ਘੱਟੋ ਘੱਟ 150-200 ਸਾਲ ਇਹਨਾਂ ਨੂੰ ਪਤਾ ਨੀ ਲੱਗਣਾ ਵੀ ਅਸਲ ਚ ਇਹਨਾਂ ਦਾ ਵਰਤਾਰਾ ਕੀ ਹੋਇਆ। ਉਹ ਵਰਤਾਰਾ ਜਿਹੜਾ ਆ ਉਹ ਮੈਨੂੰ ਲੱਗਦਾ ਆ ਵੀ ਹੁਣ ਸਾਨੂੰ ਸਮਝ ਆਉਣ ਲੱਗਾ ਆ ਵੀ ਜਿਹੜੇ ਸਾਡੇ ਢੰਗ ਤਰੀਕੇ ਸੀਗੇ ਸਾਡੀਆਂ, ਅਸੀਂ ਉਹ ਸੰਸਥਾਵਾਂ ਰਾਹੀਂ ਹੀ ਸਮਝਣੇ ਸੀਗੇ ਵੀ ਅਸਲ ਚ ਸਿੱਖ ਆਈਡੈਂਟੀ ਹੈ ਕੀ ਆ। ਅਸੀਂ ਪਹਿਲਾਂ ਟੋਟਲੀ ਹੀ ਉਦੋਂ ਸਿੰਘ ਸਭਾ ਵੇਲੇ ਜਿੱਦਾਂ ਅੱਗੇ ਵੀ ਗੱਲ ਕਰਦੇ ਵੀ ਲਹਿਰ ਤਾਂ ਚੱਲੀ ਸੀਗੀ ਪਰ ਉਹ ਸਮੇਂ ਦੇ ਮੁਸ਼ਕਲਾਂ ਦਾ ਹੱਲ ਕੱਢਣ ਲਈ ਸੀਗੀ, ਉਹ ਇੱਕ ਰੂਹਾਨੀਅਤ ਦੇ ਸੋਮੇ ਤੋਂ ਹੌਲੀ ਹੌਲੀ ਦੂਰ ਹੁੰਦੀ ਹੁੰਦੀ ਚਲੇ ਗਈ। ਹੁਣ ਰਾਜਨੀਤੀ ਨੂੰ ਜਿਹੜਾ ਰੂਹਾਨੀਅਤ ਦੇ ਨਾਲੋਂ ਵੱਖ ਕਰ ਦੇਣਾ ਉਹ ਇੱਕ ਮੈਨੂੰ ਲੱਗਦਾ 200-250 ਸਾਲ ਜਾਂ ਸੰਤ ਜਰਨੈਲ ਸਿੰਘ ਵਾਲੀ ਜਿਹੜੀ ਘਟਨਾ ਆ ਉਹੀ ਸਿੱਖਾਂ ਦੇ ਮਾਣ ਕਰਨ ਵਾਲੀਆਂ ਘਟਨਾ ਮੰਨ ਲਓ ਵਰਤਾਰਾ ਆ ਵੀ ਜਿਹੜੀ ਉਹ ਅਸਲੀ ਰਾਜ ਦੇ ਲਈ ਅਸਲੀ ਮਨੁੱਖ ਦਾ ਜਿਹੜੀ ਸੋਵਰੈਂਟੀ ਲਈ ਆਜ਼ਾਦੀ ਮੰਨ ਲਓ ਲੜਨਾ ਚਾਹੀਦਾ ਉੱਥੇ ਲੜੇ ਆ, ਬਾਕੀ ਸਾਰੀਆਂ ਉਹ ਸਮਝੌਤਾਵਾਦੀ ਹੀ ਪਰਿਸਥਿਤੀਆਂ ਸੀਗੀਆਂ, ਉਹ ਇਸ ਕਰਕੇ ਨਹੀਂ ਜਾਣ ਕੇ ਮੰਨ ਲਓ ਉਹ, ਕਿਉਂਕਿ ਤੁਹਾਨੂੰ ਜਦੋਂ ਅੱਜ ਵੀ ਸਾਨੂੰ ਸਮਝ ਨਹੀਂ ਆਉਂਦਾ ਸਾਡੇ ਬਹੁਤ ਸਾਰੇ ਵੱਡੇ ਹਿੱਸੇ ਨੂੰ ਉਹ ਕਿਸੇ ਤਰ੍ਹਾਂ ਮੰਨ ਲਓ ਉਸੇ ਡੈਮੋਕ੍ਰੇਸੀ ਦੇ ਵਿੱਚ ਮੁੜ ਮੁੜ ਕੇ ਜਾਣੀ ਉਸੇ ਪ੍ਰਬੰਧ ਨੂੰ ਠੀਕ ਕਰਨ ਤੇ ਲੱਗਾ ਆ, ਜਿਹੜਾ ਪ੍ਰਬੰਧ ਕਦੇ ਠੀਕ ਨਹੀਂ ਹੋਣਾ, ਉਹ ਬੇਸ਼ੱਕ ਉਹਦੇ ਵਿੱਚ ਬੀਜੇਪੀ ਆ ਜਾਵੇ ਜਾਂ ਕਾਂਗਰਸ, ਮੰਨ ਲਓ ਇੱਕ ਤੁਹਾਡੀ ਸਿੱਖ ਪੋਲਿਟਿਕਸ ਆ, ਇੱਕ ਤੁਹਾਡੀ ਦੁਨਿਆਵੀ ਮਟੀਰੀਅਲਿਸਟ ਪੋਲਿਟਿਕਸ ਜਿਹੜੀ ਦੁਨੀਆਂ 'ਚ ਚੱਲਦੀ ਆ, ਉਹਦੇ ਵਿੱਚ ਮੰਨ ਲਓ ਅਕਾਲੀ ਦਲ ਆ ਉਹਨੇ ਇਸ ਰੰਗ ਕਰਨਾ ਵੀ ਅਸੀਂ ਇਹ
ਕਾਂਗਰਸ ਨੂੰ ਮੰਨ ਲਓ ਦੋਸ਼ੀ ਮੰਨ ਕੇ ਉਹਦੇ ਉੱਤੇ ਰਾਜਨੀਤੀ ਹਰ ਹਾਲਤ ਕਰਨੀ ਆ, ਜਾਂ ਅਸੀਂ ਆਪਣੀਆਂ ਉਹ ਕੋਈ ਇਸ ਤਰ੍ਹਾਂ ਦੇ ਬਣਾ ਲੈਣੇ ਆ ਖਾਲਸਾ ਵਾਸਤੇ, ਮੰਨ ਲਓ ਕਿਸੇ ਤਰ੍ਹਾਂ ਤੁਸੀਂ ਉਹ ਜਿਹੜੀ ਸੱਤਾ ਦੇ ਕਬਜ਼ੇ ਵਾਲੀ ਉਹ ਰਾਜਨੀਤੀ ਕਰ ਰਹੀ ਆ ਆਪਣੀ ਆਪਣਾ ਇੱਕ ਸਭ ਬਹੁਤ ਵੱਡਾ, ਜਦਕਿ ਸੱਤਾ ਤੋਂ ਉਹ ਜਿਹੜੀ ਤੁਸੀਂ ਦੱਸੀ ਬਈ ਅਬਦਾਲੀ ਵੇਲੇ ਦੀ ਘਟਨਾ, ਸੱਤਾ ਤੋਂ ਠੋਕਰ ਨੂੰ ਸੱਤਾ ਨੂੰ ਮਾਰਨ ਵਾਲੀ ਜਦੋਂ ਬਿਰਤੀ ਆਉਣੀ ਹੈ ਨਾ, ਇਹ ਸਾਨੂੰ ਗੱਲਾਂ ਸਮਝ ਆਉਣੀਆਂ, ਕਿਉਂਕਿ ਜਿੰਨਾ ਚਿਰ ਕੁਰਸੀ ਦੇ ਲਈ ਅੱਜ ਇੱਥੇ ਵੀ ਆਪਣੀ ਕੈਨੇਡੀਅਨ ਰਾਜਨੀਤੀ ਵੀ ਤੁਸੀਂ ਦੇਖ ਲਓ ਇਹ ਕਿੰਨੀ ਗਿਰਾਵਟ ਆ ਚੁੱਕੀ ਸਾਰੀ, ਤਾਂ ਅੱਜ ਤੁਸੀਂ ਵਾਈਟ ਸੁਪਰਮੇਸੀ ਦੀ ਗੱਲ ਕਰਦੇ ਆ, ਇਹ ਮੁੜ ਮੁੜ ਆ ਗਈ, ਇਹਦਾ ਮਤਲਬ ਜਿਹੜਾ ਮਨੁੱਖ ਇਹ ਸਰਜਣਾ ਚਾਹੁੰਦੇ ਆ ਉਹ ਨਹੀਂ ਸਰਜ ਹੋਇਆ ਵੈਸਟ ਕੋਲੋਂ, ਅੱਜ ਹੋਰ ਲੱਗਣੇ ਆ ਘੱਟ ਤੋਂ ਘੱਟ ਉਹ ਚੀਜ਼ਾਂ ਜਿਹੜੀ 200 ਸਾਲ ਅੰਗਰੇਜ਼ ਕਹਿੰਦੇ ਸੀ ਵੀ ਉਹ ਸਾਨੂੰ ਹੁਣ ਸਮਝ ਆਉਣ ਲੱਗੀ, ਬਈ ਅਸੀਂ ਇਤਿਹਾਸ ਨੂੰ ਇਤਿਹਾਸ ਵਾਂਗ ਪੜ੍ਹਨਾ ਸਿੱਖੀਏ, ਅਸੀਂ ਵਰਤਮਾਨ ਦੇ ਨਾਲ ਰਾਹੀਂ ਇਤਿਹਾਸ ਨੂੰ ਨਾ ਸਮਝੀਏ, ਇਤਿਹਾਸ ਜਦੋਂ ਸਿਰਜਿਆ ਗਿਆ ਉਦੋਂ ਵੇਲੇ ਉਹ ਸੱਚ ਸੀਗਾ, ਉਦੋਂ ਉੱਤੇ ਜਿਹੜੀ ਜੋ ਲਿਖਿਆ ਜਾਂਦਾ ਉਹ ਸਹੀ ਸੀਗਾ, ਅੱਜ ਜੋ ਅਸੀਂ ਤੁਸੀਂ ਗੱਲਾਂ ਕਰ, ਅੱਜ ਜਿਹੜੀਆਂ ਗੱਲਾਂ ਮੈਂ ਕਰ ਗਿਆ ਜਾਂ ਅੱਜ ਜਿਹੜੀਆਂ ਗੱਲਾਂ ਕਿਤਾਬਾਂ ਲਿਖ ਗਈਆਂ ਇਹ 100-200 ਸਾਲ ਬਾਅਦ ਝੂਠੀਆਂ ਲੱਗਣੀਆਂ, ਇਹ ਅੱਜ ਦੇ ਸਮੇਂ ਦੇ ਨਾਲ ਸੱਚ ਆ, ਤੇ ਜਿਹੜਾ ਸਦੀਮੀ ਸੱਚ ਆ ਸਾਨੂੰ ਉਹਦੇ ਨਾਲ ਮੇਰੇ ਹਿਸਾਬ ਨਾਲ ਸਮਝਣਾ ਪੈਣਾ ਸਿੱਖ ਆਇਡੈਂਟੀ ਨੂੰ ਫੇਰ ਹੋਣਾ, ਅਦਰਵਾਈਜ਼ ਜੇ ਪੰਜਾਬ ਦਾ ਜਾਂ ਇਕੱਲੇ ਦਾ ਮਸਲਾ ਹੋਵੇ ਫੇਰ ਤਾਂ ਕਸ਼ਮੀਰ 'ਚ ਨਾ ਹੁੰਦਾ, ਫੇਰ ਤਾਂ ਨਾਗਾਲੈਂਡ 'ਚ ਨਾ ਹੁੰਦਾ, ਫੇਰ ਭਾਰਤ ਦੇ ਹੋਰ ਹਿੱਸਿਆਂ 'ਚ ਨਾ ਹੁੰਦਾ, ਫੇਰ ਤਾਂ ਹੁਣ ਤਾਂ ਇਹ ਆਪਣੇ ਜਿਹਨੂੰ ਦਲਿਤ ਕਹਿੰਦੇ ਉਹ ਮੰਨ ਲਓ ਆਨੰਦ ਮਾਣਦੇ ਹੁੰਦੇ ਹੁਣ ਨੂੰ, ਕਿਉਂਕਿ ਇਹ ਹੋਣਾ ਹੀ ਸੀਗਾ ਜਿਸ ਰਾਜਨੀਤੀ ਦੇ ਘੇਰੇ ਦੇ ਵਿੱਚ, ਕਿਉਂਕਿ ਇੱਕ ਜਦੋਂ ਕੰਟਰੀ ਸਿਰਜੀ ਜਾਂਦੀ ਆ, ਕਿਉਂਕਿ ਮੇਰੇ ਖਿਆਲ ਇਹ ਸਾਰੀ ਦੁਨੀਆ ਕੰਟਰੀ ਲੈਸ ਹੋਣੀ ਚਾਹੀਦੀ ਆ, ਕਿਉਂਕਿ ਜਦੋਂ ਗੁਰੂ ਨਾਨਕ ਪਾਤਸ਼ਾਹ 8-9 ਦੇਸ਼ਾਂ ਦੇ ਵਿੱਚ ਜਿਹੜੇ ਅੱਜ ਬਣ ਚੁੱਕੇ ਆ, ਕਿੰਨੇ ਦੇਸ਼ ਆ, ਉਦੋਂ ਕੋਈ ਬਾਰਡਰ ਸਰਹੱਦਾਂ ਥੋੜੋ ਸੀਗੀਆਂ, ਉਦੋਂ ਉਹ ਆਪਣਾ ਮੰਨ ਲਓ ਨਾਂ ਉਹਨਾਂ ਦਾ ਇਹ ਸੀਗਾ, ਹੁਣ ਵੈਸਟ ਗਿਆ ਇਹਨਾਂ ਨੇ ਆਪਣੀ ਕੰਟਰੀਆਂ ਬਣੀਆਂ ਕਬਜ਼ੇ ਕੀਤੇ, ਗੁਰੂ ਨਾਨਕ ਪਾਤਸ਼ਾਹ ਇੱਕ ਸੁਨੇਹਾ ਦੇਣ ਗਏ ਸੀਗੇ ਵੀ ਦੁਨੀਆ ਕਿਹੋ ਜਿਹੀ ਬਣਨੀ ਚਾਹੀਦੀ ਆ, ਨਾ ਉਹ ਏਦਾਂ ਦੀਆਂ ਦਲੀਲਾਂ ਤਰਕ ਵਾਲੀਆਂ ਲੈ ਕੇ ਗਏ ਹੈਗੇ ਵੀ ਵੀ ਉਹਨਾਂ ਤੋਂ ਕੁਛ ਸਿੱਖਣ ਗਏ ਸੀਗੇ, ਕਿਉਂਕਿ ਉਹ ਆਲਰੇਡੀ ਜਿਹੜਾ ਗਿਆਨ ਇਲਾਹੀ ਸੀਗਾ ਉਹਦਾ ਦੁਨੀਆ ਨੂੰ ਦੱਸਣ ਗਏ, ਮੇਰੇ ਖਿਆਲ ਦੇ ਨਾਲ ਸਿੱਖ ਆਇਡੈਂਟੀ ਨੂੰ ਰੂਹਾਨੀਅਤ ਜਿਹੜੀ ਰਾਜਨੀਤਿਕ ਪ੍ਰਬੰਧ ਆ ਉਹਦਾ ਵਿੱਚ ਰੂਹਾਨੀਅਤ ਦਾ ਤੱਤ ਜ਼ਰੂਰ ਹੋਣਾ ਚਾਹੀਦਾ, ਜੇ ਉਹ ਤੱਤ ਨਵੀਂ ਤੱਤ ਮਰ ਜਾਂਦਾ ਹੈ ਨਾ, ਫਿਰ ਤੋਂ ਉਸ ਰਾਜਨੀਤੀ ਚੋਂ ਕੁਛ ਕੱਢਣ ਨੂੰ ਪਾਉਣੀ, ਉਹਦੇ ਵਿੱਚੋਂ ਗਰੀਡ ਲਾਲਸਾ ਲਫਤ ਹੀ ਨਿਕਲਣੀ ਆ, ਜਿਹੜੀ ਬੈਸਟ ਦੇ ਮਨੁੱਖ ਦੇ ਵਿੱਚ ਸਭ ਤੋਂ ਵੱਧ ਆ, ਤੇ ਉੱਥੇ ਹਾਲੇ ਉਹ ਵਰਤਾਰਾ ਚੱਲ ਰਿਹਾ, ਅਸੀਂ ਬੈਸਟਰਾਂ ਹੀ ਨਾ ਆਪਣੇ ਘੱਟੋ ਘੱਟ ਆਪਣੇ ਪ੍ਰਬੰਧ ਨੂੰ ਸਮਝੀਏ, ਮੈਨੂੰ ਤਾਂ ਏਦਾਂ ਲੱਗਦਾ ਵਾ। ਬਿਲਕੁਲ ਠੀਕ, ਧੰਨਵਾਦ ਜੀ। ਤਾਂ ਹੀ ਹੁਣ ਯਾਦ ਕੀਤੂ ਕਿਹਨੂੰ ਕੀਤਾ ਜਾਂਦਾ ਉਹ ਧਰਮਯੁੱਧ ਮੋਰਚੇ ਚ, ਕੀ ਲੌਂਗੋਵਾਲੀਆਂ ਨੂੰ ਯਾਦ ਕੀਤਾ ਜਾਂਦਾ? ਨਹੀਂ, ਸੰਤ ਜਰਨੈਲ ਸਿੰਘ ਨੂੰ, ਕਿਉਂਕਿ ਰੂਹਾਨੀਅਤ ਨਾਲ। ਇਹ ਸੀ ਅੱਜ ਦਾ ਜੀ ਪ੍ਰੋਗਰਾਮ, 1 ਵਜੇ ਤੱਕ, ਤੇ ਹੁਣ ਲਾਈਵ ਆਨ ਲੋਕੇਸ਼ਨ ਤੇ ਤੁਹਾਨੂੰ ਲੈ ਕੇ ਚੱਲਦੇ ਆ, ਤੇ ਸੋਮਵਾਰ ਨੂੰ 11 ਵਜੇ ਫੇਰ ਜਿਹੜਾ ਮੁੜੂੰਗਾ ਮੈਂ, ਗੱਲਬਾਤ ਕਰਾਂਗੇ ਤੁਹਾਡੇ ਨਾਲ। ਮੈਂ ਇਸ ਨੂੰ ਇਸ ਵਿਸ਼ੇ ਨੂੰ ਕੰਟੀਨਿਊ ਤੁਹਾਡੇ ਨਾਲ ਕਰਿਆ ਕਰਾਂਗਾ ਸ਼ੁੱਕਰਵਾਰ, ਕਦੇ ਕਦੇ ਸੱਭਿਆਚਾਰ ਦੀ ਗੱਲ, ਕਦੇ ਕਦੇ ਇਸ ਦੀ ਗੱਲ, ਮਨੁੱਖਤਾ ਦੀ ਗੱਲ, ਜਿਹਦੇ ਵਿੱਚ ਅਸਲ ਪ੍ਰਪੇਖ ਪਤਾ ਲੱਗੇ ਕਿ ਅਸੀਂ ਕਹਾਣੀ ਅਸਲ ਕੀ ਹੈ, ਇਤਿਹਾਸ ਕੀ ਹੈ, ਦੁਨੀਆਂ ਦੇ ਇਤਿਹਾਸਾਂ ਦੀ ਵੀ ਗੱਲ ਹੋਏਗੀ, ਸਿੱਖ ਇਤਿਹਾਸ ਦੀ ਵੀ ਗੱਲ ਹੋਏ। ਰੱਬ ਰਾਖਾ।